ਤੇਰਾ ਫਰਾਟੇ ਮਾਰਦਾ ਆਉਂਦਾ। ਉਹਦੀਆਂ ਜ਼ੁਲਫਾਂ ਵੇਖ ਕੇ ਅੰਬਰਾ ਤੇ ਕਾਲੀ ਘਟਾ ਚੜੀ ਲੱਗਦੀ ਹੈ। ਉਹ ਰਿੱਕੀ ਜੀ, ਇਹ ਕੋਈ ਆਮ ਕੁੜੀ ਨਹੀਂ, ਇਹ ਤਾਂ ਅਰਸ਼ਾ ਤੋਂ ਉਤਰੀ ਪਰੀ ਲੱਗਦੀ ਹੈ। ਅੱਜ ਫੇਰ ਕਿਸੇ ਨੇ ਦਿਲ ਦੀ ਦਹਿਲੀਜ਼ ਤੇ ਦਸਤਕ ਦਿੱਤੀ ਹੋਵੇ। ਕੀ ਚੀਜ਼ ਹੈ? ਕੀ ਕਿਹਾ ਤੂੰ? ਇੱਧਰ ਆ ਜੜੀ, ਖੜ ਜੜਾ। ਮੈਂ ਤਾਂ ਥੋੜੀ ਕਿਹਾ, ਮੈਂ ਉਸ ਮਨੋਤਰੀ ਪਰੀ ਦਾ ਨਾ ਵੈਲਕਮ ਕਰਕੇ ਆਉਣਾ। ਉਹ ਨਹੀਂ ਯਾਰ, ਹਾਂ ਇਸ ਮਨੋਤਰੀ ਪਰੀ ਨਹੀਂ, ਇਹ ਤਾਂ ਬਿਜਲੀ ਹੈ। ਬਿਜਲੀ ਬਿਲਕੁਲ ਸਹੀ ਹੈ। ਕਾਸ਼ ਕਿਤੇ ਇਹ ਬਿਜਲੀ ਮੇਰੇ ਉੱਤੇ ਡਿੱਗ ਜਵੇ, ਮੈਂ ਸਾਰੀ ਜ਼ਿੰਦਗੀ ਦਾ ਕਰੰਟ ਖਾਈ ਜਾਵਾਂ। ਤੂੰ ਰੁਕ, ਮੈਂ ਚੱਲ। ਓ ਤੂੰ ਗੱਲ ਸੁਣ, ਆਪਾਂ ਐ ਕਰਦੇ ਆ, ਟਾਸ ਕਰ ਲੈਨੇ ਆ। ਐਤਕੀ ਹੈੱਡ ਮੇਰਾ ਨਿਊ ਐਡਮਿਸ਼ਨ। ਯੈਸ, ਐਕਚੁਅਲੀ ਮੈਂ ਤੁਹਾਨੂੰ ਇਨਫੋਰਮ ਕਰਨਾ ਸੀ ਕਿ ਸਾਡੇ ਕਾਲਜ ਦੇ ਸੀਨੀਅਰ ਸਟੂਡੈਂਟਸ ਨਵੇਂ ਸਟੂਡੈਂਟ ਨੂੰ ਬੜਾ ਹੀ ਤੰਗ ਕਰਦੇ ਆ। ਅੱਛਾ, ਤੇ ਫਿਰ ਉਹਨਾਂ ਨੂੰ ਬਚਾਉਂਦਾ ਕੌਣ ਹੈ? ਆਪਾਂ ਬਚਾਉਣੇ ਆ, ਹੋਰ ਕਿਹਨੇ ਬਚਾਉਣਾ ਜੀ। ਐਕਚੁਅਲੀ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਂ ਇਸ ਕਾਲਜ ਦਾ ਬੜਾ ਹੀ ਹੋਣਹਾਰ ਸਟੂਡੈਂਟ ਹਾਂ, ਅਤੇ ਮੈਨੂੰ ਹੁਣ ਤੱਕ ਆਪਣੇ ਲਾਇਕ ਦੀ ਕੋਈ ਕੁੜੀ ਹੀ ਨਹੀਂ ਮਿਲੀ। ਬਸ ਤੁਸੀਂ ਜੱਚ ਗਏ ਦਿਲ ਨੂੰ ਜੀ। ਕੀ ਤੁਸੀਂ ਮੇਰੇ ਨਾਲ ਦੋਸਤੀ ਕਰੋਗੇ? ਵਾਈ ਨਾਟ। ਲਓ ਜੀ, ਦੋਸਤੀ ਤਾਂ ਹੋ ਹੀ ਗਈ ਆ, ਅਤੇ ਫਿਰ ਪਿਆਰ ਵਿੱਚ ਕਾਹਦੀ ਦੇਰੀ? ਤੁਸੀਂ ਐ ਵੀ ਰੋਜ਼ ਐਕਸੈਪਟ ਕਰੋ ਜੀ। ਯਾਰ ਆਪਾਂ ਇਹਨੂੰ ਐਵੇਂ ਪਰੀਆਂ ਨਾਲ ਮਲਾਈ ਜਾਂਦੇ ਸੀ। ਤੁਸੀਂ ਮੈਨੂੰ ਇੰਨੇ ਗਿਫਟ ਦੇ ਰਹੇ ਹੋ, ਤੇ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਗਿਫਟ ਦਵਾਂ। ਸੱਚੀ? ਮੁੱਚੀ ਦੇ ਦਿਓ ਜੀ, ਸਾਰਿਆਂ ਦੇ ਸਾਹਮਣੇ। ਲੈ ਚੱਟ, ਕਿਸ ਤੋਂ ਡਰਦਾ ਹੈ? ਤੁਸੀਂ ਹੁਣੇ ਦਿਓ ਜੀ। ਅੱਛਾ, ਤੇ ਤੈਨੂੰ ਵੀ ਕੁਝ ਚਾਹੀਦਾ? ਨਾ ਭੈਣੇ ਮੇਰੀਏ, ਸਭ ਨੂੰ ਸੁਧਾਰ ਕੇ ਜਾਊਂ। ਓ ਸ਼ਿਟ, ਨਵੀਂ ਗੱਡੀ, ਟਾਇਰ ਪੰਚਰ, ਉੱਤੋਂ ਨਿਊ ਐਡਮਿਸ਼ਨ, ਕਿਹਦੀ ਮੌਤ ਆਈ ਆ, ਹੁਣ ਮੈਂ ਕਿਵੇਂ ਜਾਊਂਗੀ? ਲੱਗਦਾ ਅੱਜ ਚੌਹਾਂ ਟੈਰਾਂ ਨੇ ਸਲਾਹ ਕਰ ਲਈ ਤੁਹਾਨੂੰ ਤੰਗ ਕਰਨ ਦੀ। ਤੁਸੀਂ ਕੌਣ? ਮਾਈਸੈਲਫ ਲੱਖਾ, ਲਖਵੀਰ ਸਿੰਘ ਢਿੱਲੋਂ। ਸਤਿ ਸ਼੍ਰੀ ਅਕਾਲ। ਇਸੇ ਕਾਲਜ ਦਾ ਸਟੂਡੈਂਟ ਹਾਂ, ਮੈਂ ਤੁਹਾਨੂੰ ਡ੍ਰੌਪ ਕਰ ਸਕਦਾ ਇਫ ਯੂ ਡੋਂਟ ਮਾਈਂਡ। ਵੈਲ, ਹੋਰ ਕੋਈ ਤਾਂ ਆਪਸ਼ਨ ਨਹੀਂ ਹੈ, ਚੈੱਕ ਇਟ, ਲੈਟਸ ਮੂਵ। ਚਲ ਯਾਰ, ਆਓ ਚਲੀਏ। ਲੱਗਦਾ ਹੈ ਟਾਇਰਾਂ ਨੇ ਸਲਾਹ ਨਹੀਂ, ਸਟ੍ਰਾਈਕ ਹੀ ਕਰ ਲਈ ਹੈ। ਤੇਰੀ ਹੁਣ ਮੈਨੂੰ ਦੇਰ ਹੋ ਰਹੀ ਹੈ, ਮੈਂ ਘਰ ਕਿਵੇਂ ਜਾਵਾਂਗੀ? ਖੜ ਜਾ ਯਾਰ। ਦੇਰ? ਉਹ ਵੀ ਗਿਲ ਸਾਹਿਬ ਦੇ ਹੁੰਦੇ ਆ, ਹੋਈ ਨਹੀਂ ਸਕਦਾ, ਕਿਉਂਕਿ ਗਿਲ ਸਾਹਿਬ ਦੀ ਸਰਵਿਸ ਬੜੀ ਫਾਸਟ ਆ। ਉਹ ਬੈਠੋ ਜਲਦੀ। ਤੁਸੀਂ ਕੀ ਕਰਦੇ ਹੋ? ਪੀਜ਼ਾ ਡਿਲੀਵਰ ਕਰਦਾ। ਕਮਾਲ ਆ ਯਾਰ, ਇੱਕ ਤਾਂ ਤੁਹਾਡੀ ਗਿਲ ਸਾਹਿਬ ਹੈਲਪ ਕਰਨ ਉੱਤੋਂ ਤੁਸੀਂ ਸਵਾਲ ਹੈ, ਲੰਗੋਟੀਆ ਯਾਰ ਮੇਰਾ, ਇੱਕੋ ਕਲਾਸ 'ਚ ਇਕੱਠੇ ਪੜ੍ਹਦੇ ਹਾਂ। ਨਾਲੇ ਜੋ ਤੁਸੀਂ ਇਹ 'ਤੇ ਵਿਸ਼ਵਾਸ ਕਰ ਸਕਦੇ ਹੋ ਨਾ ਯਾਰ, ਮੇਰੇ 'ਤੇ ਤਾਂ ਤੁਸੀਂ ਸ਼ਰੇਆਮ ਕਰ ਸਕਦੇ ਹੋ। ਤੁਸੀਂ ਪਿੱਛੇ ਬੈਠੋ, ਜਿਹੜੇ ਸਵਾਲ ਪੁੱਛਣੇ ਰਾਜ ਪੁੱਛਿਓ। ਚਲੋ ਬੈਠੋ। ਤੁਸੀਂ ਲੇਟ ਬਹੁਤ ਹੋ ਰਹੇ ਹੋ। ਓਏ ਤੂੰ ਐਵੇਂ ਯਾਰ, ਐਵੇਂ ਕਿਉਂ ਟੈਨਸ਼ਨ ਲਈ ਹੈ? ਤੂੰ ਆ ਵੀਡੀਓ ਦੇਖ।
ਟੈਨਸ਼ਨ ਛੱਡ। ਕਿਹੜੀ ਵੀਡੀਓ ਮੈਂ ਵੀ ਵੇਖਾਂ? ਉਹ ਤੂੰ ਛੱਡ ਯਾਰ, ਐਵੇਂ ਮੁੰਡਿਆਂ ਦੇ 100 ਪਰਦੇ ਹੁੰਦੇ ਨੇ। ਤੁਸੀਂ ਆਪਣੀ ਕਾਰ ਦੀ ਚਾਬੀ ਹੁੰਦੇ ਹੋ ਜਾਂ ਆਪੇ ਪੈਂਚਰ ਪੁੰਚਰ ਲਵਾ ਕੇ ਛੱਡ ਦਿਓ। ਇਹ ਤੁਹਾਡੀ ਵਿਚਾਰਾ ਹੈਲਪ ਕਰਨਾ ਚਾਹੁੰਦਾ ਸੀ ਨਾ, ਬਹੁਤ ਚੰਗਾ ਬੰਦਾ ਹੈ ਮੇਰੇ ਵਾਂਗੂ, ਜਿਹਨੇ ਗੱਡੀ ਪੈਂਚਰ ਕੀਤੀ ਹੈ ਵਿਚਾਰ ਦਾ ਬਣਨਾ ਬੁਣਨਾ ਕੱਖ ਨਹੀਂ। ਚੰਗਾ ਫਿਰ ਲਖਵੀਰ ਸਿੰਘ ਢਿੱਲੋਂ ਸਾਹਿਬ, ਤੂੰ ਗੱਲ ਕਿਹਦੀ ਕਰ ਰਹੀ ਆ? ਗਿੱਲ ਤੇ ਲੱਖੇ ਦੀ। ਤੈਨੂੰ ਪਤਾ ਗਿੱਲ ਨੇ ਮੈਨੂੰ ਹੋਸਟਲ ਛੱਡਿਆ ਤੇ ਲੱਖੇ ਨੇ ਮੇਰੀ ਗੱਡੀ ਦੇ ਸਾਰੇ ਪੈਂਚਰ ਠੀਕ ਕਰਵਾ ਕੇ ਰਾਤੀ 10 ਵਜੇ ਉਹਨੂੰ ਹੋਸਟਲ ਦੇ ਬਾਹਰ ਛੱਡਿਆ। ਕਿੰਨੇ ਹੈਲਪਫੁਲ ਨੇ ਨਾ ਦੋਨੋਂ, ਕਿੰਨੇ ਚੰਗੇ ਮੁੰਡੇ ਨੇ। ਓ ਹੈਲੋ, ਤੂੰ ਇਹਨਾਂ ਦੋਨਾਂ ਦੇ ਚੱਕਰਾਂ 'ਚ ਨਾ ਫਸ ਜਵੀਂ, ਉਹ ਇੱਕ ਨੰਬਰ ਦੇ ਮੁਸ਼ਟੰਡੇ ਮੁੰਡੇ ਨੇ। ਕੀ ਗੱਲ ਕਰ ਰਹੀ ਹੈ ਤੂੰ, ਸ਼ਕਲੋਂ ਤਾਂ ਦੋਨੋਂ ਕਿੰਨੇ ਸ਼ਰੀਫ ਦਿਖਦੇ ਨੇ। ਉਹ ਸਿਰਫ ਸ਼ਰੀਫ ਬਣਨ ਦੀ ਐਕਟਿੰਗ ਕਰ ਰਹੇ ਨੇ ਤਾਂ ਕਿ ਉਹ ਤੇਰੇ ਨਾਲ ਫਲਰਟ ਕਰ ਸਕਣ। ਮੈਨੂੰ ਨਾ ਪਹਿਲਾਂ ਹੀ ਸ਼ੱਕ ਸੀ, ਇਹ ਦੋਨੋਂ ਮੇਰੀ ਇੰਨੀ ਮਦਦ ਕਰ ਕਿਉਂ ਰਹੇ ਨੇ? ਤੈਨੂੰ ਨਹੀਂ ਪਤਾ ਮਾਹੀ, ਇਹਨਾਂ ਦੋਨਾਂ ਦੇ ਚੱਕਰਾਂ 'ਚ ਇੱਕ ਕੁੜੀ ਪਹਿਲਾਂ ਵੀ ਕਾਲਜ ਛੱਡ ਕੇ ਜਾ ਚੁੱਕੀ ਹੈ। ਲਾਸਟ ਈਅਰ ਦੀ ਗੱਲ ਹੈ, ਮੀਤ ਨਵੀਂ ਨਵੀਂ ਕਾਲਜ ਆਈ ਸੀ। ਓ ਰੋਕੋ ਰੋਕੋ, ਨਹੀਂ ਰੁਕ ਨਹੀਂ ਰੁਕ ਨਹੀਂ, ਜਾ ਕੇ ਕਿਸੇ ਟਰੱਕ 'ਚ ਠੋਕੋ। ਓਏ ਤੇਰਾ ਟਾਇਰ ਪੈਂਚਰ ਹੋਵੇ, ਸਾਰੇ ਹੀ ਮਰ ਜਾਓ। ਓਏ ਮੈਂ ਮਰ ਗਈ। ਅੱਜ ਤੂੰ ਆਮ ਜਨਤਾ ਦੇ ਹੱਥੇ ਚੜਿਆ, ਤੇਰਾ ਤਾਰਾ ਡੁੱਬਿਆ ਸਮਝ। ਉਹ ਹਟ ਪਿੱਛੇ, ਛੱਡ ਦਿਓ ਇਹਨੂੰ ਨਾ। ਤੁਹਾਨੂੰ ਮੈਂ ਕਿਹਾ ਸੀ ਇੱਥੇ ਆਉਣ ਲਈ, ਤੇ ਨਾਲੇ ਇਹਦੀ ਗਲਤੀ ਨਹੀਂ, ਮੇਰੀ ਹੈ। ਓ ਜਾਓ, ਜਾ ਕੇ ਆਪਣਾ ਕੰਮ ਕਰੋ। ਚਲੋ ਬਈ, ਮਦਦ ਮੈਂ ਆਪਣੀ ਮਦਦ ਆਪ ਬੜੀ ਚੰਗੀ ਤਰ੍ਹਾਂ ਕਰ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੇਰਾ ਧੰਨਵਾਦ ਇੰਜ ਨਹੀਂ ਅਦਾ ਹੋਣਾ। ਹਾਂਜੀ, ਤੁਹਾਨੂੰ ਮੈਨੂੰ ਕਾਲਜ ਛੱਡਣਾ ਪਵੇਗਾ, ਫੇਰ ਧੰਨਵਾਦ ਅਦਾ ਹੋਏਗਾ। ਕਿਹੜੇ ਕਾਲਜ ਪੜ੍ਹਦੇ ਹੋ ਤੁਸੀਂ? ਦੇਸ਼ ਭਗਤ ਯੂਨੀਵਰਸਿਟੀ। ਮੈਂ ਵੀ ਤਾਂ ਉੱਥੇ ਪੜ੍ਹਦਾ, ਪਰ ਤੁਹਾਨੂੰ ਕਦੀ ਦੇਖਿਆ ਨਹੀਂ। ਤੁਸੀਂ ਮੈਨੂੰ ਕਿਸ ਤਰ੍ਹਾਂ ਵੇਖ ਸਕਦੇ ਹੋ? ਹਾਂਜੀ, ਕਿਉਂਕਿ ਮੈਂ MBA ਦੇ ਵਿੱਚ ਨਿਊ ਐਡਮਿਸ਼ਨ ਲਿੱਤਾ ਤੇ ਅੱਜ ਇਸ ਕਾਲਜ ਦਾ ਮੇਰਾ ਪਹਿਲਾ ਦਿਨ ਹੈ। ਚਲੋ ਫੇਰ ਚੱਲੀਏ, ਕਿਤੇ ਪਹਿਲੇ ਦਿਨ ਹੀ ਲੇਟ ਨਾ ਹੋ ਜਾਈਏ। ਹਾਂ ਹਾਂ ਚਲੋ। ਦੱਸੋ ਕੁਝ ਆਪਣੇ ਬਾਰੇ ਚ। ਮੇਰਾ ਨਾਮ ਲਖਵੀਰ ਸਿੰਘ ਢਿੱਲੋਂ ਹੈ ਤੇ ਸਾਰੇ ਮੈਨੂੰ ਪਿਆਰ ਨਾਲ ਲੱਖਾ ਕਹਿੰਦੇ ਆ। ਨਾਈਸ ਨੇਮ। ਤੇ ਤੁਹਾਡਾ ਨਾਮ ਕੀ ਹੈ? ਮੇਰਾ ਆਇਆ ਮਨਮੀਤ ਕੌਰ ਕਾਲਰਾ, ਤੇ ਕਰਦੇ ਮੈਨੂੰ ਪਿਆਰ ਨਾਲ ਮੀਤ ਕਹਿੰਦੇ ਨੇ। ਵੈਰੀ ਨਾਈਸ ਹੋ ਜੀ, ਉਹ ਤੇ ਮੈਂ ਹੈਗੀ ਆ। ਉਹ ਲਓ ਜੀ, ਗੱਲਾਂ ਕਾਲਜ ਕਾਲਜ ਵੀ ਆ ਗਿਆ। ਓਕੇ ਜੀ, ਚਲੋ ਬਾਅਦ ਚ ਮਿਲਦੇ ਆ। ਬਾਏ ਬਾਏ ਬਾਏ। ਹਾਏ ਓਏ ਰੱਬਾ, ਜਿਹਨੂੰ ਇਹ ਕੁੜੀ ਮਿਲ ਜਾਵੇ ਉਹਨੂੰ ਜ਼ਿੰਦਗੀ 'ਚ ਹੋਰ ਕੀ ਚਾਹੀਦਾ। ਤੂੰ ਗੱਡੀ 'ਚ ਸੀ ਓਏ? ਕਮੀਨਾ, ਸਾਰੀਆਂ ਗੱਲਾਂ ਸੁਣਦਾ ਤੇਰੀਆਂ, ਇੰਨਾ ਕਮੀਨਾ ਤੂੰ। ਗੱਲ ਉਸ ਕੁੜੀ ਤੋਂ ਦੂਰ ਰਹੀ। ਤਾਂ ਛੱਡ ਗੁੱਸਾ ਯਾਰ, ਆਪਾਂ ਟੌਸ ਕਰ ਲੈਂਦੇ ਹਾਂ। ਦੱਸ। ਟੌਸ ਮੈਂ ਕਰੂੰ? ਲੈ ਫੜ ਮਾਮਾ, ਤੂੰ ਕਰ ਲੈ। ਹੁਣ ਤੂੰ ਦੱਸ, ਹੈੱਡ ਜਾਂ ਟੇਲ? ਹੈੱਡ। ਹੇ ਵਾਹਿਗੁਰੂ, ਹੈੱਡ ਆ ਜਾਵੇ। ਟੇਲ ਆਈ ਹੈ ਤੇ ਮੀਤ
ਮੇਰੀ ਐ ਕਿਵੇਂ ਤੇਰੀ ਭੁੱਲ ਗਿਆ ਜੋ ਤੇਰਾ ਹੈ ਵੋ ਮੇਰਾ ਹੈ ਜੋ ਮੇਰਾ ਹੈ ਵੋ ਤੇਰਾ ਕਿਉਂਕਿ ਹਰ ਇੱਕ ਵਾਦਾ ਜੁੜੀ ਹੋ ਜਾਏ ਸਾਲਾ ਜਬਲੀਆਂ ਮਾਰੀ ਜਾਂਦਾ ਜਬਲੀਆਂ ਮੈਂ ਮਾਰਦਾ ਕਿ ਤੂੰ ਬਚਪਨ ਚ ਟੌਸ ਮੈਂ ਜਿੱਤਿਆ ਸੀ ਭੇਜਿਆ ਤੈਨੂੰ ਸੀ ਆਪਣੀ ਥਾਂ ਤੇ ਕਿ ਸਾਲਿਆ ਵੱਡਾ ਹੋ ਕੇ ਚੰਗਾ ਇਨਸਾਨ ਬਣ ਸਕੇ ਵੱਡਾ ਤਾਂ ਹੋ ਗਿਆ ਕਮੀਨਿਆਂ ਪਰ ਚੰਗਾ ਇਨਸਾਨ ਨਹੀਂ ਬਣ ਸਕਿਆ ਟੌਸ ਹੁਣ ਤੂੰ ਜਿੱਤਿਆ ਤੇ ਮੀਤ ਮੇਰੀ ਹੋਈ ਮੇਰੀ ਵੀਰੇ ਕਹਿਣ ਤੇ ਕਰਨ ਚ ਬੜਾ ਫਰਕ ਹੁੰਦਾ ਮੀਤ ਉਹ ਕੋਹੇ ਨੂੰ ਰਹੀਰਾ ਜੋ ਕਿਸੇ ਡੀਸੈਂਟ ਮੁੰਡੇ ਨੂੰ ਹੀ ਆਪਣਾ ਬਣਾਉਗੀ ਤੂੰ ਡੀਸੈਂਟ ਬਣ ਦੀ ਐਕਟਿੰਗ ਕਰ ਸਕਦਾ ਪਰ ਬਣ ਨਹੀਂ ਸਕਦਾ ਤੇ ਮੇਰਾ ਲੰਗੋਟਿਆ ਇਹ ਕਹਿਣਾ ਚਾਹੁੰਦਾ ਕਿ ਗਿੱਲ ਸਾਹਿਬ ਨੂੰ ਹੁਣ ਸੱਚੀ ਮੁੱਚੀ ਸਾਹਿਬ ਬਣ ਕੇ ਦਿਖਾਉਣਾ ਪਊ ਕਿੰਨੇ ਲਿਖਿਆ ਸਟੂਡੈਂਟਸ ਪੜ੍ਹਾਈ ਤੇ ਰੋਜ਼ ਕਰੀ ਦੀਏ ਕਿਉਂ ਨਾ ਅੱਜ ਕੋਈ ਗੱਲਬਾਤ ਕੀਤੀ ਜਾਏ ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਸਵਾਲ ਪੁੱਛਾਂਗਾ ਤੁਸੀਂ ਉਹਦਾ ਜਵਾਬ ਦੇਣਾ ਹਾਂ ਬਾਈ ਤੂੰ ਦੱਸ ਓਏ ਦੁਨੀਆ ਦਾ ਸਭ ਤੋਂ ਵਧੀਆ ਰੰਗ ਕਿਹੜਾ ਹੁੰਦਾ ਆ ਸਾਨੂੰ ਤੇ ਜੀ ਕਾਲਾ ਰੰਗ ਵਧੀਆ ਲੱਗਦਾ ਹੈ ਕਾਲਾ ਉਹ ਕਿਵੇਂ ਅਸਾਂ ਦੇ ਫੁੱਫੜ ਦਾ ਰੰਗ ਬੜਾ ਕਾਲਾ ਹੈ ਅਸਾਂ ਦੀ ਭੂਆ ਉਹਦੇ ਵੱਲ ਦੇਖ ਕੇ ਗਾਣਾ ਗਾਉਂਦੀ ਹੈ ਮੇਰਾ ਕਾਲੇ ਰੰਗ ਦਾ ਯਾਰ ਮੈਨੂੰ ਬੁੜੀਆਂ ਕਹਿੰਦੀਆਂ ਡੈਡੀ ਘਰ ਤੋਂ ਰਹਿੰਦਾ ਹੈ ਬਾਹਰ ਮੇਰੀਆਂ ਕੁੜੀਆਂ ਕਹਿੰਦੀਆਂ ਸਰ ਮੈਂ ਤੁਹਾਨੂੰ ਦੱਸਦਾ ਜੀ ਪੂਰੀ ਗੱਲ ਇਹਦੇ ਫੁੱਫੜ ਦਾ ਰੰਗ ਨਹੀਂ ਹੋਇਆ ਜੇ ਗੋਰਾ ਤੇ ਇਹਦੀ ਭੂਆ ਇਹਦੇ ਫੁੱਫੜ ਤੋਂ ਤੰਗ ਆ ਗਈ ਇਧਰ ਦੇਖੋ ਉਹਨੇ ਦੀ ਕੁੱਤੀ ਨਹੀਂ ਜਿੰਨੇ ਦੇ ਬੰਦ ਖਾ ਗਈ ਗਿੱਲ ਤੂੰ ਦੱਸ ਸਰ ਸਭ ਤੋਂ ਸੋਹਣਾ ਰੰਗ ਹੈ ਇਸ਼ਕ ਦਾ ਰੰਗ ਉਹ ਇਸ਼ਕ ਜਿਹੜਾ ਹੀਰ ਰਾਂਝੇ ਤੇ ਸੋਹਣੀ ਮਹੀਵਾਲ ਨੇ ਕੀਤਾ ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾ ਨੇ ਕੀਤਾ ਸਰ ਉਹ ਰੰਗ ਜਿਹੜਾ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਆਪਣੀ ਧਰਤੀ ਮਾਂ ਲਈ ਕੀਤਾ ਹਾਏ ਗਿੱਲ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਪਿਆ ਆਈ ਐਮ ਸੌਰੀ ਮੈਨੂੰ ਤੇ ਇਹਦੀਆਂ ਗੱਲਾਂ ਕੁਝ ਖਾਸ ਨਹੀਂ ਲੱਗ ਰਹੀਆਂ ਸਰ ਮੈਨੂੰ ਲੱਗਦਾ ਜਿਹੜਾ ਇਸ਼ਕ ਦਾ ਰੰਗ ਹੈ ਇਹ ਸਾਰੇ ਰੰਗਾਂ ਤੋਂ ਸੋਹਣਾ ਰੰਗ ਹੈ ਵਾਹ ਮੀਤ ਮੈਨੂੰ ਲੱਗਦਾ ਤੁਸੀਂ ਕੁਝ ਸੋਚ ਰਹੇ ਸੀ ਸੋਚ ਤੇ ਮੈਂ ਰਹੀ ਸੀ ਮੈਨੂੰ ਲੱਗਦਾ ਮੇਰੇ ਬਾਰੇ ਸੋਚ ਰਹੇ ਸੀ ਅਸਲ ਵਿੱਚ ਮੈਂ ਨਾ ਗਿੱਲ ਦੇ ਬਾਰੇ ਸੋਚ ਰਹੀ ਸੀ ਗਿੱਲ ਬਾਰੇ ਸੋਚ ਰਹੇ ਸੀ ਪਰ ਕੀ ਸੋਚ ਰਹੇ ਸੀ ਮੈਂ ਸੋਚ ਰਹੀ ਸੀ ਕਿ ਇਹ ਗਿੱਲ ਜਿੱਦਾਂ ਦਾ ਬਣਦਾ ਹੈ ਨਾ ਉਦਾਂ ਦਾ ਹੈ ਨਹੀਂ ਹੋਵੇ ਨਾ ਹੋਵੇ ਇਹ ਗਿੱਲ ਕੁਝ ਹੋਰ ਹੀ ਲੋ ਤੁਹਾਨੂੰ ਕੁਝ ਪਤਾ ਹੀ ਨਹੀਂ ਕੀ ਗਿੱਲ ਇੱਕ ਨੰਬਰ ਦਾ ਇਆਸ਼ ਤੇ ਗੁੰਡਾ ਸ਼ਰਾਬ ਪੀਣੀ ਸ਼ਰਾਬ ਜੂਆ ਖੇਡਣਾ ਲੜਾਈ ਝਗੜੇ ਕੁੱਟਮਾਰ ਹੋਵੇ ਇਹ ਗਿੱਲ ਲਈ ਆਮ ਜਿਹੇ ਕੰਮ ਨੇ ਨਾਲੇ ਸ਼ਰੀਫ ਜਿਹਾ ਵੜ ਤਾਂ ਉੱਤੇ ਜਮਾ ਹੀ ਚੰਗਾ ਨਹੀਂ ਲੱਗਦਾ ਤੇ ਇੰਨਾ ਕੁਝ ਜਾਣਦੇ ਹੋਏ ਵੀ ਤੁਸੀਂ ਉਹਦੇ ਨਾਲ ਰਹਿੰਦੇ ਹੋ ਕੀ ਕਰਾਂ ਆਹੀ ਤਾਂ ਮਜਬੂਰੀ ਹੈ ਯਾਰ ਹੈ ਨਾ ਮੇਰਾ ਨਾਲੇ ਅਨਾਥ ਹੈ ਮੇਰੇ ਬਿਨਾਂ ਕੋਈ ਹੈ ਵੀ ਨਹੀਂ ਉਹਦਾ ਪਰ ਮੈਂ ਚਾਹੁੰਦਾ ਕਿ ਉਹ ਸਾਰੇ ਗਲਤ ਗੁਲਤ ਕੰਮ ਛੱਡ ਕੇ ਮੇਰੇ ਵਾਂਗ ਚੰਗਾ ਇਨਸਾਨ ਬਣੇ
ਪਰ ਮੈਨੂੰ ਨਹੀਂ ਲੱਗਦਾ। ਕੀ ਨਹੀਂ ਲੱਗਦਾ? ਇਹੀ ਕਿ ਡੀਸੈਂਟ ਬਣਨ ਦੀ ਐਕਟਿੰਗ ਕਰਨੀ ਕਿਹੜੀ ਸੌਖੀ ਪਈ ਹੈ, ਅੱਜ ਨਹੀਂ ਤੇ ਕੱਲ ਫੜਿਆ ਜਾਊ, ਹਕੀਕਤ ਸਾਹਮਣੇ ਆ ਹੀ ਜਾਂਦੀ ਹੈ। ਮੈਨੂੰ ਵੀ ਉਹ ਇਦਾਂ ਦਾ ਹੀ ਲੱਗਦਾ ਹੈ। ਮੇਰੇ ਬਾਰੇ ਤੁਹਾਡਾ ਕੀ ਖਿਆਲ ਹੈ? ਤੁਹਾਡੇ ਬਾਰੇ ਚ ਇਸ ਪੂਰੇ ਕਾਲਜ ਚੋਂ ਇੱਕ ਤੁਸੀਂ ਹੀ ਮੈਨੂੰ ਡੀਸੈਂਟ ਮੁੰਡੇ ਲੱਗਦੇ ਹੋ। ਸੱਚੀ? ਸੱਚੀ। ਹਾਏ ਓਏ ਰੱਬਾ, ਜਿੰਨੇ ਪਿਆਰ ਨਾਲ ਮੁੱਛੀ ਗਿਆ, ਮੈਂ ਤਾਂ ਇੱਥੇ ਮੁੱਕ ਚੱਲਾ ਸੀ। ਲੈ ਵੇ ਗੱਲ, ਤੂੰ ਵੀ ਕੀ ਯਾਦ ਰੱਖੇਗਾ, ਪਾਤਾ ਇੱਕੀਆਂ ਦਾ ਸ਼ਗਨ, ਚਾੜਤੀ ਦਾਲ ਚੁੱਲ੍ਹੇ ਤੇ ਬਾਲਤੀ ਥੱਲੇ ਅੱਗ। ਚਾੜਤੀ ਦਾਲ ਚੁੱਲ੍ਹੇ ਤੇ ਬਾਲਤੀ ਥੱਲੇ ਅੱਗ, ਕੀ ਗੱਲ ਸਾਲਿਆ, ਢਾਬਾ ਖੋਲ ਲਿਆ? ਢਾਬਾ ਤਾਂ ਨਹੀਂ ਖੋਲਿਆ, ਮੀਰਤੀ ਤਾਂ ਤੇਰੇ ਯਾਰ ਦੀ ਦਾਲ ਗਾਲਣੀ ਸ਼ੁਰੂ ਹੋ ਗਈ ਹੈ। ਗਾਲ ਲਓ ਦਾਲ, ਛਕਣੀ ਤਾਂ ਗਿੱਲ ਸਾਹਿਬ ਨਹੀਂ ਹੈ। ਕੋਈ ਨਾ, ਵੈਸੇ ਵੀ ਦੋ ਦਿਨ ਬਾਅਦ ਤੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਣਾ। ਦੋ ਦਿਨ ਬਾਅਦ ਸੁਨਾਮੀ ਹੋਣ ਵਾਲੀ ਹੈ। ਪੁੱਤਰਾ, ਤੇਰੇ ਲਈ ਤਾਂ ਸੁਨਾਮੀ ਆ, ਇਹੋ ਜਿਹਾ ਕੀ ਹੋਣ ਵਾਲਾ? ਇਹ ਤਾਂ ਦੋ ਦਿਨ ਬਾਅਦ ਹੀ ਪਤਾ ਲੱਗੂ, ਵੈਲੈਂਟਾਈਨ ਡੇ ਤੇ। ਵੈਲੈਂਟਾਈਨ ਡੇ? ਆਈ ਲਾਈਕ ਯੂ ਉਮੀਦ, ਮੈਂ ਤੈਨੂੰ ਬਹੁਤ ਪਿਆਰ ਕਰਦਾ, ਕੀ ਤੂੰ ਮੇਰੀ ਲਾਈਫ ਪਾਰਟਨਰ ਬਣੇਗੀ? ਕੈਨ ਆਈ ਸੇ ਯੂ ਸਮਥਿੰਗ? ਨਹੀਂ ਯਾਰ, ਤੂੰ ਇੱਥੇ ਖੜਾ ਪ੍ਰੈਕਟਿਸ ਕਰੀ ਜਾ ਮੀਤ ਨੂੰ ਪ੍ਰਪੋਜ਼ ਕਰਨ ਦੀ, ਨਹੀਂ ਗਿੱਲ ਦੇ ਵਿਆਹ 'ਚ ਭੰਗੜਾ ਪਾਉਣ ਦੀ। ਪਰ ਉਹ ਕਿਉਂ? ਕਿਉਂਕਿ ਤੇਰਾ ਯਾਰ ਗਿੱਲ ਮੀਤ ਨੂੰ ਪ੍ਰਪੋਜ਼ ਕਰਨ ਗਿਆ ਹੈ, ਹੋ ਸਕਦਾ ਹੈ ਉਹਨੇ ਉਹਨੂੰ ਹਾਂ ਵੀ ਕਰ ਦਿੱਤੀ ਹੋਵੇ। ਓਏ ਆ ਗਈ, ਮੇਰਾ ਇਸ ਦੁਨੀਆ ਤੇ ਆਪਣਾ ਕੋਈ ਵੀ ਹੈ ਨਹੀਂ, ਸਿਰਫ ਇੱਕ ਦੋਸਤ ਹੈ ਲੱਖਾ, ਜਿਹਨੂੰ ਮੈਂ ਆਪਣੇ ਦਿਲ ਦੀ ਹਰ ਗੱਲ ਦੱਸ ਸਕਦਾ, ਹਰ ਗੱਲ ਸਾਂਝੀ ਕਰ ਸਕਦਾ। ਪਰ ਸੱਚਾ ਪਾਤਸ਼ਾਹ, ਹੋਰ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਕਰੂ ਇਹ ਲੱਖੇ ਨਾਂ ਦਾ ਦਰਿੰਦਾ। ਇੰਨੀਆਂ ਤਾਂ ਜੁਝਾਰ ਬੱਸਾਂ ਵਾਲਿਆਂ ਕੋਲ ਬੱਸਾਂ ਨਹੀਂ ਹੋਣੀਆਂ ਜਿੰਨੀਆਂ ਸਾਲੇ ਕੋਲ ਗਰਲਫ੍ਰੈਂਡ ਨੇ, ਹੁਣ ਮੀਤ ਦੀ ਜ਼ਿੰਦਗੀ ਖਰਾਬ ਕਰਨ ਲੱਗਿਆ ਹੋਇਆ। ਲੱਖਾ ਮੇਰਾ ਦੋਸਤ ਵੀ ਹੈ, ਮੈਂ ਸਾਡੀ ਇਸ ਲਈ ਦੱਸ ਵੀ ਨਹੀਂ ਸਕਦਾ, ਪਰ ਮੈਂ ਮੀਤ ਦੀ ਜ਼ਿੰਦਗੀ ਖਰਾਬ ਨਹੀਂ ਹੋਣ ਦੇ ਸਕਦਾ। ਰੱਬਾ, ਮੈਂ ਤੇਰੇ ਤੋਂ ਕਦੇ ਕੁਛ ਨਹੀਂ ਮੰਗਿਆ, ਅੱਜ ਤੇਰੇ ਮੂਹਰੇ ਝੋਲੀ ਅੜਦਾ। ਪਲੀਜ਼ ਮੀਤ ਦੀ ਜ਼ਿੰਦਗੀ ਇਸ ਪਾਗਲ ਦਰਿੰਦੇ ਤੋਂ ਬਚਾ ਦੇ, ਪਲੀਜ਼ ਰੱਬਾ। ਚੰਗਾ ਰੱਬ ਜੀ, ਚੱਲਦਾ ਮੈਂ। ਮੀਤ, ਤੂੰ ਕਦੋਂ ਆਏ ਇੱਥੇ? ਜਦੋਂ ਤੁਸੀਂ ਰੱਬ ਨਾਲ ਗੱਲਾਂ ਕਰ ਰਹੇ ਸੀ। ਮੀਤ, ਗਿੱਲ, ਤੁਸੀਂ ਦੋਵੇਂ ਗੱਲਾਂ ਕਰੋ, ਮੈਂ ਲੈਕਚਰ ਅਟੈਂਡ ਕਰਕੇ ਮਿਲਦੀ ਹਾਂ। ਓਕੇ, ਬਾਏ। ਬਾਏ। ਐਕਚੁਅਲੀ ਜਦੋਂ ਮੇਰਾ ਮਨ ਭਰਿਆ ਹੁੰਦਾ ਨਾ, ਮੈਂ ਰੱਬ ਨਾਲ ਗੱਲਾਂ ਕਰਕੇ ਆਪਣਾ ਦਿਲ ਹੌਲਾ ਕਰ ਲੈਣਾ। ਚਲੋ ਠੀਕ ਹੈ ਮੀਤ, ਮੈਂ ਲਾਇਬ੍ਰੇਰੀ ਚੱਲਾ ਸੀ ਯਾਰ। ਐਕਚੁਅਲੀ ਮੈਂ ਵੀ ਲਾਇਬ੍ਰੇਰੀ ਜਾ ਰਹੀ ਸੀ। ਆਪਣੀ ਸੋਚ ਕਿੰਨੀ ਮਿਲਦੀ ਹੈ ਯਾਰ। ਚਲੀਏ ਫਿਰ। ਚਲਦੇ ਹਾਂ। ਚਲੋ। ਓਹ, ਹੀਰ ਰਾਂਝੇ ਦੀ ਸਟੋਰੀ। ਐਕਚੁਅਲੀ ਮੈਂ ਨਾ ਆਸ਼ਕੀ ਤੇ ਰਿਸਰਚ ਕਰ ਰਿਹਾ। ਮਤਲਬ ਕਿਵੇਂ ਸਾਨੂੰ ਕੋਈ ਸਾਹ ਤੋਂ ਪਿਆਰਾ ਹੋ ਜਾਂਦਾ ਹੈ ਤੇ ਸਾਡਾ ਦਿਲ ਉਹਨੂੰ ਵੇਖਣ ਲਈ ਕਿਉਂ ਤੱਕ ਤੱਕ ਕਰਦਾ ਰਹਿੰਦਾ ਹੈ। ਕਿਉਂ, ਤੈਨੂੰ ਆਸ਼ਕਾਂ ਦੀ ਸਟੋਰੀਆਂ ਚੰਗੀਆਂ ਨਹੀਂ ਲੱਗਦੀਆਂ? ਵੈਲ ਨਾਟ, ਮੈਂ ਤਾਂ ਨਹੀਂ ਕਿਹਾ। ਹਾਂ, ਆਈ ਐਕਚੁਅਲੀ ਲਾਈਕ ਲਵ ਸਟੋਰੀਜ਼। ਮੇਰਾ ਵੀ ਦਿਲ ਕਰਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਵੀ ਕੋਈ ਇਹੋ ਜਿਹਾ ਇਨਸਾਨ ਆਵੇ ਜਿਹੜਾ ਰਾਂਝੇ ਦੀ ਤਰ੍ਹਾਂ ਮੈਨੂੰ ਪਿਆਰ ਕਰੇ ਤੇ ਜਿਹਦੇ ਵਿੱਚ ਮਿਰਜ਼ੇ ਦੀ ਤਰ੍ਹਾਂ ਮੇਰਾ ਹੱਥ ਫੜਨ ਦੀ ਹਿੰਮਤ ਹੋਵੇ। ਮਤਲਬ ਮੇਰੇ ਵਰਗਾ ਆਸ਼ਕ? ਆਸ਼ਕ ਮਤਲਬ ਗਿੱਲ ਸਾਹਿਬ ਵਰਗਾ ਆਸ਼ਕ? ਓ ਵਾਓ, ਤੇ ਤੁਸੀਂ ਆਸ਼ਕ ਵੀ ਹੋ? ਤੈਨੂੰ ਅੱਜ ਪਤਾ ਲੱਗਿਆ?
ਪਹਿਲੇ ਤਾਂ ਪਤਾ ਨਹੀਂ ਸੀ ਪਰ ਅੱਜ ਪਤਾ ਲੱਗ ਗਿਆ। ਓ ਸੌਰੀ। ਹਾਂ ਪਰਨੀਤ, ਹਾਂ ਮੈਂ ਆ ਰਹੀ ਹਾਂ। ਓਕੇ ਹਾਂ, ਐਕਸਕਿਊਜ਼ ਮੀ, ਮੈਂ ਹੁਣੇ ਆਈ। ਪਲੀਜ਼ ਜਲਦੀ ਅਮਿਤ। ਓਕੇ ਹਾਂ ਪਰਨੀਤ, ਮੈਂ ਆ ਰਹੀ ਹਾਂ, ਬੰਦ ਕਰ ਫੋਨ। ਲਓ ਜੀ ਗਿੱਲ ਸਾਹਿਬ, ਬਣ ਗਈ ਤੁਹਾਡੀ ਗੱਲ। ਉਹ ਨੀਤੂ ਜੱਟ ਦੀ ਪਸੰਦ, ਜੱਟ ਨੇ ਵਿਆਹਣੀ ਹੈ। ਕਿਉਂ ਤੋੜਤਾ ਨਾ ਸੁਪਨਾ, ਸਵਰਗਾਂ 'ਚ ਫਿਰਦਾ ਸੀ ਤੇਰਾ ਭਰਾ, ਉਹ ਵੀ ਮੀਤ ਦੇ ਨਾਲ। ਲਵ ਯੂ ਕਹਿਤਾ? ਉਹਨੇ ਹੀ ਕਹਿਤਾ। ਗਾਣਾ ਵੀ ਗਾਇਆ? ਗਾਣਾ ਤਾਂ ਬਣਦਾ ਹੀ ਸੀ। ਡਾਂਸ ਵੀ ਕੀਤਾ ਹੋਣਾ? ਡਾਂਸ ਤਾਂ ਕਰ ਕਰ ਨਾ ਸਾਲਾ ਸਰੀਰ ਦੁਖਣ ਲੱਗਿਆ ਪਿਆ, ਟੁੱਟਣ ਲੱਗਿਆ ਪਿਆ, ਟੁੱਟਣ। ਦਾਰੂ ਪੀਏਂਗਾ? ਨਾ ਯਾਰ, ਦਾਰੂ ਤਾਂ ਬਣਦੀ ਹੈ ਕਿਉਂਕਿ ਮੈਂ ਹਾਰ ਮੰਨ ਲਈ ਨਾ। ਵੈਰੀ ਗੁੱਡ ਯਾਰ, ਆਹ ਕੰਮ ਤੂੰ ਬਹੁਤ ਚੰਗਾ ਕੀਤਾ ਹੈ ਨਾ। ਛੱਡ ਯਾਰ, ਤੂੰ ਹੁਣੇ ਦੱਸ, ਹੁਣ ਤੇ ਦਾਰੂ ਪੀਏਂਗਾ? ਹੁਣ ਤਾਂ ਸਗੋਂ ਦੋ ਪੈਗ ਵੱਧ ਲਵਾਂਗੇ ਮੇਰੇ ਹਰਨ ਦੀ ਖੁਸ਼ੀ 'ਚ। ਉਹ ਨਾ ਯਾਰ, ਤੂੰ ਮੇਰਾ ਭਰਾ। ਹੁਣ ਤੇਰੇ ਕੋਲ ਪੈਸੇ ਵੀ ਨਹੀਂ ਹੋਣੇ। ਬਹੁਤਾ ਹੀ ਕਮੀਨਾ ਸਾਲਿਆ, ਸਾਰਾ ਕੁਝ ਪਤਾ ਤੈਨੂੰ। ਅੰਤਰਯਾਮੀ ਹੈ ਮੇਰਾ ਭਰਾ, ਅੰਤਰਯਾਮੀ। ਆ ਫੜ ਕੈਸ਼ ਤੇ ਕਰ ਐਸ਼। ਓਏ ਆਹ ਤਾਂ ਠੀਕ ਹੈ, ਪਰ ਆਪਣੇ ਹੌਸਲੇ ਸਤਾਈ ਬਹੁਤ ਆ ਯਾਰ, ਐਵੇਂ ਕਿਸੇ ਨੂੰ ਸ਼ੱਕ ਸ਼ੁੱਕ ਨਾ ਹੋ ਜਾਵੇ ਯਾਰ। ਸ਼ੱਕ ਮੇਰੇ ਹੁੰਦਿਆਂ? ਕਮਾਲ ਕਰਤੇ ਯਾਰ, ਹੋਸਟਲ ਜਾਈ ਨਾ, ਫਾਰਮ ਹਾਊਸ ਹੋ ਜਾਈ। ਆ ਠੀਕ ਹੈ। ਹੈਲੋ ਮੀਤ। ਲਖੇ, ਮੈਂ ਤੇਰੇ ਨਾਲ ਕੋਈ ਵੀ ਗੱਲ ਕਰਨਾ ਨਹੀਂ ਚਾਹੁੰਦੀ। ਇੱਕ ਮਿੰਟ ਇੱਕ ਮਿੰਟ, ਮੇਰੀ ਗੱਲ ਤਾਂ ਸੁਣ। ਦੱਸ ਕੀ ਕਹਿਣਾ? ਇਹੀ ਕਹਿਣਾ ਸੀ ਕਿ ਗਿਲ ਦਾ ਅੱਜ ਬਰਥਡੇ ਹੈ। ਗਿਲ ਦਾ ਬਰਥਡੇ? ਪਰ ਉਹਨੇ ਤਾਂ ਮੈਨੂੰ ਦੱਸਿਆ ਨਹੀਂ। ਉਹਨੂੰ ਡੰਗਰ ਨੂੰ ਆਪ ਪਤਾ ਹੋ, ਤੈਨੂੰ ਤਾਂ ਹੀ ਦੱਸੂ ਨਾ। ਇਹੋ ਜਿਹਾ ਸਰਪ੍ਰਾਈਜ਼ ਤਾਂ ਮੈਂ ਉਹਨੂੰ ਹਮੇਸ਼ਾ ਦਿੰਦਾ, ਜੇ ਤੂੰ ਆਉਣਾ ਤਾਂ ਦੱਸ ਦੇ। ਚੱਲ ਠੀਕ ਹੈ, ਫਿਰ ਮੈਂ ਕੇਕ ਲੈ ਕੇ ਆਉਂਦੀ ਹਾਂ। ਨਾ 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 ਨਾ, ਕੇਕ ਰਹਿਣ ਦੇ, ਕੇਕ ਮੈਂ ਉੱਥੇ ਪਹਿਲੇ ਭੇਜ ਚੁੱਕਾ। ਇਸ ਤੋਂ ਪਹਿਲਾਂ ਸਾਲਾ ਇਕੱਲਾ ਹੀ ਖਾ ਜਾਵੇ, ਆਪਾਂ ਨੂੰ ਉੱਥੇ ਪਹੁੰਚ ਜਾਣਾ ਚਾਹੀਦਾ। ਚੱਲ ਠੀਕ ਹੈ, ਫਿਰ ਮੈਂ ਆਉਂਦੀ ਹਾਂ। ਅੱਧੀ ਰਾਤ ਨੂੰ ਪਤਾ ਨੀ ਕੌਣ ਧਾਰਾਂ ਚੋਣ ਆ ਗਿਆ। ਆ ਗਿਆ ਆ ਗਿਆ ਆ ਗਿਆ, ਬਸ ਕੌਣ ਮੀ ਤੂੰ? Happy birthday to you, happy birthday to you, happy birthday dear Gilsa. Hey kon hai? Hey kon hai yaar? Ehi ta main tere kolo puch rahi haan, kon hai? Oh kon ho bhen ji tusi? ਤੂੰ ਮੈਨੂੰ ਪੁੱਛ ਰਿਹਾ ਮੈਂ ਕੌਣ ਆ? ਪਹਿਲਾਂ ਇਹ ਦੱਸ ਇਹ ਕੌਣ ਆ? ਉਹ ਕੌਣ ਹੋ ਤੁਸੀਂ ਯਾਰ? ਉਮੀਦ ਸੌਂ ਗੁਰਦੀ ਯਾਰ, ਮੈਨੂੰ ਨਹੀਂ ਪਤਾ ਕੌਣ ਹੈ। ਤੈਨੂੰ ਨਹੀਂ ਪਤਾ ਤੇ ਫਿਰ ਕਿਹਨੂੰ ਪਤਾ ਕੀ ਹੈ ਕੌਣ ਹੈ? ਮੈਂ ਦੱਸਦਾ ਇਹ ਕੌਣ ਹੈ। ਲੱਗੇ ਮੇਰਾ ਮੁਸ਼ਕਲ ਨਹੀਂ ਖੜੇ, ਜੋ ਤੁਸੀਂ ਮੈਨੂੰ ਮਾਰ ਕਰ ਸਕਦੇ, ਦੱਸ ਦੇ ਇਹਨਾਂ ਨੂੰ ਕੌਣ ਹੈ। ਇਹ ਕਿਰਨ ਨਹੀਂ ਪੰਚਕੁਲੇ ਵਾਲੀ? ਕਿਰਨ ਪੰਚਕੁਲੇ ਵਾਲੀ? ਕਿਹੜੀ ਕਿਰਨ? ਕਿਹੜਾ ਪੰਚਕੂਲਾ? ਆਪਣੀ ਅੱਧੀ ਰਾਤ ਦਾ ਸੜਕ ਮਿੰਨੀ ਬੱਸ ਬਣੀ ਆਉਂਦੀ ਪੰਚਕੂਲੇ ਦੇ ਉੱਤੇ, ਇਹ ਕਿੱਥੋਂ ਆ ਗਈ? ਇਹੀ ਤਾਂ ਮੈਂ ਕਹਿ ਰਿਹਾ, ਇਹ ਕਿੱਥੋਂ ਆਈ ਹੈ? ਅੱਛਾ, ਰੱਖੜੀ ਬੰਨਣ ਆਈ ਹੋਣੀ ਹੈ।
ਸਾਲਿਆ ਬਰਥਡੇ ਇਹਨਾਂ ਤੂੰ ਸੈਲੀਬ੍ਰੇਟ ਕਰ ਰਿਹਾ ਤੇ ਪੁੱਛ ਸਾਨੂੰ ਰਿਹਾ ਕਿੱਥੋਂ ਆਈ ਹੈ ਬੇ ਸ਼ਰਮ ਕਿਸੇ ਥਾਂ ਦਾ ਬਰਥਡੇ ਮੇਰਾ ਹਾਂ ਮੇਰਾ ਬਰਥਡੇ ਤਾਂ 29 ਫਰਵਰੀ ਨੂੰ ਆਉਂਦਾ ਜਿਹੜਾ ਸਾਲਾ 4-5 ਸਾਲਾਂ ਬਾਅਦ ਆਉਂਦਾ ਅੱਜ ਕਿੱਥੋਂ ਆ ਗਿਆ ਅੱਜ ਵੀ ਪੁੱਤਰਾ 29 ਫਰਵਰੀ ਆ 29 ਫਰਵਰੀ ਆ ਜੀ ਇਨਫ ਇਜ਼ ਇਨਫ ਹੁਣ ਬਹੁਤ ਹੋ ਗਿਆ ਵੈਸੇ ਸ਼ਰੀਫ ਫੋਨ ਦੀ ਬੜੀ ਵਧੀਆ ਐਕਟਿੰਗ ਕਰ ਲੈਣਾ ਤੂੰ ਹਾਂ ਤੈਨੂੰ ਮੈਂ ਕੀ ਸਮਝਿਆ ਸੀ ਤੇ ਤੂੰ ਕੀ ਨਿਕਲਿਆ ਚੱਲ ਨਹੀਂ ਮੈਂ ਤੂੰ ਸਮਝਾ ਦੇ ਇਹਨੂੰ ਮੈਂ ਨਹੀਂ ਸਮਝ ਤਾ ਪਰੇ ਯਾਰ ਗੱਲ ਤਾਂ ਸੁਣ ਲੈ ਮੇਰੇ ਯਾਰ ਕੋਈ ਜਣਾ ਸਾਬ ਮੀਤ ਮੇਰੀ ਗੱਲ ਸੁਣ ਮੈਨੂੰ ਕਿਸੇ ਗੱਲ ਦਾ ਕੁਝ ਨਹੀਂ ਪਤਾ ਗਿਲ ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਓਕੇ ਮੈਨੂੰ ਪਤਾ ਨਹੀਂ ਉਹ ਕਮੀਨੀ ਸਟਾਪ ਇਟ ਗਿਲ ਹਾਂਜੀ ਕੀ ਗੱਲ ਹੋ ਗਈ ਮੂਡ ਕਾਹਦੇ ਖਰਾਬ ਕੀਤਾ ਘਰ ਤੋਂ ਨੇ ਮੇਰਾ ਮੂਡ ਖਰਾਬ ਕਿੱਧਰ ਜਾ ਰਹੇ ਕੈਂਟੀਨ ਚਲੋ ਚੱਲਦੇ ਆ ਮੂਡ ਕਦੀ ਵੀ ਖਰਾਬ ਨਹੀਂ ਕਰਨਾ ਕੀ ਕਰਾਂ ਮੈਂ ਮੇਰੇ ਰਸਤੇ ਚ ਆ ਕੇ ਖਲੋ ਗਿਆ ਤੇ ਬੇਵਕੂਫੀਆਂ ਕਰਨ ਲੱਗ ਗਿਆ ਬੇਵਕੂਫਾਂ ਨੇ ਤਾਂ ਬੇਵਕੂਫੀਆਂ ਕਰ ਲਈਆਂ ਮੈਂ ਤਾਂ ਚੱਕ ਦੂੰ ਕੜੇ ਦੇ ਉੱਤੇ ਕੁਲਾ ਕਰਾ ਦੂੰ ਹਲੋ ਹਾਂਜੀ ਹਾਂਜੀ ਤੁਸੀਂ ਕਿੱਥੇ ਖੋ ਗਏ ਕਿਤੇ ਨਹੀਂ ਯਾਰ ਚਾਹ ਤੇ ਪੀ ਲਓ ਓ ਖਾਲੀ ਕਰਕੇ ਮੇਜ਼ ਥੱਲੇ ਰੋੜ ਦੂੰਗਾ ਓਏ ਹੋਏ 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 ਓ ਮਖਿਆ ਲੱਖਿਆ ਓਏ ਮਖਿਆ ਬਾਈ ਤੂੰ ਇੱਥੇ ਓਏ ਮਖਿਆ ਤੈਨੂੰ ਤਾਂ ਮਾਨਾ ਦੇ ਠੇਕੇ ਤੇ ਹੋਣਾ ਚਾਹੀਦਾ ਸੀਗਾ ਤੂੰ ਹੈ ਕੌਣ ਮੇਰ ਮਿੱਤਰ ਦੀ ਫੋਟੋਕਾਪੀ ਕਮਾਲ ਕਰੀਏ ਲੈ ਬਾਈ ਪੁੱਛਾਂ ਚ ਕੁੜੀ ਕੀ ਬਹਿਗੀ ਹੈ ਤੂੰ ਤਾਂ ਪਤਾ ਤੇਰਾ ਯਾਰ ਵੀ ਭੁੱਲ ਗਿਆ ਓਏ ਹੋਏ ਮਖਿਆ ਚਾਹ ਕਿਉਂ ਪੀ ਜਾਂਦਾ ਕਿਉਂ ਦਾਰੂ ਪੀਣੀ ਛੱਡਤੀ ਦਾਰੂ ਬਾਈ ਛੱਡਣੀ ਬਣਦੀ ਹੈ ਤੇਰੀ ਦਾਰੂ ਪੀਣੀ ਬਹੁਤ ਗੰਦੀ ਹੈ ਓਹੋ ਕਮਾਲ ਕਰੀ ਜਾਂਦਾ ਬਾਈ ਮਖਿਆ ਤੇ ਜੂਆ ਹਾਰ ਗਿਆ ਸੀਗਾ ਤਾਂ ਦਾਰੂ ਪੀ ਕੇ ਕਮਲ ਮਾਰਨ ਦੀ ਕੀ ਲੋੜ ਸੀਗੀ ਜੂਆ ਉਹਦਾ ਬੂਟਾ ਤੈਨੂੰ ਘਰੇ ਛੱਡ ਕੇ ਆਇਆ ਤੇ ਮੈਂ ਵੀ ਘਰੇ ਜਾ ਕੇ ਆ ਤੇਰੀ ਉਲਟੀ ਵਾਲੇ ਲੀੜੇ ਧੋਤੇ ਆ ਲੈ ਤੂੰ ਸੁੱਕ ਕੇ ਦੇਖ ਲਾ ਐਡੇ ਮੁਸ਼ਕ ਮਾਰਦੀ ਆ ਮਖਿਆ ਬਾਈ ਆ ਪਰਸ ਤੇਰਾ ਹੀ ਹੈ ਪਰਸ ਤਾਂ ਮੇਰਾ ਹੈ ਪਰ ਤੇਰੇ ਕੋਲ ਕਿੱਥੋਂ ਆਇਆ ਓਹੋ ਮੈਂ ਕਿਹਾ ਤੂੰ ਜਲਦਬਾਜ਼ੀ ਚ ਹਾਤੇ ਤੇ ਭੁੱਲਿਆ ਸੀਗਾ ਹਾਤੇ ਦਾ ਬੰਦਾ ਮਾਨਦਾਰ ਹੈ ਹੁਣੇ ਜਾ ਕੇ ਮੈਨੂੰ ਫੜਾਤਾ ਇਹ ਜੋ ਪੰਜੀ ਨਹੀਂ ਕੱਢੀ ਗਈ ਪਰ ਇੱਕ ਗੱਲ ਹੈ ਭਈਏ ਨੇ ਨਾ ਜਿਹੜੇ ਕੁੜੀਆਂ ਦੇ ਮੋਬਾਈਲ ਨੰਬਰ ਸੀਗੇ 20-25 ਉਹ ਜ਼ਰੂਰ ਕੱਢੇ ਆ ਮੈਂ ਕਿਹਾ ਇਹਨੂੰ ਵੀ ਸਵਾਲ ਲੈ ਦਿਓ ਮੈਂ ਕਿਹਾ ਬਾਈ ਜਿਹੜੀ ਇਹ ਚ ਫੀਮ ਸੀਗੀ ਉਹ ਮੈਂ ਹੜੱਪ ਕਰ ਗਿਆ ਮੈਂ ਤੁਹਾਨੂੰ ਦੱਸਾਂ ਨਹੀਂ ਚੰਗਾ ਮੇਰਾ ਕੰਮ ਹੋ ਗਿਆ ਮੈਂ ਚੱਲਿਆ ਆਪਾਂ ਚੁਆਤੀ ਲਾਉਣੀ ਲਾਤੀ ਆਪੇ ਤੂੰ ਕੀ ਜਾਊਗੀ ਹੁਣ ਬਹੁਤ ਹੋ ਗਿਆ ਮੀਤ ਇਹ ਬਿਲਕੁਲ ਝੂਠ ਹੈ ਛੱਡ ਮੇਰੇ ਹੱਥ ਯੂ ਸਕਾਊਂਡਰ ਇਹਨਾਂ ਦੋਨਾਂ ਨੇ ਉਸ ਵਿਚਾਰੀ ਮੀਤ ਨੂੰ ਕਾਲਜ ਛੱਡਣ ਤੇ ਮਜਬੂਰ ਕਰ ਦਿੱਤਾ ਤੇ ਮੈਨੂੰ ਲੱਗਦਾ ਕਿ ਤੇਰੇ ਨਾਲ ਵੀ ਹੁਣ ਕੁਝ ਐਦਾਂ ਹੀ ਕਰਨਗੇ ਮੈਂ ਮੀਤ ਨਹੀਂ ਜਿਹੜੀ ਇਹਨਾਂ ਦੇ ਚੱਕਰਾਂ 'ਚ ਆ ਕੇ ਕਾਲਜ ਛੱਡ ਕੇ ਭੱਜ ਜਾਊਂ ਸਗੋਂ ਇਹਨਾਂ ਬਿਸ਼ਰਮਾ ਨੂੰ ਬੁਰਕਾ ਨਾ ਪਵਾਤਾ ਨਾ ਤਾਂ ਮੇਰਾ ਨਾਂ ਵੀ ਮਾਹੀ ਨਹੀਂ ਮੈਨੂੰ ਤਾਂ ਲੱਗਦਾ ਸੀ ਕਿ ਰੱਬ ਨੇ ਸੋਹਣੀਆਂ ਕੁੜੀਆਂ ਬਣਾਉਣੀਆਂ ਬੰਦ ਕਰ ਦਿੱਤੀਆਂ ਮੇਰੀ ਅੱਗ ਹੈ ਅੱਗ ਪਤਾ ਨਹੀਂ ਉਸ ਅੱਗ ਨੂੰ ਸੇਕਣ ਦਾ ਕਦੋਂ ਮੌਕਾ ਮਿਲੂ ਰੱਬ ਤਾਂ ਮੇਰੇ ਵੀ ਤੇਰੇ ਵਾਂਗੂ ਨੇਕ ਨੇ ਯਾਰ ਪਰ ਨਾ ਪਰ ਕੀ ਪਿਛਲੀ ਵਾਰ ਵਾਂਗੂ ਇੱਕ ਦੂਜੇ ਦੀ ਬੇੜੀਆਂ 'ਚ ਬੱਟੇ ਨਹੀਂ ਪਾਵਾਂਗੇ ਸਗੋਂ ਇੱਕ ਦੂਜੇ ਦਾ ਸਾਥ ਦੇਵਾਂਗੇ ਸਾਲਿਆ ਪਹਿਲੀ ਵਾਰੀ ਕੋਈ ਚਾਹੀਦੀ ਗੱਲ ਕੀਤੀ ਹੈ ਜੇ ਇਹ ਗੱਲ ਹੈ ਮੈਂ ਤੇਰੇ ਨਾਲ ਆਪਾਂ ਦੋਨੇ ਕੋਈ ਇਹੋ ਜਿਹੀ ਸਕੀਮ ਬਣਾਈਏ ਕਿ ਆਪਣੇ ਦੋਨਾਂ 'ਚੋਂ ਇੱਕ ਨੂੰ ਚੁਣ ਲੈ ਤੇ ਦੂਜੇ ਨੂੰ ਇਤਰਾਜ਼ ਨਾ ਹੋਵੇ ਫਿਰ ਐਂ ਕਰਦੇ ਹਾਂ 3 ਦਿਨ ਤੂੰ ਟਰਾਈ ਕਰ 3 ਦਿਨ ਮੈਂ ਕਰਦਾ ਇਮਾਨਦਾਰੀ ਨਾਲ ਇੱਕ ਦੂਜੇ ਦੀ ਹੈਲਪ ਕਰਾਂਗੇ ਜੇ ਮਨਜ਼ੂਰ ਹੈ ਤਾਂ ਮੁਲਾਕਾਤ
ਹੱਥ ਨਹੀਂ ਜਫੀ ਬਣਦੀ ਹੈ। ਜਿਵੇਂ ਸਮਝਾਇਆ ਐਕਟਿੰਗ ਕਰ ਲੋਗੇ ਨਾ। ਆ ਕਿਹੜੀ ਗੱਲ ਕਰਤੀ ਵੀਰੇ, ਅਸੀਂ ਤਾਂ ਜਨਮ ਤੋਂ ਹੀ ਐਕਟਰ ਆ। ਆ ਗਈ ਓਏ, ਕਿੱਦਾਂ ਸੋਹਣੇ ਹੋ, ਕਿੱਥੇ ਚੱਲੇ ਆ ਕੱਲੇ ਕੱਲੇ? ਸਾਨੂੰ ਵੀ ਨਾਲ ਲੈ ਚਲੋ, ਸ਼ੋਪਿੰਗਾਂ ਕਰਾ ਦਈਏ। ਤੁਹਾਨੂੰ ਸੈਂਸ ਨਹੀਂ ਕੁੜੀਆਂ ਨਾਲ ਗੱਲ ਕਿੱਦਾਂ ਕਰੀ ਦੀ ਹੈ ਬੇਵਕੂਫ। ਓ ਹੈਲੋ, ਓ ਹਾਂ ਬਈ, ਚਲੋ ਬੀਬਾ। ਓਕੇ, ਰੱਬ ਦਾ ਵਾਸਤਾ ਹੀ ਸੁਧਰ ਜਾਓ। ਕੀ ਸੋਚਦੇ ਹੋਣਗੇ ਤੁਹਾਡੇ ਮਾਂ ਬਾਪ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਮਿਹਨਤ ਕਰਕੇ ਵੱਡੇ ਅਫਸਰ ਬਣ ਕੇ ਉਹਨਾਂ ਦਾ ਨਾਂ ਉੱਚਾ ਕਰਨਗੇ? ਪਰ ਤੁਸੀਂ, ਜੇ ਤੁਹਾਨੂੰ ਅੱਜ ਤੋਂ ਬਾਅਦ ਮੈਂ ਆਸ਼ਕੀ ਕਰਦੇ ਦੇਖ ਲਿਆ ਨਾ, ਮੈਥੋਂ ਬੁਰਾ ਕੋਈ ਨਹੀਂ। ਚਲੋ 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 ਚਲੋ। ਸੌਰੀ ਭਾਜੀ, ਤੁਸੀਂ ਮੁੰਡਿਆਂ ਨੂੰ ਸਮਝਾ ਕੇ ਕਿੰਨੀ ਵਧੀਆ ਗੱਲ ਕਰ ਰਹੇ ਹੋ। ਜੇਕਰ ਸਾਡੇ ਦੇਸ਼ ਦਾ ਹਰ ਨਾਗਰਿਕ ਇਹੋ ਜਿਹੀ ਗੱਲ ਕਰੇਗਾ ਤਾਂ ਪੰਜਾਬ ਵਿੱਚ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਵੀ ਖਤਮ ਹੋ ਜਾਏਗਾ। ਬਸ ਐਵੇਂ ਮਾੜਾ ਮੋਟਾ ਬੱਚਿਆਂ ਨੂੰ ਸਮਝਾ ਛੱਡੀਦਾ। ਤੁਸੀਂ ਕੱਲ ਕੀ ਕਰ ਰਹੇ ਹੋ? ਕੱਲ? ਹਾਂ ਕੱਲ ਕੁਛ ਨਹੀਂ, ਕੱਲ ਐਕਚੁਅਲੀ ਮੈਂ ਹੋਸਟਲ ਦੇ ਰੂਮ 'ਚ ਆ। ਜੇ ਮਾਈਂਡ ਨਾ ਕਰੋ ਤੇ ਆਪਾਂ ਘੁੰਮਣ ਚੱਲੀਏ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਪਲੀਜ਼ ਮਨਾ ਨਾ ਕਰਨਾ। ਠੀਕ ਹੈ। ਵੈਲ ਐਕਚੁਅਲੀ ਜਾਣਾ ਕਿੱਥੇ ਹੈ? ਆਪਾਂ ਬੋਲਾ ਦਰਿਆ ਚੱਲਦੇ ਹਾਂ, ਠੀਕ 11 ਵਜੇ। ਯਾਦ ਰੱਖਿਓ, ਲੇਟ ਨਾ ਹੋਇਓ। ਜੀ, ਡਨ। ਮੁੰਡੇ ਉਹ ਜਾਣ ਦੇਣੀ ਨਾ ਸੁੱਕੀ, ਅੱਜ ਧੱਕੇ ਚੜ ਗਈ ਯਾਰ ਦੇ, ਜਾਣ ਦੇਣੀ ਨਾ ਸੁੱਕੀ। ਮਾਹੀ, ਸੌਰੀ ਮੈਂ ਥੋੜਾ ਲੇਟ ਹੋ ਗਿਆ। ਕੋਈ ਗੱਲ ਨਹੀਂ, ਮੈਨੂੰ ਆਇਆ ਵੀ 2 ਮਿੰਟ ਹੀ ਹੋਏ ਨੇ। ਕੀ ਜ਼ਰੂਰੀ ਗੱਲ ਸੀ? ਹੈ? ਜ਼ਰੂਰੀ ਗੱਲ? ਉਹੀ ਜਿਹੜੀ ਗੱਲ ਕਹਿਣ ਤੁਸੀਂ ਮੈਨੂੰ ਇੰਨੀ ਦੂਰ ਬੁਲਾਇਆ, ਬੋਲੇ ਦਰਿਆ ਤੇ। ਚਲੋ ਛੱਡੋ, ਭੁੱਲ ਗਏ ਤੇ ਰਹਿਣ ਦਿਓ। ਤੇਰੇ ਕੋਲ ਤਾਂ ਅੱਜ ਦੇ ਦਿਨ ਲੱਖੇ, ਕੱਲ ਨੂੰ ਤਾਂ ਗੱਲ ਨੇ ਸ਼ੁਰੂ ਹੋ ਜਾਣਾ। ਦਰਅਸਲ ਮਾਹੀ, ਤੁਹਾਡੇ ਨਾਲ ਇਹ ਗੱਲ ਕਰਨੀ ਸੀ। ਜਦੋਂ ਦਾ ਮੈਂ ਤੁਹਾਨੂੰ ਦੇਖਿਆ ਨਾ, ਮੇਰੇ ਦਿਲ ਵਿੱਚ ਬਸ ਮੈਂ ਇੱਕ ਮਿੰਟ ਚ ਆਇਆ ਮੈਂ। ਤੁਸੀਂ ਆ ਗਏ? ਐਕਚੁਅਲੀ ਮਾਹੀ, ਬਸ ਜਦੋਂ ਦਾ ਮੈਂ ਤੈਨੂੰ ਦੇਖਿਆ ਨਾ, ਮੇਰੇ ਦਿਲ ਵਿੱਚ ਕੁਝ ਹੋ ਰਿਹਾ। ਬਸ ਮੈਂ ਇੱਕ ਮਿੰਟ ਆਇਆ। ਕੀ ਹੋ ਰਿਹਾ ਹੈ, ਦੱਸ ਕਿਤੇ ਜਾਓ। ਆ ਤੂੰ ਗੀਟੇ ਖੇਡ, ਮੈਂ ਹੁਣੇ ਆਇਆ। ਕਿੱਦਾਂ ਕਰਾਇਆ ਤੇਰਾ ਗਿਲ, ਤੈਨੂੰ ਸੱਪ ਲੜ ਜਾਵੇ ਉਹ ਵੀ ਦੋ ਮੂੰਹਾਂ ਤੇਰੇ ਕੀੜੇ ਪੈ ਜਾਣ, ਮਰ ਗਿਆ ਤੇਰਾ ਕੱਖ ਨਾ ਰਵੇ ਤੇਰਾ। ਤੁਸੀਂ ਠੀਕ ਹੋ? ਹਾਂ, ਆਈ ਐਮ ਓਕੇ। ਪੱਕਾ? ਜਦੋਂ ਦਾ ਮੈਂ ਤੈਨੂੰ ਦੇਖਿਆ ਨਾ ਮਾਹੀ। ਕੀ? ਜਦੋਂ ਦਾ ਤੈਨੂੰ ਦੇਖਿਆ ਨਾ, ਮੈਨੂੰ ਪਤਾ ਸੀ। ਕੀ ਪਤਾ ਸੀ? ਮੈਨੂੰ ਪਤਾ ਸੀ। ਕੀ ਪਤਾ ਸੀ? ਮੈਨੂੰ ਪਤਾ ਸੀ ਇੱਕ ਦਿਨ ਖੁਰਕ ਜ਼ਰੂਰ ਹੋਊਗੀ। ਕੀ ਮਤਲਬ? ਦੱਸੋ ਨਾ ਪਲੀਜ਼। ਕੀ ਦੱਸਾਂ ਤੈਨੂੰ? ਦੱਸੋ ਪਲੀਜ਼। ਜਾਣ ਦੇ, ਛੱਡ ਦੇ।
ਹਾਏ ਸਾਲਿਆ ਜੱਜ ਮੈਂ ਨਾ ਆਉਂਦਾ ਨਾ ਤੇਰੇ ਨਾਲ ਕੁਛ ਵੀ ਹੋ ਸਕਦਾ ਸੀ ਜੇ ਤੂੰ ਮੇਰੀ ਜ਼ਿੰਦਗੀ 'ਚ ਨਾ ਨਾ ਆਉਂਦਾ ਸਾਲਿਆ ਮੈਨੂੰ ਉੱਦਾਂ ਹੀ ਨਹੀਂ ਸੀ ਕੁਛ ਹੋਣਾ ਸ਼ੁਕਰ ਕਰ ਸ਼ੁਕਰ ਸ਼ਾਰਟਕਟ ਦੇ ਚੱਕਰ 'ਚ ਦਰਿਆ ਵੱਲ ਦੀ ਆ ਗਿਆ ਮੈਂ ਨਹੀਂ ਤੈਨੂੰ ਤਰਨਾ ਆਉਣਾ ਨਹੀਂ ਸੀ ਤੇ ਗਿੱਲ ਸਾਹਿਬ ਨੇ ਇਹਨੂੰ ਬਚਾਉਣਾ ਨਹੀਂ ਸੀ ਮੈਂ ਵੀ ਘਬਰਾਈ ਗਈ ਸੀ ਜੇ ਗਿੱਲ ਨਾ ਆਉਂਦਾ ਤਾਂ ਤੇਰਾ ਕੀ ਹੁੰਦਾ ਹਾਏ ਰੱਬਾ ਕੀ ਹੋਇਆ ਕੀ ਹੋਇਆ ਲੈ ਮੈਨੂੰ ਮਿਸਾਲ ਆ ਡਾਕਟਰ ਸਾਹਿਬ ਮਰੀਜ਼ ਇੱਧਰ 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 ਆਓ ਜੀ 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 ਆਵਾਜ਼ ਆ ਰਹੀ ਹੈ ਬਾਹਰ ਦੀਆਂ ਆਵਾਜ਼ਾਂ ਆ ਰਹੀਆਂ ਉਹ ਡਾਕਟਰ ਸਾਹਿਬ ਟੂਟੀ ਦਾ ਲਾ ਲਓ ਸੌਰੀ ਇਹ ਤਾਂ ਪਹਿਲੇ ਨਾ ਆ ਗਿਆ ਡਾਕਟਰ ਨਾਉਣਾ ਬੁਰੀ ਗੱਲ ਆ ਕੋਈ ਆ ਤੁਸੀਂ ਪੜਿਆ ਨਹੀਂ ਨਾਉਣਾ ਸਖਤ ਮਨਾ ਸਾਡੇ ਹਸਪਤਾਲ ਇੱਕ ਮਰੀਜ਼ ਇਸ ਤਰ੍ਹਾਂ ਆਇਆ ਸੀ ਹਾਂ ਉਹ ਬਾਥਰੂਮ 'ਚ ਨਾਉਣ ਗਿਆ ਉੱਥੇ ਹੀ ਮਰ ਗਿਆ ਨਾਉਣ ਗਿਆ ਮਰ ਗਿਆ ਤਿਲਕ ਕੇ ਮਰਿਆ ਸੀ ਡਾਕਟਰ ਸਾਹਿਬ ਤਿਲਕ ਕੇ ਮਰਿਆ ਨਾਉਣ ਗਿਆ ਥੋੜੀ ਮਰਿਆ ਹੋ ਗਿਆ ਤੇ ਨਾਉਣੀ ਸੀ ਡਾਕਟਰ ਸਾਹਿਬ ਇਹ ਥੋੜੀ ਨਾਉਣ ਗਿਆ ਸੀ ਇਹ ਤਾਂ ਤਿਲਕ ਕੇ ਗੱਲਾ ਹੋਇਆ ਉੱਥੇ ਅੱਛਾ ਫੇ ਪੂਰੀ ਗੱਲ ਦੱਸੋ ਨਾ ਜੀ ਜੀ ਪੂਰੀ ਗੱਲ ਦੱਸੋ ਮੈਨੂੰ ਆ ਲੈ ਮੇਰੇ ਮਿਸਾਲ ਆਓ ਮਾਹੀ ਇਹ ਡਾਕਟਰ ਇਲਾਜ ਕਰ ਰਿਹਾ ਹੈ ਜਾਂ ਯੋਗਾ ਕਰਵਾ ਰਿਹਾ ਹੈ ਡਾਕਟਰ ਸਾਹਿਬ ਇਹ ਕਦ ਤੱਕ ਠੀਕ ਹੋ ਜਾਣਗੇ ਦੇਖੋ ਨਾ ਤੇ ਘਬਰਾਉਣ ਦੀ ਲੋੜ ਹੈ ਤੇ ਨਾ ਹੀ ਇਹਨਾਂ ਨੂੰ ਆਉਣ ਦੀ ਲੋੜ ਹੈ ਮੈਂ ਦਵਾਈਆਂ ਲਿਖਤੀਆਂ ਨੇ 3-4 ਦਿਨ ਦਵਾਈ ਦਿਓ ਠੀਕ ਹੋ ਜਾਏਗਾ ਪਰ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਜੋ ਮਰਜ਼ੀ ਹੋ ਜਾਏ ਨਾਉਣ ਨਹੀਂ ਦੇਣਾ ਨਾਉਣ ਨਹੀਂ ਦੇਣਾ ਨਾ ਨਾ ਮਾਹੀ ਮੈਂ ਤੈਨੂੰ ਘਰ ਡ੍ਰੌਪ ਕਰ ਦਵਾਂ ਨਾ ਹਾਂ ਪ੍ਰੀਤੂ ਤਾਂ ਮੜਾ ਖਿਆਲ ਰੱਖੀ ਲੱਖੇ ਦਾ ਨਾ ਮੈਂ ਘਰ ਛੱਡ ਕੇ ਆਇਆ ਆ ਚੱਲੀਏ ਬਾਏ ਆ ਜਾ ਆ ਜਾ ਲੈ ਭਰਾ ਮੇਰੀ ਮਿਹਨਤ ਦਵਾਈ ਖਾ ਲਾ ਇਹ ਤੂੰ ਠੀਕ ਨਹੀਂ ਕਰ ਰਿਹਾ ਉਹ ਤੈਨੂੰ ਦਵਾਈ ਉਹ ਦੇ ਰਿਹਾ ਜ਼ਹਿਰ ਤੈਨੂੰ ਦੇ ਰਿਹਾ ਗੱਲ ਨੂੰ ਘੁਮਾ ਨਾ ਤੈਨੂੰ ਚੰਗੀ ਤਰ੍ਹਾਂ ਪਤਾ ਮੈਂ ਕੀ ਕਹਿ ਰਿਹਾ ਕੀ ਕਹਿ ਰਿਹਾ ਤੇਰੇ ਨਾਲ ਜੋ ਕੁਝ ਵੀ ਹੋਇਆ ਮੇਰਾ ਇਹ 'ਚ ਕੋਈ ਹੱਥ ਨਹੀਂ ਹੈਗਾ ਉਹ ਚੁੱਪ ਕਰਕੇ ਦਵਾਈ ਖਾ ਆਰਾਮ ਕਰ ਤੇ ਗੱਲਾਂ ਕਰਨੀਆਂ ਬੰਦ ਕਰ ਸਾਡੇ ਮੇਰੀ ਵੀ ਖਾਜ ਹੋਣ ਲਾਤੀ ਲਫੜ ਹਾਂਜੀ ਸੁਣਿਓ ਕਿੱਦਾਂ ਮੈਂ ਤੇ ਠੀਕ ਆ ਤੁਸੀਂ ਸੁਣਾਓ ਕੌਣ ਹੈ ਓਏ ਮਾਹੀ ਆਪਣੀ ਇੱਕ ਮਿੰਟ ਮਾਹੀ ਹੈ ਸਾਲਿਆ ਤੂੰ ਕਦੋਂ ਦਾ ਮਾਹੀ ਨਾਲ ਇੰਨਾ ਫਰੈਂਕ ਹੋ ਗਿਆ ਇਹ ਕੌਣ ਬੋਲ ਰਿਹਾ ਓਏ ਲੱਖਾ ਆਪਣਾ ਉਹ ਵਿਚਾਰੇ ਦੇ ਕੁੱਤੇ ਵਾਲੀ ਖਾਜ ਪੈ ਗਈ ਨਾ ਉਹਦੀ ਦਵਾਈ ਦਿੰਦਾ ਸੀ ਤੁਸੀਂ ਕਿੰਨੇ ਚੰਗੇ ਹੋ ਹਾਏ ਦੁਬਾਰਾ ਕਿਉਂ ਇੱਕ ਵਾਰ ਕੀ ਕਿਹਾ ਮੈਂ ਕਿਹਾ ਤੁਸੀਂ ਕਿੰਨੇ ਚੰਗੇ ਹੋ ਤੇ ਸਾਰਿਆਂ ਦਾ ਕਿੰਨਾ ਖਿਆਲ ਰੱਖਦੇ ਹੋ ਚੰਗੇ ਤਾਂ ਤੁਸੀਂ ਵੀ ਘੱਟ ਨਹੀਂ ਜਦੋਂ ਦਾ ਤੁਹਾਨੂੰ ਦੇਖਿਆ ਨਾ ਮੈਂ ਤਾਂ ਆਪਣੀ ਸੁੱਧ ਬੁੱਧੀ ਖੋਈ ਬੈਠਾ ਮੇਰੇ ਦਿਲ ਦਾ ਹਾਲ ਵੀ ਸੇਮ ਹੀ ਹੈ ਫਿਰ ਉਹ ਤਿੰਨ ਲਫ਼ਜ਼ ਕਹਿ ਦੋ ਨਾ ਜਿਹੜੇ ਕੱਲ ਤੈਨੂੰ ਸ਼ਾਮ ਨੂੰ ਘਰ ਛੱਡਣ ਲੱਗੇ ਨੇ ਕਹੇ ਸੀ ਐ ਤਾਂ ਮੈਂ ਤੁਹਾਨੂੰ ਮਿਲ ਕੇ ਹੀ ਬੋਲਾਂਗੀ ਅੱਜ ਰਾਤੀ 10 ਵਜੇ ਹੋਟਲ ਅੰਗਰ ਰੂਮ ਨੰਬਰ 420 ਭੁੱਲ ਨਾ ਮਤ ਆ ਗਿਆ ਇੰਗਲਿਸ਼ ਕਾਟਿੰਗ ਇੰਗਲਿਸ਼ ਕਾਟਿੰਗ ਮਾਹੀ ਆਜੋ ਆਜੋ ਲੱਗ ਗਿਆ ਮੈਂ ਆ ਗਿਆ ਆਜੋ ਅੱਗੇ ਆਜੋ ਉਹ ਤੇਰੀ ਆਵਾਜ਼ ਨੂੰ ਕਿਉਂ ਗਿਆ ਐਕਚੁਅਲੀ ਮੈਂ ਨਾ ਠੰਡੀ ਲੱਸੀ ਦੇ ਨਾਲ ਗਰਮ ਗੁਲਾਬ ਜਾਮਣਾ ਖਾ ਲਿਆ ਸੀ ਫਿਰ ਹਨੇਰਾ ਕਦੇ ਕੀਤਾ ਆਪਣੀ ਜ਼ਿੰਦਗੀ ਦਾ ਹਨੇਰਾ ਦੂਰ ਕਰਨ ਲਈ ਹਨੇਰਾ ਕਰਨਾ ਜ਼ਰੂਰੀ ਹੈ ਹੈ ਅੱਛਾ ਹੈ ਰੱਬ ਮੇਰੀ ਤਮੰਨਾ ਪੂਰੀ ਕਰੂ ਇਹ ਤਾਂ ਮੈਨੂੰ ਪਤਾ ਸੀ ਪਰ ਇੰਨੀ ਛੇਤੀ ਕਰੂ ਇਹ ਨਹੀਂ ਪਤਾ ਉਹ ਰੱਬ ਨੇ ਦਿੱਤੀਆਂ ਗੋਜਰਾਂ ਪਿੱਛੀ ਰੰਬੋ ਰੱਖ ਛਾ ਜਾਓ ਗਿਲਸਾ
ਮਾਈ ਤੂੰ ਇੰਨੀ ਮੋਟੀ ਕਦੋਂ ਹੋ ਗਈ? ਓਏ ਆ ਕੇ ਤੂੰ ਕੌਣ ਹੈ ਤੂੰ? ਓਏ ਓਏ ਤੂੰ ਮੰਮਾ ਮੈਂ ਤੇਰੇ ਪਿਆਰ ਦੀ ਭੁੱਖੀ, ਤੇਰੀ ਸੁੱਖੀ, ਕੱਢੂਗੀ ਤੇਰੀ ਧੁੱਕੀ। ਬਸ ਆਪਣੀ ਪੱਗ ਨੂੰ ਹੱਥ ਪਾ ਕੇ ਰੱਖੀ, ਕਿਉਂਕਿ ਤੂੰ ਮੇਰਾ ਸਿੰਘ ਇਸ ਕਿੰਗ ਆ। ਸਿੰਘ ਇਸ ਕਿੰਗ ਤਾਂ ਅਕਸ਼ੇ ਭਾਜੀ ਨੇ, ਪਰ ਮੇਰਾ ਸਿੰਘ ਇਸ ਕਿੰਗ ਤਾਂ ਤੂੰ ਹੀ ਹੈ। ਭੱਜੀ ਨਾ, ਮੈਨੂੰ ਜੁੱਡੋ ਕਰਾਟੇ ਵੀ ਆਉਂਦੇ ਆ। ਤਰਸ ਨਹੀਂ ਹੋ? ਨਹੀਂ ਉੱਪਰ ਚੁੱਕੋ। ਜੀਪ ਕੱਢੋ, ਮੇਰੀ ਨਹੀਂ ਆਪਣੀ। ਡਾਕਟਰ ਸਾਹਿਬ ਇਹਨੂੰ ਹੋਇਆ ਕੀ ਹੈ? ਇਹਦੇ ਤੇ ਕੋਈ ਬਹੁਤ ਭਾਰੀ ਮੁਸੀਬਤ ਡਿੱਗੀ ਆ, ਇਹਦੀਆਂ ਤਾਂ ਪਸਲੀਆਂ ਵੀ ਦੱਬ ਗਈਆਂ। ਇਹ ਤਾਂ ਥੋੜੀ ਦੇਰ ਪਾਰਕ ਤੇ ਹੋਰ ਇਹਦੇ ਉੱਪਰ ਰਹਿ ਜਾਂਦਾ ਨਾ, ਇਹ ਤੇ ਗਿਆ ਸੀ। ਵੈਸੇ ਠੀਕ ਤਾਂ ਹੋ ਜੂਗਾ ਨਾ? ਓਏ ਮੈਂ ਕੋਈ ਮਾੜਾ ਮੋਟਾ ਸਿਆਣਾ ਨਹੀਂ ਹੈਗਾ, ਠੀਕ ਨਹੀਂ ਹੋਊਗਾ ਗੱਲਾਂ ਕਰਦਾ। ਆਹ ਦਵਾਈਆਂ ਨੂੰ ਟਾਈਮ ਸਿਰ ਦੇਈ ਜਾਣੀ ਆ। ਆ ਦੇਖੋ ਇਧਰ, ਐ 2:30 ਵਜੇ ਰਾਤ ਨੂੰ ਐ ਕੈਪਸੂਲ ਦੇਣਾ ਇਹਨਾਂ ਨੂੰ। ਜੇ ਪੱਠੇ ਦਰਦ ਹੋਵੇ ਤਾਂ ਇਦਾਂ ਦੇਣਾ, ਜੇ ਮੋਰਾਂ 'ਚ ਹੋਵੇ ਤਾਂ ਤੇ ਫਿਰ ਇਦਾਂ ਕਰਕੇ। ਹੋਰ ਕੋਈ ਪਰਹੇਜ? ਉਹ ਵੇਖੋ ਇੱਕੋ ਹੀ ਪਰਹੇਜ ਆਪਣਾ, ਨਾਉਣ ਨਹੀਂ ਦੇਣਾ। ਜਾਓ ਡਾਕਟਰ ਸਾਹਿਬ ਅੱਗੇ ਕਿਹੜਾ ਨਾਉਂਦਾ ਇਹ, ਚੱਲ ਜਾਓ। ਸ਼ਾਬਾਸ਼, ਬਹੁਤ ਬੁਰਾ ਕੀਤਾ। ਤੂੰ ਕਿਹੜਾ ਮੇਰੇ ਫੁੱਲਾਂ ਦੇ ਹਾਰ ਪਾਉਂਦਾ ਰਿਹਾ? ਨਾਲੇ ਆਖਰੀ ਗੱਲ ਸੁਣ ਲੈ ਮੇਰੀ, ਇਸ ਵਿੱਚ ਮੇਰਾ ਕੋਈ ਹੱਥ ਨਹੀਂ। ਇਸ ਵਾਰ ਸ਼ਗਨ ਆਪਾਂ ਨੂੰ ਕੋਈ ਹੋਰ ਹੀ ਪਾ ਗਿਆ। ਮੈਂ ਤੈਨੂੰ ਕਿਹਾ ਸੀ ਨਾ, ਇਹਨਾਂ ਦੋਨਾਂ ਨੂੰ ਮੈਂ ਸਬਕ ਸਿਖਾ ਕੇ ਰਵਾਂਗੀ। ਸਿਖਾ ਦਿੱਤਾ ਨਾ, ਹੁਣ ਨਾ ਇਹ ਕੁੜੀਆਂ ਕੋਲੋਂ ਨਾ 2 ਕਿਲੋਮੀਟਰ ਦੀ ਦੂਰੀ ਬਣਾ ਕੇ ਰੱਖਣਗੇ। ਤੂੰ ਬਿਲਕੁਲ ਸਹੀ ਕਿਹਾ ਸੀ ਮਾਹੀ, ਜੋ ਤੂੰ ਇਹਨਾਂ ਨਾਲ ਕੀਤਾ ਨਾ ਸਾਰੀ ਉਮਰ ਨਹੀਂ ਭੁੱਲ ਸਕਦੇ, ਪਰ ਤੂੰ ਇਹਨਾਂ ਨਾਲ ਕੀਤਾ ਬਹੁਤ ਮਾੜਾ ਹੈ। ਕੰਮ ਕਰ ਗਿਆ ਲਾਡਾ, ਨਾਮ ਹੋ ਗਿਆ ਸਾਡਾ। ਐਕਸਕਿਊਜ਼ ਮੀ, ਹਾਂਜੀ ਦੱਸੋ। ਜੋ ਕੁਝ ਵੀ ਹੋਇਆ ਨਾ ਉਸ ਤੇ ਮਿੱਟੀ ਪਾਓ। ਪਰ ਇਹ ਤਾਂ ਦੱਸੋ ਇਹ ਸਭ ਕੀਤਾ ਕਿਉਂ? ਇਹ ਸਭ ਮੈਂ ਨਾ ਤੁਹਾਨੂੰ ਸਬਕ ਸਿਖਾਉਣ ਵਾਸਤੇ ਕੀਤਾ ਸੀ, ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਕਿ ਕੁੜੀਆਂ ਨਾਲ ਫਲਰਟ ਕਰਨ ਦਾ ਨਤੀਜਾ ਕੀ ਹੁੰਦਾ। ਹੁਣ ਇਹ ਵੀ ਦੱਸ ਦਿਓ ਇਹ ਸਭ ਕੀਤਾ ਕਿਦਾਂ? ਸਿੰਪਲ, ਜਦੋਂ ਤੁਸੀਂ ਨਾਉਣ ਗਏ ਸੀ ਨਾ ਤੁਹਾਡੇ ਕੱਪੜਿਆਂ 'ਚ ਖੁਜਲੀ ਵਾਲਾ ਪਾਊਡਰ ਮੈਂ ਹੀ ਪਾਇਆ ਸੀ, ਤੇ ਤੁਹਾਡੇ ਹੋਟਲ ਦੇ ਰੂਮ 'ਚ ਕੁੜੀ ਵੀ ਮੈਂ ਹੀ ਭੇਜੀ ਸੀ। ਮੰਨ ਗਏ ਮਾਈ, ਤੇਰਾ ਦਿਮਾਗ ਤਾਂ ਬੀਰਬਲ ਤੋਂ ਵੀ ਜ਼ਿਆਦਾ ਚੱਲਦਾ ਯਾਰ। ਜਿੱਦਾਂ ਤੂੰ ਸਮਝਾਇਆ ਨਾ, ਐਦਾਂ ਕੁੜੀਆਂ ਨਾਲ ਫਲਰਟ ਕਰਨਾ ਤਾਂ ਕੀ, ਕੁੜੀਆਂ ਬਾਰੇ ਗੱਲ ਕਰਨ ਲੱਗੇ 100 ਵਾਰ ਸੋਚਾਂਗੇ। ਚਲੋ ਚਲੋ ਰੋ ਨਾ, ਜੋ ਕੁਝ ਵੀ ਹੋਇਆ ਭੁੱਲ ਜਾਓ, ਨਾਉ ਵੀ ਆਰ ਫਰੈਂਡਸ। ਫਰੈਂਡਸ? ਫਰੈਂਡਸ? ਇਸ ਵਾਰ ਜੇ ਮਾਹੀ ਨਾਮ ਦੀ ਕਬੂਤਰੀ ਅਸਾਂ ਦੇ ਛਾਬੇ ਤੇ ਨਾ ਬੈਠੀ। ਓ ਭਾਜੀ ਗੱਲ ਸੁਣੋ ਮੇਰੀ, ਉਹ ਕਬੂਤਰੀ ਛਾਬੇ ਤੇ ਨਹੀਂ ਛਤਰੀ ਤੇ ਬੈਂਦੀ ਹੁੰਦੀ ਜੇ। ਕਬੂਤਰੀ ਛਤਰੀ ਤੇ ਬੈਠ ਕੇ ਉੱਡ ਸਕਦੀ ਹੈ, ਅਗਰ ਛਾਬੇ ਤੇ ਬਹਿ ਜੇ ਤੇ ਉੱਤੇ ਢੱਕਣ ਲਾ ਕੇ ਬੰਦ ਕੀਤੀ ਜਾ ਸਕਦੀ ਹੈ। ਉਹ ਭਾਜੀ ਤੁਸੀਂ ਕਬੂਤਰੀ ਦੀ ਚਿੰਤਾ ਨਾ ਕਰੋ, ਮੈਂ ਕਬੂਤਰੀ ਤੁਹਾਡੇ ਨਾਲ ਐਦਾਂ ਫਿੱਟ ਕਰ ਦੇਣੀ ਆ ਕਿ ਲੋਕੀ ਜੇਸੀਬੀ ਨਾਲ ਵੀ ਖਿੱਚਣਗੇ ਤੇ ਖਿੱਚੀ ਨਹੀਂ ਜਾਣੀ। ਭਾਜੀ ਕਬੂਤਰੀ ਸੈੱਟ ਉਹ ਸਿਰਫ ਤੁਹਾਡੇ ਨਾਲ ਹੋਊ, ਤੁਹਾਡੀ ਤਾਂ ਸਮਾਈਲ ਹੀ ਬੜੀ ਘੈਂਟ ਹੈ। ਭਈਆ ਜੀ ਸਮਾਈਲ ਪਲੀਜ਼। ਮੈਂ ਕਹਿ ਰਿਹਾ ਸੀ ਇਸ ਵਾਰ
ਉਹ ਦੋਨੋਂ ਮੇਰੇ ਜਾਂ ਕਾਲੇ ਦੀ ਸਭ ਤੋਂ ਸੋਹਣੀ ਕੁੜੀ ਮਾਹੀ ਦੇ ਰਸਤੇ ਵਿੱਚ ਆਏ ਤੇ ਮੈਂ ਉਹਨਾਂ ਦੀ ਜ਼ਿੰਦਗੀ ਦਾ ਡੱਗਾ ਦਿਆਂਗਾ। ਤੇਥੋਂ ਨਾ ਕੋਈ ਲੁਕਵੇ ਸੱਜਣਾ, ਸਾਨੂੰ ਕਾਹਦਾ ਦੁੱਖ ਹੈ, ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ, ਬਸ ਜੋੜਦੇ ਸੰਜੋਗ ਕਿਤੇ ਅੱਲਾ ਵੇ ਸੋਹਣਿਆ, ਹੱਸ ਕੇ ਫੜਾ ਦੇ ਕੇਰਾਂ ਪੱਲਾ ਵੇ ਸੋਹਣਿਆ, ਹੱਸ ਕੇ ਫੜਾ ਦੇ ਕੇਰਾਂ ਪੱਲਾ ਵੇ ਸੋਹਣਿਆ। ਐਕਸਕਿਊਜ਼ ਮੀ ਮਾਹੀ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂਜੀ ਦੱਸੋ। ਕਲਾਸ ਲੰਘਣ 10 ਮਿੰਟ ਰਹਿੰਦੇ, ਹਲੇ ਆਪਾਂ ਪਾਰਕ 'ਚ ਬੈਠ ਸਕਦੇ ਹਾਂ ਜੇ ਮਾਇੰਡ ਨਾ ਕਰੋ ਤੇ। ਇਹਦੇ 'ਚ ਮਾਇੰਡ ਕਰਨ ਵਾਲੀ ਕੀ ਗੱਲ ਹੈ, ਚਲੋ ਆਓ ਪਲੀਜ਼। ਮੈਂ ਨਾ ਰੋਕ ਦਿਆਂਗੇ ਧੜਦੇ ਹੋਏ ਦਿਲ ਨੂੰ ਤੇ ਦੇਖ ਲੈਨੇ ਆ ਮਾਹੀ ਤੇ ਗਿੱਲ ਨੂੰ। ਪਹਿਲੀ ਗੱਲ ਤਾਂ ਨੀਂਦ ਆਉਂਦੀ ਨੀ, ਜੇ ਕਿਤੇ ਆ ਵੀ ਜਾਵੇ ਨਾ ਫਿਰ ਉਹੀ ਚਿਹਰਾ ਸੁਪਨੇ ਚ ਅੱਖਾਂ ਮੂਰੇ ਘੁੰਮਦਾ ਰਹਿੰਦਾ। ਫਿਰ ਤਾਂ ਛੇਤੀ ਜਾ ਕੇ ਕਿਸੇ ਚੰਗੇ ਜਿਹੇ ਡਾਕਟਰ ਤੋਂ ਆਪਣੇ ਦਿਮਾਗ ਦਾ ਇਲਾਜ ਕਰਵਾਓ, ਮੈਨੂੰ ਤਾਂ ਇਹ ਦਿਮਾਗੀ ਰੋਗ ਲੱਗਦਾ ਹੈ। ਦਿਖਾਇਆ ਸੀ ਡਾਕਟਰ ਨੂੰ, ਉਹ ਕਹਿੰਦਾ ਦਿਮਾਗ ਦਾ ਨੀ ਇਹ ਦਿਲ ਦਾ ਰੋਗ ਹੈ। ਫਿਰ ਤਾਂ ਤੁਸੀਂ ਏਦਾਂ ਕਰੋ, ਜਿਹਦਾ ਚਿਹਰਾ ਤੁਹਾਨੂੰ ਬਾਰ ਬਾਰ ਨਜ਼ਰ ਆਉਂਦਾ ਨਾ ਉਸੇ ਕੋਲ ਜਾ ਕੇ ਆਪਣੇ ਦਿਲ ਦਾ ਇਲਾਜ ਕਰਵਾਓ। ਇਸ ਲਈ ਤਾਂ ਮੈਂ ਤੇਰੇ ਮੈਂ ਕੋਈ ਗੱਲ ਨੀ ਕਰਨੀ। ਕਿਰਪਾ ਕਰਕੇ ਮੈਥੋਂ ਇਹੋ ਜੀ ਕੋਈ ਉਮੀਦ ਨਾ ਰੱਖੀ। ਉਮੀਦ ਤਾਂ ਮੈਨੂੰ ਵੀ ਨਹੀਂ ਸੀ ਕਿ ਗਿੱਲ ਏਦਾਂ ਕਰੇਗਾ।
ਮਾਹੀ, ਮੈਂ ਤੇਰੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਸੱਚ ਪੁੱਛੇ ਤਾਂ ਮੈਨੂੰ ਗਿਲ ਤੋਂ ਇਹ ਉਮੀਦ ਨਹੀਂ ਸੀ। ਤੇਰੇ ਵਰਗੀ ਕੁੜੀ ਨਾਲ ਤਾਂ ਕੋਈ ਵੀ ਪਿਆਰ ਕਰ ਸਕਦਾ। ਦਰਅਸਲ ਮੈਂ ਵੀ ਤੇਰੇ ਨਾਲ ਬਹੁਤ ਪਿਆਰ ਕਰਦਾ। ਮੈਨੂੰ ਵੀ ਤੇਰੇ ਨਾਲ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ ਸੀ, ਪਰ ਮੈਂ ਆਪਣਾ ਪਿਆਰ ਆਪਣੇ ਸੀਨੇ ਵਿੱਚ ਹੀ ਦਫ਼ਨ ਕਰ ਲਿਆ। ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਗੱਲ ਆ ਰਿਹਾ। ਆਈ ਲਵ ਯੂ ਲੱਖੇ। ਮਾਹੀ, ਚਲਾ ਗਿਆ? ਹਾਂ ਚਲਾ ਗਿਆ। ਮੇਰੀ ਗੱਲ ਦਾ ਬੁਰਾ ਨਾ ਮੰਨੀ, ਮੈਂ ਤੈਨੂੰ ਆਈ ਲਵ ਯੂ ਕਹਿਣ ਦਾ ਡਰਾਮਾ ਕੀਤਾ ਸੀ ਇਸੇ ਲਈ ਤਾਂ ਕਿ ਮੈਂ ਗਿਲ ਕੋਲੋਂ ਪਿੱਛਾ ਛੁਡਾ ਸਕਾਂ। ਦੇਖ ਮੇਰੀ ਗੱਲ ਦਾ ਮਾਇਨ ਨਾ ਕਰੀ, ਮੈਂ ਤੈਨੂੰ ਪਿਆਰ ਨਹੀਂ ਕਰਦੀ। ਇਹ ਤੂੰ ਕੀ ਕੀਤਾ ਮਾਹੀ? ਕੀ ਮਤਲਬ? ਤੂੰ ਗਿਲ ਦੇ ਸਾਹਮਣੇ ਪ੍ਰਪੋਜ਼ ਕਰਕੇ ਚੰਗਾ ਨਹੀਂ ਕੀਤਾ, ਹੁਣ ਉਹ ਪਤਾ ਨਹੀਂ ਕੀ ਕਰੇਗਾ। ਮੈਂ ਤੈਨੂੰ ਆਈ ਲਵ ਯੂ ਕਹਿਣ ਦਾ ਡਰਾਮਾ ਕੀਤਾ ਸੀ ਤਾਂ ਕਿ ਮੈਂ ਗਿਲ ਕੋਲੋਂ ਪਿੱਛਾ ਛੁਡਾ ਸਕਾਂ। ਮੈਂ ਤੈਨੂੰ ਪਿਆਰ ਨਹੀਂ ਕਰਦੀ। ਤੂੰ ਮੇਰੀ ਜਿੱਦ ਹੈ ਮਾਹੀ, ਤੈਨੂੰ ਮੈਂ ਹਰ ਕੀਮਤ ਤੇ ਹਾਸਲ ਕਰਕੇ ਰਹਾਂਗਾ। ਕੀ ਹੋਇਆ? ਕਿਹਨੇ ਕੀਤਾ ਸਭ ਕੁਛ? ਕਿਤੇ ਸਾਰਾ ਕੁਛ ਗਿਲ ਨੇ ਤਾਂ ਨਹੀਂ ਕੀਤਾ? ਲੱਖੇ ਕੀ ਹੋਇਆ ਵੀਰੇ, ਕਿੱਦਾਂ ਠੀਕ ਹੈ ਤੂੰ? ਨਾ ਕੀ ਹੋਇਆ, ਕੀ ਇਹਨੂੰ? ਹੁਣ ਤਾਂ ਤੈਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਮੈਂ ਤੈਨੂੰ ਥੱਪੜ ਕਿਉਂ ਮਾਰਿਆ। ਤੂੰ ਵੀ ਸੋਚ ਰਿਹਾ ਹੋਏਗਾ ਨਾ, ਇੰਨੀ ਵੱਡੀ ਗਲਤੀ ਦੀ ਇੰਨੀ ਛੋਟੀ ਸਜ਼ਾ? ਸ਼ਰਮ ਆਣੀ ਚਾਹੀਦੀ ਹੈ ਤੈਨੂੰ। ਜਿਹੜਾ ਬੰਦਾ ਇੱਕ ਕੁੜੀ ਪਿੱਛੇ ਆਪਣੇ ਭਰਾ ਵਰਗੇ ਦੋਸਤ ਨੂੰ ਮਾਰਨ ਦੀ ਕੋਸ਼ਿਸ਼ ਕਰ ਸਕਦਾ, ਉਹ ਤਾਂ ਕੁਛ ਵੀ ਕਰ ਸਕਦਾ। ਪਤਾ ਤੈਨੂੰ, ਤੂੰ ਪਿਆਰ ਤੱਕ ਹੀ ਦੋਸਤੀ ਦੇ ਵੀ ਕਾਬਲ ਨਹੀਂ ਹੈਗਾ। ਅੱਜ ਤੱਕ ਤਾਂ ਮੈਂ ਕਿਹਾ ਨੀ, ਪਰ ਅੱਜ ਮੈਂ ਸ਼ਰੇਆਮ ਕਹਿੰਦੀ ਆ ਮੈਂ ਲੱਖੇ ਨੂੰ ਪਿਆਰ ਕਰਦੀ ਆ। Yes, I love him. ਐਕਸੀਡੈਂਟ ਕਿਵੇਂ ਹੋਇਆ? ਬਸ ਮੈਂ ਜਾ ਰਿਹਾ ਸੀ, ਪਿੱਛੋਂ ਐਕਸੀਡੈਂਟ ਹੋ ਗਿਆ। ਮੈਨੂੰ ਸੱਚੋ ਸੱਚ ਦੱਸ, ਐਕਸੀਡੈਂਟ ਹੋਇਆ ਕਿਵੇਂ ਆ? ਮੈਂ ਉਹ ਤੂੰ ਇਹ ਡਰਾਮਾ ਕੀਤਾ ਕਿਉਂ ਹੈ? ਹਾਂ ਕੀਤਾ, ਮੈਨੂੰ ਜੋ ਚੰਗਾ ਲੱਗਦਾ ਮੈਂ ਕੀਤਾ। ਪਿਆਰ ਤੇ ਜੰਗ 'ਚ ਸਾਰਾ ਕੁਝ ਜਾਇਜ਼ ਹੁੰਦਾ। ਉਹ ਵੱਖਰੀ ਗੱਲ ਹੈ ਕਿ ਤੂੰ ਹਾਰ ਗਿਆ ਤੇ ਮੈਂ ਜਿੱਤ ਗਿਆ। ਵੈਸੇ ਵੀ ਮਾਹੀ ਤੇਰੇ ਨਾਲ ਨਫ਼ਰਤ ਕਰਦੀ ਸੀ, ਬੇਸ਼ੱਕ ਪਿਆਰ ਮੇਰੇ ਨਾਲ ਵੀ ਨਹੀਂ ਕਰਦੀ ਸੀ। ਕੀ ਹੋਇਆ ਜੋ ਉਹਦੀ ਤੇਰੇ ਲਈ ਨਫ਼ਰਤ ਨੂੰ ਆਪਣੇ ਪਿਆਰ 'ਚ ਤਬਦੀਲ ਕੀਤਾ? ਕੀ ਗੁਨਾਹ ਕੀਤਾ? ਵਾਹ ਵਾਹ ਲੱਖਾ ਸਿਆਂ, ਵਾਹ ਵਾਹ, ਇੰਨਾ ਵੱਡਾ ਆਸ਼ਿਕਾ ਤੂੰ। ਮਾਹੀ ਨੂੰ ਹਾਸਲ ਕਰਨ ਲਈ ਆਪਣੇ ਯਾਰ ਨੂੰ ਧੋਖਾ ਦੇਤਾ? ਬਹੁਤ ਪਿਆਰ ਕਰਦਾ ਮਾਹੀ ਨੂੰ। ਹੈ ਜਾ ਯਾਰ, ਮਾਹੀ ਅੱਜ ਤੋਂ ਤੇਰੀ। ਜਾ ਮਾਹੀ, ਅੱਜ ਮਾਹੀ ਮੈਂ ਪਾਰਟੀ ਕਰਦਾ। ਤੂੰ ਮਾਹੀ ਨੂੰ ਆਈ ਲਵ ਯੂ ਕਹਿਤਾ? ਨਹੀਂ। ਗੱਲ ਤਾਂ ਸੁਣ, ਅੱਜ ਤੋਂ ਬਾਅਦ ਮਾਹੀ ਹਮੇਸ਼ਾ ਲਈ ਤੇਰੀ ਹੋ ਜਾਣੀ ਹੈ ਯਾਰ, ਇੱਕ ਵਾਰ ਦਿਲ ਭਰ ਕੇ ਦੇਖਤਾ ਲੈਣ ਦੇ। ਜਾ ਯਾਰ। ਕੌਣ? ਕੀ? ਮਾਹੀ, ਆਈ ਲਵ ਯੂ। ਮਾਰੇ ਗਏ, ਪੱਟੇ ਗਏ, ਲੁੱਟੇ ਗਏ ਜਮਾਈ। ਕੀ ਹੋਇਆ? ਜਦ ਤੈਨੂੰ ਮਾਹੀ ਨੇ ਪ੍ਰਪੋਜ਼ ਕੀਤਾ ਸੀ ਨਾ,
ਤੇ ਦੁਪਹਿਰ ਵੇਲੇ ਪੀ ਕੇ ਸੁੱਤਾ ਪਿਆ ਤੇ ਸਾਰੇ ਕਾਲਜ 'ਚ ਕੀ ਝੂਠੀਆਂ ਖਬਰਾਂ ਫੈਲਾਈ ਜਾਂਦਾ ਕਿ ਪ੍ਰੀਤ ਨੇ ਸੁਸਾਈਡ ਕਰ ਲਈ। ਪ੍ਰੀਤ ਕੀ ਬੋਲੀ ਜਾਂਦੀ ਆ ਯਾਰ, ਕੁਝ ਮਜ਼ੂਰੀਆਂ ਸੀ ਭਾਬੀ ਰਾਤ। ਭਾਬੀ? ਤੂੰ ਮੈਨੂੰ ਭਾਬੀ ਕਿਹਾ? ਤੂੰ ਲੱਖੇ ਨੂੰ ਪਿਆਰ ਕਰਦੀ ਆ ਨਾ? ਹਾਂ ਮੈਂ ਸਭ ਜਾਣਦਾ, ਮੈਂ ਵੀ ਮਾਈ ਨੂੰ ਬਹੁਤ ਪਿਆਰ ਕਰਦਾ। ਉਦੋਂ ਨਾ ਲੱਖਾ ਨਾਲੇ ਉਹਨੂੰ ਜੱਫੀ ਪਾਉਣ ਲੱਗਿਆ ਸੀ, ਨਾਲੇ ਲਵ ਯੂ ਕਹਿਣ ਲੱਗਿਆ ਸੀ, ਇਸ ਕਰਕੇ ਤੇਰੇ ਸੁਸਾਈਡ ਦੀ ਝੂਠੀ ਖਬਰ ਬਣਾਉਣੀ ਪਈ ਮੈਨੂੰ। ਮੈਥੋਂ ਬਰਦਾਸ਼ਤ ਨਹੀਂ ਹੁੰਦਾ ਸੀ ਯਾਰ। ਪਿਆਰ 'ਚ ਹਾਰੇ ਤੇ ਟੁੱਟੇ ਹੋਏ ਤਾਰੇ ਦੀ ਕੋਈ ਹੋਂਦ ਨਹੀਂ ਹੁੰਦੀ। ਇਹ ਜੀ ਜ਼ਿੰਦਗੀ ਨਾਲੋਂ ਤਾਂ ਮਰ ਜਾਣੀ ਚੰਗਾ। ਸਬਰ ਰੱਖ ਪ੍ਰੀਤ, ਰੱਬ ਪਿਆਰ ਕਰਨ ਵਾਲਿਆਂ ਦੇ ਇਮਤਿਹਾਨ ਬਹੁਤ ਲੈਂਦਾ ਤੇ ਹਮੇਸ਼ਾ ਲੈਂਦਾ ਆਇਆ ਯਾਰ। ਨਾਲੇ ਜੇ ਸਾਡੇ ਪਿਆਰ ਸੱਚਾਈ ਹੋਈ ਨਾ, ਸਾਨੂੰ ਸਾਡਾ ਪਿਆਰ ਮਿਲੂਗਾ ਵੀ ਜ਼ਰੂਰ। ਮੇਰੇ ਚਾਚੇ ਨੇ ਸਾਨੂੰ ਦੋਨਾਂ ਨੂੰ ਇਕੱਠੇ ਵੇਖ ਲਿਆ। ਯਾਰ ਤੇਰਾ ਚਾਚਾ ਹੀ ਹੈ, ਕੋਈ ਕੈਦੋਂ ਤਾਂ ਨਹੀਂ ਜਿਹੜਾ ਜ਼ਹਿਰ ਦੇ ਕੇ ਮਾਰ ਦਊ? ਲੱਖੇ ਤੂੰ ਨਹੀਂ ਜਾਣਦਾ ਮੇਰੀ ਫੈਮਿਲੀ ਨੂੰ। ਮੇਰੇ ਪਾਪਾ ਗੁਰਪ੍ਰਤਾਪ ਸਿੰਘ ਬਾਜਵਾ, ਤੂੰ ਨਹੀਂ ਜਾਣਦਾ ਉਹਨਾਂ ਦੇ ਬਾਰੇ। ਉਹਨਾਂ ਨੇ ਅੱਜ ਤੱਕ 8-10 ਕਤਲ ਕੀਤੇ ਨੇ ਤੇ ਕਿਸੇ ਦੀ ਵੀ ਜੁਰਅਤ ਨਹੀਂ ਪਈ ਅੱਜ ਤੱਕ ਉਹਨਾਂ ਦੇ ਖਿਲਾਫ ਜਾਣ ਦੀ, ਤੇ ਉਹ ਸਾਡੇ ਪਿਆਰ ਨੂੰ ਕਦੇ ਵੀ ਪ੍ਰਵਾਨਗੀ ਨਹੀਂ ਦੇਣਗੇ। ਤੇ ਹੁਣ ਤੱਕ ਤਾਂ ਚਾਚਾ ਜੀ ਨੇ ਉਹਨਾਂ ਨੂੰ ਕਾਲ ਕਰਕੇ ਵੀ ਦੱਸ ਦਿੱਤਾ ਹੋਣਾ, ਪਤਾ ਨਹੀਂ ਕੀ ਹੋਏਗਾ। ਸਾਡੀ ਦੂਰੀ ਹੈ, ਤੇਰੀ ਕੁੜੀ ਹੈ ਮੈਨੂੰ ਚੂਰੀ ਹੈ। ਹਾਂ ਐਂ ਉਦਾਸ ਬੈਠੇ ਹੋ? ਦੇਵਦਾਸ ਮੂਵੀ ਦੇਖ ਕੇ ਆਏ ਹੋ? ਦੇਖ ਦਿਮਾਗ ਖਰਾਬ ਨਾ ਕਰ, ਜਾ ਇੱਥੋਂ। ਸਾਲੇ ਉਹ ਤੁਹਾਡੇ ਚਿਹਰਿਆਂ ਤੇ ਉਦਾਸੀ ਚੰਗੀ ਨਹੀਂ ਲੱਗਦੀ। ਤੇ ਅਸੀਂ ਕੀ ਪਾਗਲਾਂ ਦੀ ਤਰ੍ਹਾਂ ਹੱਸੀਏ? ਅਸੀਂ ਪਹਿਲਾਂ ਹੀ ਬਹੁਤ ਟੈਨਸ਼ਨ 'ਚ ਆ, ਸਾਨੂੰ ਹੋਰ ਟੈਨਸ਼ਨ ਨਾ ਦੇ। ਸਾਲੇ ਉਹ ਤੁਹਾਨੂੰ ਦੇਣ ਨਹੀਂ ਆਇਆ, ਤੁਹਾਡੀ ਲੈਣ ਆਇਆ ਟੈਨਸ਼ਨ। ਦੇਖ ਤੇਰੀ ਬੜੀ ਮਿਹਰਬਾਨੀ ਹੋਏਗੀ, ਜਾ ਇੱਥੋਂ। ਚੰਗਾ ਫੋਨ ਤੇ ਗੱਲ ਕਰਨੀ ਹੈ। ਲੈ ਜੋ ਲੈਣਾ ਨਾ ਲੈ, ਜਾ ਇੱਥੋਂ। ਹੁਣ ਤੂੰ ਦੱਸ ਕਰਨਾ ਕੀ ਹੈ? ਉਹੀ ਤਾਂ ਮੈਂ ਸੋਚ ਰਿਹਾ। ਹੈਲੋ ਸਰਦਾਰ ਸਾਹਿਬ, ਯਾਰ ਮੈਂ ਤੁਹਾਡੇ ਨਾਲ ਪਿਆਰ ਨਾਲ ਗੱਲ ਕਰੀ ਜਾਂਦਾ, ਤੁਸੀਂ ਯਾਰ ਐ ਕਿਵੇਂ ਬੱਕੀਆਂ ਪੜ ਦੋ? ਲੱਖਾਂ ਮਿਲਣ ਗੋਟੀਆਂ ਯਾਰ, ਮਾਹੀ ਉਹਨੂੰ ਸੱਚੇ ਦਿਲੋਂ ਪਿਆਰ ਕਰਦੀ ਹੈ, ਜਦੋਂ ਮੈਨੂੰ ਕੀ ਤਰ੍ਹਾਂ ਸੀ ਤੁਹਾਨੂੰ ਕੀ ਤਰ੍ਹਾਂ ਹੈ? ਵਿਆਹ ਤਾਂ ਹੁਣ ਸਰਦਾਰ ਸਾਹਿਬ ਹੋ ਗਈ, ਹਟੂ ਜ਼ੁਬਾਨ ਹੈ ਉਹ ਵੀ। ਕਿਹਦੇ ਨਾਲ ਗੱਲ ਕਰ ਰਹੇ ਡੈਡੀ? ਗੱਲ ਐ ਕੀ ਕੀਤਾ? ਜਿਹੜੀ ਥੋੜੀ ਬਹੁਤ ਉਮੀਦ ਸੀ ਨਾ ਸਾਡੇ ਮਿਲਣ ਦੀ, ਉਹ ਵੀ ਖਤਮ ਹੋ ਗਈ। ਹੁਣ ਤਾਂ ਤੂੰ ਮੈਨੂੰ ਭੁੱਲ ਹੀ ਜਾ। ਐਵੇਂ ਕਿਵੇਂ ਭੁੱਲ ਜਾ? ਭੁੱਲਣ ਦੀ ਕੋਈ ਲੋੜ ਨਹੀਂ, ਮੈਂ ਹੈਗਾ ਨਾ, ਮੈਂ ਕਰਾਉਂ ਤੁਹਾਡਾ ਵਿਆਹ। ਤੁਸੀਂ ਬਸ ਇਹ ਦੱਸੋ, ਕੋਰਟ ਮੈਰਿਜ ਕਰਾਉਣੀ ਹੈ ਕਿ ਆਨੰਦ ਕਾਰਜ? ਆਨੰਦ ਕਾਰਜ ਸੋਚ ਲਓ। ਆਨੰਦ ਕਾਰਜ ਮੈਂ ਕਿਹਾ ਨਾ, ਆਨੰਦ ਕਾਰਜ ਮੈਂ ਕਹਿ ਰਿਹਾ, ਕੋਰਟ ਮੈਰਿਜ। ਆਨੰਦ ਕਾਰਜ ਕੋਰਟ ਮੈਰਿਜ, ਮੈਂ ਲਹਿੰਗਾ ਪਾਣੇ, ਚਾਹੇ ਲਹਿੰਗਾ ਪਾ ਚਾਹੇ ਸਾੜੀ, ਪਰ ਕੋਰਟ ਮੈਰਿਜ ਹੋਗੀ। ਆਨੰਦ ਕਾਰਜ ਕੋਰਟ ਮੈਰਿਜ, ਆਨੰਦ ਕਾਰਜ ਕੋਰਟ ਮੈਰਿਜ, ਆਨੰਦ ਕਾਰਜ ਕੋਰਟ ਮੈਰਿਜ, ਆਨੰਦ ਕਾਰਜ। ਮੁਬਾਰਕਾਂ ਭਾਜੀ, ਆ ਜਾਓ ਤਿਆਰ ਆ ਸਭ। ਲੈ ਵੇ ਲੱਖਿਆ, ਗਿੱਲ ਸਾਹਿਬ ਨੇ ਆਪਣਾ ਪ੍ਰਮਿਸ ਨਿਭਾਤਾ ਹੁਣ।
ਤੇਰਾ ਵਿਆਹ ਹੋਣ ਲੱਗਿਆ ਮਾਮਾ, ਹੁਣ ਤਾਂ ਖੁਸ਼ ਹੈ? ਉਹ ਖੁਸ਼ ਤੇ ਬਥੇਰਾ, ਪਰ ਮਾਹੀ ਦਾ ਫੋਨ ਹੀ ਨਹੀਂ ਲੱਗ ਰਿਹਾ। ਲੱਗ ਜੂ। ਹੈਲੋ ਲੱਖੇ, ਮੈਂ ਮਾਹੀ ਬੋਲ ਰਹੀ ਹਾਂ। ਮਾਹੀ ਕਿੱਥੇ ਆ ਤੂੰ? ਤੇਰਾ ਫੋਨ ਵੀ ਸਵਿੱਚ ਆਫ ਆ ਰਿਹਾ। ਲੱਖੇ ਮੈਂ ਬਠਿੰਡੇ ਆ। ਕੱਲ ਰਾਤੀ ਮੈਨੂੰ ਪਾਪਾ ਜੀ ਇੱਥੇ ਲੈ ਕੇ ਆ ਗਏ ਸੀ। ਹੁਣ ਮੇਰਾ ਵਿਆਹ ਵੀ ਪੱਕਾ ਕਰ ਦਿੱਤਾ। ਵਿਆਹ? ਹਾਂ ਵਿਆਹ। ਕਿਹਦੇ ਨਾਲ, ਕਿੱਥੇ, ਕਦੋਂ? ਸਾਡੇ ਨਾਲ ਦੇ ਪਿੰਡ 'ਚ ਇੱਕ ਮੁੰਡਾ ਰਹਿੰਦਾ, ਸਾਡੀ ਉਹਨਾਂ ਦੇ ਨਾਲ ਬਹੁਤ ਪੁਰਾਣੀ ਦੁਸ਼ਮਣੀ ਸੀ ਤੇ ਸਾਡੇ ਵਿਆਹ ਤੋਂ ਬਾਅਦ 'ਚ ਹੀ ਦੋਵਾਂ ਪਿੰਡਾਂ ਦੀ ਦੁਸ਼ਮਣੀ ਦੂਰ ਹੋ ਸਕਦੀ ਹੈ। ਜਿਹਦੇ ਨਾਲ ਮੇਰਾ ਵਿਆਹ ਹੋ ਰਿਹਾ ਨਾ, ਉਹਨੂੰ ਮੈਂ ਬਚਪਨ ਤੋਂ ਜਾਣਦੀ ਹਾਂ। ਉਹਦਾ ਨਾਮ ਹੈ ਜੱਗਾ। ਅੱਛਾ, ਮੈਨੂੰ ਲੱਗਦਾ ਮੈਨੂੰ ਕੋਈ ਬੁਲਾ ਰਿਹਾ, ਮੈਂ ਫੋਨ ਰੱਖਦੀ ਹਾਂ ਤੇ ਮੈਨੂੰ ਇਸ ਨੰਬਰ ਤੇ ਕਾਲ ਨਾ ਕਰੀ, ਭੁੱਲ ਜਾ ਮੈਨੂੰ। ਹੈਲੋ ਹੈਲੋ, ਮਾਹੀ ਕੀ ਕਹਿੰਦੇ, ਕਿੱਥੇ ਆ? ਉਹ ਆਪਣੇ ਪਿੰਡ ਹੈ, ਉਹਦੇ ਘਰ ਦੇ ਉਹਦਾ ਵਿਆਹ ਕਿਸੇ ਜੱਗੇ ਨਾਲ ਜ਼ਬਰਦਸਤੀ ਪੱਕਾ ਕਰ ਦਿੱਤਾ। ਤੇਰਾ ਤਾਂ ਹੋ ਗਿਆ ਮਾਮਾ ਕੰਮ, ਤੇਰੇ ਪਿਆਰ ਨੂੰ ਤਾਂ ਲੱਗ ਗਿਆ ਜੱਗੇ ਨਾਲ ਦਾ ਗ੍ਰਹਿਣ। ਮੌਤ ਦਾ ਦੂਸਰਾ ਨਾਮ ਹੈ ਉਹ ਜੱਗਾ। ਜੱਗੇ ਦੀ ਰਾਹ ਵਿੱਚ ਰੋੜਾ ਵੰਡ ਵਾਲੇ ਨੂੰ ਜੱਗਾ ਪਾਰ ਕੇ ਰੱਖ ਦਿੰਦਾ ਹੁੰਦਾ ਵਾ। ਮੈਂ ਤਾਜ ਬਣਾਵਾਂ ਕਿਸੇ ਲਈ ਮੇਰੀ ਮਮਤਾ। ਓਏ ਓਏ ਓਏ, ਸਵੇਰੇ ਸਵੇਰੇ ਕਿੱਧਰ? ਉਹ ਵੀ ਗਿੱਲ ਸਾਹਿਬ ਨੂੰ ਬਿਨਾਂ ਦੱਸੇ ਹੀ ਹੈ। ਮਾਹੀ ਨੂੰ ਲੈਣ ਉਹਦੇ ਪਿੰਡ ਚੱਲਿਆ। ਤੇਰਾ ਦਿਮਾਗ ਠੀਕ ਹੈ? ਤੈਨੂੰ ਪਤਾ ਬੰਦੇ ਕਿੰਨੇ ਖਤਰਨਾਕ ਨੇ ਉਹ। ਮੈਨੂੰ ਸਭ ਪਤਾ, ਪਰ ਮੈਂ ਮਾਹੀ ਤੋਂ ਬਿਨਾਂ ਜੀ ਨਹੀਂ ਸਕਦਾ। ਮੈਂ ਜੀ ਸਕਦਾ ਤੇਰੇ ਬਿਨਾ? ਹੈਂ, ਜਿਗਰੀ ਯਾਰ ਆ ਮੇਰਾ ਤੂੰ, ਜੇ ਤੈਨੂੰ ਕੁਛ ਹੋ ਗਿਆ ਫੇਰ ਤੂੰ ਮਾਹੀ ਕੋ ਨਹੀਂ ਜਾ ਸਕਦਾ, ਨਹੀਂ ਜਾ ਸਕਦਾ, ਨਹੀਂ ਜਾ ਸਕਦਾ। ਬੈਠ ਤੇ। ਫਿਰ ਜਾਊਗਾ ਕੌਣ? ਗਿੱਲ ਸਾਹਿਬ ਜਾਣਗੇ ਉੱਥੇ, ਨਾ ਤੂੰ ਉੱਥੇ ਜਾ ਕੇ ਕਹੇਗਾ ਤੁਹਾਡੀ ਕੁੜੀ ਨਾਲ ਵਿਆਹ ਕਰਾਉਣਾ ਆ। ਗੋਲੀਆਂ ਮਾਰ ਮਾਰ ਕੇ ਛਾਣਨੀ ਬਣਾ ਦੇਣਗੇ ਤੇਰੀ ਆਟੇ ਵਾਲੀ। ਉੱਥੇ ਪਹਿਲਾਂ ਗਿੱਲ ਸਾਹਿਬ ਜਾਣਗੇ, ਫਿਰ ਤੈਨੂੰ ਬੁਲਾਉਣਗੇ, ਫਿਰ ਉਹਨਾਂ ਨੂੰ ਸਮਝਾਉਣਗੇ ਕਿ ਤੁਹਾਡੀ ਮਾਹੀ ਨੂੰ ਮੇਰੇ ਯਾਰ ਵਰਗਾ ਮੋਮਬੱਤੀ ਲੈ ਕੇ ਵੀ ਨਹੀਂ ਲੱਭਣਾ। ਫਿਰ ਮੇਰਾ ਯਾਰ ਵੀ ਖੁਸ਼ ਤੇ ਮਾਹੀ ਵੀ ਖੁਸ਼। ਬਾਈ ਜੀ, ਆਪਣੇ ਬਾਜਵਾ ਸਾਹਿਬ ਦਾ ਘਰ ਕਿਹੜਾ? ਤੂੰ ਕੌਣ ਹੈ ਓਏ? ਪਹਿਲਾਂ ਤਾਂ ਕਦੀ ਦੇਖਿਆ ਨੀ, ਨਾਲੇ ਕੀ ਕੰਮ ਹੈ ਤੈਨੂੰ ਬਾਜਵਾ ਸਾਹਿਬ ਨਾਲ? ਨਾ ਤੂੰ ਇਸ ਇਲਾਕੇ ਦਾ SHO ਲੱਗਿਆ ਹੋਇਆ ਜਿਹੜਾ ਇੰਨੀ ਗੱਲ ਪੁੱਛਦਾ ਵੀ ਗਿੱਲ ਸਾਹਿਬ ਨੂੰ? ਬਕਵਾਸ ਬੰਦ ਕਰ ਓਏ, ਜਿਨ੍ਹਾਂ ਨਾਲ ਤੂੰ ਗੱਲ ਕਰਦਾ ਪਿਆ ਨਾ ਬਾਜਵਾ ਸਾਹਿਬ ਦੇ ਹੋਣ ਵਾਲੇ ਜਵਾਈ ਨੇ। ਮਤਲਬ ਤੁਸੀਂ ਹੋ ਜੱਗਾ ਬਾਈ ਜੀ? ਤੈਨੂੰ ਕਿਵੇਂ ਪਤਾ ਮੈਂ ਜੱਗਾ? ਓਏ ਬਾਈ ਜੀ, ਮੈਂ ਇਕੱਲਾ ਨੀ, ਮੇਰੇ ਨਾਲ ਨਾਲ ਮੇਰਾ ਸਾਰਾ ਪਿੰਡ ਤੇ ਸਾਰੀ ਦੁਨੀਆ ਜਾਣਦੀ ਆ ਜੱਗੇ ਬਾਈ ਨੂੰ। ਸਾਰੀ ਦੁਨੀਆ ਜਾਣਦੀ ਆ ਜੱਗੇ ਬਾਈ ਨੂੰ? ਨਾ ਜੱਗੇ ਬਾਈ ਨੇ ਅੱਜ ਤੱਕ ਪਿੰਡੋਂ ਪੈਰ ਤਾਂ ਬਾਹਰ ਪਾਇਆ ਨੀ। ਪਿੰਡੋਂ ਬਾਹਰ ਪੈਰ ਨੀ ਪਾਇਆ, ਉਹ ਢਿੱਡੜਾ ਜਿਹਾ ਭਾਵੇਂ ਪਿੰਡ 'ਚ ਹੀ ਰਹਿੰਦਾ ਪਰ ਜੱਗੇ ਬਾਈ ਦੇ ਕੈਨੇਡਾ ਅਮਰੀਕਾ ਤੱਕ ਚਰਚੇ ਨੇ। ਕੈਨੇਡਾ ਅਮਰੀਕਾ?
ਕੈਨੇਡਾ ਅਮਰੀਕਾ ਚ ਬਾਹਰਲਿਆਂ ਮੁਲਕਾਂ ਚ ਗੋਰੀਆਂ ਆਪਸ ਵਿੱਚ ਲੜਦੀਆਂ ਚੱਗੇ ਪੈ ਪਿੱਛੇ ਕੀ ਕਹਿੰਦੀਆਂ? ਇੱਕ ਕਹਿੰਦੀ ਮੈਂ ਵਿਆਹ ਕਰਾਉਣਾ, ਦੂਜੀ ਕਹਿੰਦੀ ਮੈਂ ਕਰਾਉਣਾ, ਤੀਜੀ ਕਹਿੰਦੀ ਮੈਂ ਕਰਾਉਣਾ। ਬਾਈ ਜੀ ਫੇਰ? ਫੇਰ ਕੀ ਸਮਝਾ ਦੀਆਂ ਗਿੱਲ ਸਾਹਿਬ ਨੇ ਕਿ ਜੱਗਾ ਬਾਈ ਤਾਂ ਬਾਜਵਾ ਸਾਹਿਬ ਦੀ ਕੁੜੀ ਨਾਲ ਹੀ ਵਿਆਹ ਕਰਾਉ ਮਾਹੀ ਨਾਲ। ਬਿਲਕੁਲ। ਇਹ ਸੁਣਦੀ ਸਰ ਤਿੰਨ ਚਾਰ ਨੇ ਆਪਣੀਆਂ ਨਸਾਂ ਕੱਢ ਲਈਆਂ, ਦੋ ਤਿੰਨ ਨੇ ਕਣਕ ਲਈਆਂ, ਗੋਲੀਆਂ ਖਾ ਲਈਆਂ। ਕਣਕਲੀਆਂ ਗੋਲੀਆਂ? ਹਾਂ ਬਾਈ ਜੀ ਮਿਲਦੀ ਆ ਉੱਥੇ? ਉਹ ਤਾਂ ਗੋਲੀਆਂ ਨੂੰ ਗੋਲੀ ਮਾਰ ਯਾਰ। ਇੱਕ ਦਿਨ ਓਬਾਮਾ ਮਿਲਿਆ ਬਾਈ ਮੈਨੂੰ। ਓਬਾਮਾ ਅਮਰੀਕਾ ਵਾਲਾ ਯਾਰ। ਅੱਛਾ। ਬੜਾ ਹੀ ਦੁਖੀ ਸੀ, ਆਪਣੀ ਕੁੜੀ ਨੂੰ ਨਾਲ ਲਈ ਫਿਰਦਾ ਸੀ। ਕਹਿੰਦਾ ਜੇ ਮੇਰੀ ਕੁੜੀ ਦਾ ਵਿਆਹ ਜੱਗੇ ਨਾਲ ਨਾ ਹੋਇਆ ਨਾ ਤੇ ਮੇਰੀ ਕੁੜੀ ਤਾਂ ਜ਼ਹਿਰ ਖਾ ਕੇ ਮਰ ਜੂ। ਰਿਸ਼ਤਾ ਆਇਆ ਕਿਉਂ ਨਹੀਂ ਜਾ? ਬਾਈ ਵਿੱਚ ਮੋਦੀ ਭਾਨੀ ਮਾਰ ਗਿਆ। ਲੋ ਓਹੋ, ਮੈਂ ਕਿਉਂ ਦੀ ਕੁਰਸੀ ਖੋਲੀ? ਹਾਂ ਕੁਰਸੀ ਨਹੀਂ ਕੋਈ, ਵਿੱਚ ਗੱਲ ਹੋਰ ਸੀ। ਨਵਾਬ ਸ਼ਰੀਫ ਉਹਦੇ ਘਰੇ ਆਪਣੀ ਕੁੜੀ ਨੂੰ ਲੈ ਬੈਠਾ ਸੀ। ਕਹਿੰਦਾ ਜੇ ਦੋਨਾਂ ਦੇਸ਼ਾਂ ਦੇ ਸੰਬੰਧ ਕਾਇਮ ਰੱਖਣੇ ਨੇ ਨਾ ਤੇ ਮੇਰੀ ਕੁੜੀ ਦਾ ਵਿਆਹ ਜੱਗੇ ਨਾਲ ਕਰਾਓ। ਯਾਰ ਮੋਦੀ ਸਾਹਿਬ ਨਾ ਛੜਿਆ ਚ ਨਾ ਵਿਆਹ ਚ, ਇਹ ਮੇਰੇ ਵਿਆਹ ਚ ਕਿਉਂ ਸਿਆਸਤ ਕਰੀ ਜਾਂਦੇ ਆ? ਨਾਲੇ ਬਾਈ ਜੀ ਆ ਮੋਦੀ ਸਾਹਿਬ ਨੂੰ ਸਮਝਾ ਲਓ, ਜੇ ਆ ਵਿਚੋਲਗਿਰੀ ਜੀ ਛੱਡਣਗੇ ਨਾ ਤਾਂ ਹੀ ਚੰਗੇ ਦਿਨ ਆਉਣਗੇ। ਸਾਲਿਆ ਮੇਰੇ ਚੰਗੇ ਦਿਨ ਤਾਂ ਮੇਰੀ ਮਾਹੀ ਨਾਲ, ਮੈਂ ਤਾਂ ਮਾਹੀ ਨਾਲ ਹੀ ਵਿਆਹ ਕਰਾਊ। ਮੈਂ ਨਾਲੇ ਸਾਲਿਆ ਛੋਲੇ ਲੈਣੇ ਨੇ ਨਵਾਬ ਸ਼ਰੀਫ ਤੋਂ ਤੇ ਅਬਾਮੇ ਤੋਂ। ਬਿਲਕੁਲ। ਨਾਲੇ ਗੱਲ ਸੁਣੋ ਇੱਕ ਲੈਣਿਆ, ਆ ਜਾ ਸਾਡੇ ਮਿੱਤਰ ਗਿੱਲ ਸਾਹਿਬ ਨੂੰ ਮੇਰੇ ਸਹੁਰਿਆਂ ਦੇ ਘਰੇ ਛੱਡ ਕੇ ਆਓ। ਆ ਜਾਓ ਗਿੱਲ ਸਾਹਿਬ। ਕਮਾਲ ਹੈ ਯਾਰ, ਮੈਂ ਇੰਨਾ ਮਸ਼ਹੂਰ ਹੋ ਗਿਆ, ਸਾਰੀ ਦੁਨੀਆ ਦੀਆਂ ਕੁੜੀਆਂ ਮੇਰੇ ਪਿੱਛੇ ਤੇ ਮੈਂ ਮਾਹੀ ਪਿੱਛੇ। ਜੱਗੇ ਪੁੱਤ ਰੋਟੀ ਖਾ ਲੈ, ਬਾਹਰ ਆ ਕੇ ਠੰਡੀ ਹੋ ਗਈ। ਕੀ ਕਰਾਂ ਬਾਪੂ, ਆ ਭੁੱਖ ਤਾਂ ਤੇਰੀ ਨੂੰਹ ਹੀ ਨਹੀਂ ਲੱਗਣ ਦਿੰਦੀ, ਮੈਂ ਤਾਂ ਬਸ ਇਹਨੂੰ ਵੇਖ ਵੇਖ ਕੇ ਹੀ ਰੱਜ ਜਾਂ। ਬਾਈ ਜੀ ਉਹ ਰਹੀ ਬਾਜਵਾ ਸਾਹਿਬ ਦੀ ਹਵੇਲੀ, ਇੱਥੋਂ ਅੱਗੇ ਹੁਣ ਤੁਹਾਨੂੰ ਆਪ ਹੀ ਜਾਣਾ ਪਊ। ਕਿਉਂ? ਕਿਉਂਕਿ ਦੁਸ਼ਮਣੀ ਹੱਲੇ ਮੁੱਕੀ ਨਹੀਂ, ਰਹਿੰਦੀ ਆ। ਨਾਲੇ ਬਾਈ ਤੂੰ ਵੀ ਧਿਆਨ ਨਾ ਜਾਈ, ਬੜੇ ਖਤਰਨਾਕ ਬੰਦੇ ਆ, ਬੰਦਾ ਮਾਰਨ ਲੱਗੇ ਦੇਰ ਨਹੀਂ ਲਾਂਦੇ। ਬਾਈ ਜੀ ਨੇ ਕੁਝ ਚੋਰੀ ਚਾਰੀ ਕੀਤੀ ਹੈ? ਕੋਈ ਪਿੰਡ ਦੀ ਕੁੜੀ ਚੜੀ ਹੈ? ਪੱਕਾ ਕੋਈ ਬਾਜਵਾ ਸਾਹਿਬ ਨਾਲ ਬਦਤਮੀਜ਼ੀ ਕੀਤੀ ਹੋਣੀ ਹੈ। ਜਾਨੋ ਮਾਰ ਦੇਣੇ ਸਾਲਾ। ਤੇ ਵਿਚਾਰੇ ਨੇ ਕੀਤਾ ਕੀ ਹੈ? ਇਹ ਸਰਾਮ ਜਾਦੇ ਨਾ ਪਿੰਡ ਦੀ ਕੁੜੀ ਕਤਲ ਮੋਦੀ। ਮੈਂ ਵੀ ਇਹ ਕਰਨਾ, ਧੁੱਖ ਲੈਣਾ ਮਿਲ ਗਿਆ। ਉਹ ਵੀ ਕਹਿੰਦਾ ਸੀ ਬੰਦਾ ਮਰਨ ਲੱਗਾ ਦੇਰ ਨਹੀਂ ਲਾਉਂਦੇ। ਤੇਰਾ ਹੋ ਗਿਆ ਕੰਮ, ਤੇਰੇ ਨਾਲ ਵੀ ਕਿਤੇ। ਮਤਲਬ ਸਿੱਧਾ ਕਿ ਤੇਰਾ ਵਿਆਹ ਜੱਗੇ ਨਾਲ ਤੁੜਾ ਕੇ ਲੱਖੇ ਨਾਲ ਕਰਾਉਣ ਆਏ ਨੇ ਗਿੱਲ ਸਾਹਿਬ। ਇਹ ਮੁੰਡਾ ਕੌਣ ਹੈ? ਮਾਈ ਕੋਲ ਕਿਹੜਾ ਕੀ ਕਰਦਾ ਕਿਤੇ? ਉਹ ਮੁੰਡਾ ਹੀ ਤਾਂ ਨਹੀਂ? ਮਾਈ ਨਹੀਂ ਬਾਈ ਜੀ, ਉਹ ਤਾਂ ਮੁੰਡਾ ਸੀ। ਇਹਦੇ ਕਿਹੜਾ ਜੱਟਾਂ ਲਮਕਦੀਆਂ ਨੇ? ਵਿਚੋਲਿਆਂ ਦੇ ਛਿੱਤਰ ਵੱਜਦੇ ਤਾਂ ਬਹੁਤ ਵਾਰ ਦੇਖੇ ਨੇ ਤੂੰ, ਅੱਜ ਗੋਲੀ ਵੱਜਦੀ ਦੇਖੀ। ਇਹ ਤੁਹਾਨੂੰ ਦੇਖ ਕੇ ਭੱਜਿਆ ਕਿਉਂ? ਪੱਕਾ ਦੁਸ਼ਮਣ ਦਾ ਬੰਦਾ ਹੈ, ਫੜ ਲਓ ਇਹਨੂੰ। ਚਾਹ ਚਾਰ ਦਿਓ ਗੱਡੀ।
ਕੰਧ ਤੇ ਤਾਂ ਇਉਂ ਚੜ ਚੱਲਿਆ ਸੀ ਜਿਵੇਂ ਸ਼ਿਕਾਰੀ ਕੁੱਤੇ ਨੂੰ ਦੇਖ ਕੇ ਕੁੱਕੜ ਰੂੜੀ ਤੇ ਚੜਦਾ ਹੁੰਦਾ ਹੈ। ਗੁਰਬਾਜ ਬਾਈ ਜੀ, ਇੱਕ ਦੋ ਤਿੰਨ ਗਿਣ ਕੇ ਗੋਲੀ ਮਾਰਦਾ ਸਾਲੇ ਨੂੰ। ਇੱਕ ਮੈਂ ਵੀ ਸਾਲਿਆ ਤੇਰਾ ਪੈਣ ਲੱਗਿਆ ਭੋਗ, ਤੈਨੂੰ ਵੀ ਸਾਲਿਆ ਅੱਡੀਆਂ ਚੱਕ ਚੱਕ ਪੰਗੇ ਲੈਣ ਦੀ ਬਹੁਤ ਆਦਤ ਸੀ। ਦੋ ਹੇ ਸੱਚਾ ਪਾਸ਼ਾ ਵਿਚਾਲਾ ਮੈਨੂੰ ਇਹਨੂੰ ਕਦੇ ਮਾਰ ਦਿਓ, ਇਹ ਤਾਂ ਗੇਲ ਹੈ, ਇਹਨੇ ਤਾਂ ਸਾਡੀ ਮਾਹੀ ਦੀ ਜਾਨ ਬਚਾਈ ਹੈ ਕਾਲਜ ਦੇ ਗੁੰਡਿਆਂ ਤੋਂ। ਹਾਂ ਡੈਡੀ ਜੀ, ਇਹ ਗੇਲ ਹੈ, ਜੇ ਉਸ ਦਿਨ ਇਹ ਨਾ ਹੁੰਦਾ ਨਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਸਰ ਬੇਟਾ, ਤੇਰੇ ਨਾਲ ਥੋੜ੍ਹੀ ਜ਼ਿਆਦਾ ਹੋ ਗਈ। ਵੈਸੇ ਜੋ ਅਹਿਸਾਨ ਤੂੰ ਮੇਰੇ 'ਤੇ ਕੀਤਾ ਉਹ ਮੈਂ ਜ਼ਿੰਦਗੀ ਭਰ ਨਹੀਂ ਭੁਲਾ ਸਕਦਾ। ਜਦ ਤੱਕ ਮਾਹੀ ਦਾ ਵਿਆਹ ਨਹੀਂ ਹੁੰਦਾ ਤੂੰ ਮੇਰੇ ਘਰ ਰਹੇਗਾ ਮੇਰਾ ਮਹਿਮਾਨ ਬਣ ਕੇ। ਗਿਲ, ਮੇਰਾ ਵਿਆਹ ਤੁੜਵਾਉਣਾ ਨਾ ਇੰਨਾ ਆਸਾਨ ਨਹੀਂ ਹੈਗਾ। ਡੈਡੀ ਨੇ ਜ਼ੁਬਾਨ ਦਿੱਤੀ ਆ, ਉਹਨਾਂ ਦੀ ਗਰਦਨ ਕੱਟ ਸਕਦੀ ਆ ਪਰ ਜ਼ੁਬਾਨ ਕਦੇ ਨਹੀਂ ਬਦਲ ਸਕਦੀ। ਉਹ ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਪੂਰੀਆਂ ਤਿਆਰੀਆਂ ਨਾਲ ਆਇਆ। ਤਿਆਰੀਆਂ ਤਾਂ ਤੇਰੀਆਂ ਮੈਂ ਦੇਖ ਹੀ ਲਿੱਤੀਆਂ ਨੇ, ਜੇ ਮੈਂ ਦਾਦੀ ਨੂੰ ਨਾ ਬੁਲਾਉਂਦੀ ਨਾ ਤਾਂ ਹੁਣ ਤੱਕ ਤੇਰਾ ਭੋਗ ਪੈ ਜਾਣਾ ਸੀ। ਗਿਲ ਸਾਹਿਬ ਦਾ ਭੋਗ ਪਾਉਣਾ ਇੰਨਾ ਸੌਖਾ ਨਹੀਂ, ਮੈਂ ਤਾਂ ਤੇਰੇ ਪਿਓ ਦੀ ਤਾਕਤ ਨਾਪਦਾ ਸੀ ਯਾਰ। ਪਰ ਵਿਆਹ ਤਾਂ ਮੇਰਾ ਸਿਰ ਤੇ ਆਇਆ ਖੜਾ। ਤੂੰ ਦੇਖ ਸੇ ਮੈਂ ਕਰਦਾ ਕੀ ਆ, ਹੋਰ ਜੋ ਮਰਜ਼ੀ ਹੋਈ ਜਾਵੇ ਪਰ ਤੇਰਾ ਵਿਆਹ ਜੱਗੇ ਨਾਲ ਨਹੀਂ ਹੋਣ ਦਿੰਦਾ ਮੈਂ। ਇੱਕ ਮਿੰਟ, ਹਾਂ ਗਿਲ ਕਿੱਥੇ ਆ ਤੂੰ? ਸਹੁਰਿਆਂ ਦੇ ਪਿੰਡ ਆ ਤੇਰੇ। ਤੂੰ ਠੀਕ ਤੇ ਹੈ ਨਾ? ਮੈਨੂੰ ਤਾਂ ਪੂਰਾ ਜਵਾਈ ਵਾਂਗੂ ਰੱਖਿਆ ਅਗਲਿਆਂ ਨੇ। ਸਾਲਿਆ ਤੇਰੇ ਕੋਲ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਆ ਜਿਹੜਾ ਹਰੇਕ ਬੰਦੇ ਨੂੰ ਵਸ ਕਰ ਲੈਣਾ। ਇਹ ਤਾਂ ਮੈਂ ਹੀ ਜਾਣਦਾ ਅੱਜ ਗਿੱਦੜ ਸਿੰਘੀ ਕਿੱਦਾਂ ਲੋਟ ਆਈ ਹੈ ਮੇਰੇ। ਮੇਰੀ ਗੱਲ ਕਰਾ ਲਖਣਾ। ਹੈਲੋ ਲਖੀ। ਬੇਟਾ ਸ਼ਹਿਰ ਮਾਂ ਬਾਪ ਕੀ ਕਰਦੇ ਨੇ? ਅਨਾਥ ਅੰਕਲ ਮੈਂ। ਮਾਂ ਬਾਪ ਤਾਂ ਮੇਰੇ ਬਚਪਨ 'ਚ ਅਨਾਥ ਆਸ਼ਰਮ 'ਚ ਪੜਿਆ ਜੀ ਮੈਂ। ਇਸ ਦੁਨੀਆ 'ਤੇ ਮੇਰਾ ਕੋਈ ਨਹੀਂ, ਸਿਰਫ ਇੱਕ ਦੋਸਤ ਆ ਮੇਰਾ ਜਿਹਨੂੰ ਮੈਂ ਬਹੁਤ ਪਿਆਰ ਕਰਦਾ। ਪੜ੍ਹਾਈ ਤੋਂ ਬਾਅਦ ਅੱਗੇ ਕੀ ਸੋਚਿਆ? ਪੜ੍ਹਾਈ ਦੇ ਬਾਅਦ? ਪੜ੍ਹਾਈ ਤੋਂ ਬਾਅਦ ਹਾਲੇ ਕੁਛ ਸੋਚਿਆ ਨਹੀਂ ਜੀ। ਫਿਲਹਾਲ ਤਾਂ ਮੇਰਾ ਇੱਕੋ ਮਕਸਦ ਆ ਜੀ, ਆਪਣੇ ਜਾਨ ਤੋਂ ਪਿਆਰੇ ਦੋਸਤ ਨੂੰ ਉਹਦੀ ਮੰਜ਼ਿਲ ਤੱਕ ਪਹੁੰਚਾਉਣਾ। ਬਾਈ ਜੀ, ਬਾਈ ਜੀ ਅੱਜ ਸਵੇਰੇ ਸਵੇਰੇ ਪੀਣੀ ਸ਼ੁਰੂ ਕਰਤੀ ਆ। ਓਏ, ਜਿਸ ਪਿੰਡ ਦੀਆਂ ਜਨਾਨੀਆਂ ਨੂੰ ਅਸੀਂ ਰੰਡੀਆਂ ਬਣਾਉਣ ਦੀ ਕਸਮ ਖਾਧੀ ਹੋਈ ਸੀ, ਅੱਜ ਉਸੇ ਪਿੰਡ ਦੀ ਕੁੜੀ ਯਾਨੀ ਕਿ ਮੇਰੇ ਸਭ ਤੋਂ ਵੱਡੇ ਦੁਸ਼ਮਣ ਦੀ ਧੀ ਨੂੰ ਘਰੇ ਬਹੂ ਬਣਾ ਕੇ ਲਿਆਉਣਾ ਪੈ ਰਿਹਾ। ਦੇਖ ਬਾਪੂ, ਕੰਨ ਖੋਲ ਲੈ, ਕੰਨ ਖੋਲ ਕੇ ਮੇਰੀ। ਮਾਹੀ ਮੇਰਾ ਬਚਪਨ ਦਾ ਪਿਆਰ ਹੈ, ਜਿਹੜਾ ਮਾਹੀ ਤੇ ਮੇਰੇ ਵਿਚਕਾਰ ਆਇਆ ਨਾ ਮੈਂ ਫੂਕ ਕੇ ਰੱਖ ਦੂ, ਭੋਗ ਪਾ ਦੂ ਉਹਦਾ, ਚਾਹੇ ਮੇਰਾ ਉਹ ਪਾਪ ਹੀ ਕਿਉਂ ਨਾ ਹੋਵੇ। ਇਹ ਉਹ ਤੇਰਾ ਬਚਪਨ ਦਾ ਪਿਆਰ ਹੈ, ਮੈਂ ਵੀ ਤੇਰਾ ਬਚਪਨ ਦਾ ਪਿਓ ਹਾਂ,
ਉਹਦੇ ਪਿੱਛੇ ਮੈਨੂੰ ਮਾਰੇਗਾ? ਓਏ ਨਹੀਂ ਜੱਗੇ ਨਹੀਂ, ਬੇਸ਼ੱਕ ਤੇਰਾ ਪਿਓ ਕਮੀਨਾ ਆ, ਬਦਮਾਸ਼ ਆ, ਚੋਰ ਆ, ਪਰ ਤੇਰਾ ਪਿਓ ਆ, ਪਿਓ ਨੇ ਇਹਨੀ ਕੁੱਤੇ ਖਾਣੀ ਨਹੀਂ ਕਰਨੀ ਚਾਹੀਦੀ। ਭੈਣ ਘਰ ਭਾਈ ਕੁੱਤਾ ਤੇ ਸਹੁਰੇ ਘਰ ਜਵਾਈ ਕੁੱਤਾ, ਜੇ ਮੂੰਹ ਚੰਗਾ ਨਹੀਂ ਹੁੰਦਾ ਨਾ ਤਾਂ ਗੱਲ ਤਾਂ ਚੰਗੀ ਕਰ ਲਿਆ ਕਰ। ਦੇਖ ਬਾਪੂ, ਤੇਰੇ ਅੱਗੇ ਹੱਥ ਜੋੜਦਾ, ਕੋਈ ਐਸੀ ਵੈਸੀ ਹਰਕਤ ਨਾ ਕਰਦੀ ਜਿਹਦੇ ਨਾਲ ਮੇਰਾ ਵਿਆਹ ਟੁੱਟ ਜਾਵੇ। ਨਾਲੇ ਤੈਨੂੰ ਮੇਰੀ ਮਰੀ ਹੋਈ ਮਾਂ ਦੀ ਕਸਮ ਹੈ, ਵਿਆਹ ਵਾਲੇ ਦਿਨ ਦਾਰੂ ਨਾ ਪੀਵੀ, ਨਾਲੇ ਤੇਰੀ ਸ਼ਰਾਬ ਬਹੁਤ ਮਾੜੀ ਹੈ, ਸ਼ਰਾਬ ਪੀ ਕੇ ਤੂੰ ਗੱਬਰ ਸਿੰਘ ਬਣ ਜਾਂਦਾ, ਦੇਖੀ ਕਿਤੇ ਮੇਰਾ ਘਰ ਬਸਦਾ ਬਸਦਾ ਨਾ ਉਜਾੜ ਦੇਵੀ। ਦੇਖਿਆ ਚੰਦਰੀ ਔਲਾਦ ਬੇਗਾਨਿਆਂ ਪਿੱਛੇ ਆਪਣਿਆਂ ਦਾ ਭੋਗ ਪਾਉਣ ਨੂੰ ਫਿਰਦੀ ਹੈ। ਵਕਤ ਦੀ ਨਜ਼ਾਕਤ ਨੂੰ ਸਮਝੋ ਭੁੱਲਰ ਸਾਹਿਬ, ਦੁਸ਼ਮਣ ਨੂੰ ਬਰਬਾਦ ਕਰਨ ਦਾ ਤੁਹਾਨੂੰ ਇਸ ਤੋਂ ਵਧੀਆ ਮੌਕਾ ਨਹੀਂ ਮਿਲ ਸਕਦਾ। ਕੀ ਮਤਲਬ? ਹੁਣ ਆਊਗਾ ਸਵਾਦ, ਭੁੱਲਰ ਦਾ ਡੰਗਿਆ ਸਾਹ ਨਹੀਂ ਬਸ ਮੌਤ ਹੀ ਮੰਗਦਾ ਹੈ। ਦਾਦੀ ਆ ਦੇਖੋ, ਮਾਈ ਨੂੰ ਆ ਨਹੀਂ ਸੁਣਨ ਲੱਗੂ? ਹਾਏ ਇਹ ਤਾਂ ਬਹੁਤ ਸੋਹਣਾ ਹੈ, ਆ ਤਾਂ ਮੇਰੀ ਮਾਈ, ਮੈਨੂੰ ਤਾਂ ਬਹੁਤ ਚੰਗਾ ਲੱਗਿਆ। ਹੈਲੋ ਲੱਖੇ, ਤੂੰ ਗਿੱਲ ਨੂੰ ਇੱਥੇ ਮੇਰਾ ਵਿਆਹ ਤੁੜਵਾਉਣ ਭੇਜਿਆ ਸੀ ਜਾਂ ਵਿਆਹ ਦੀਆਂ ਤਿਆਰੀਆਂ ਕਰਵਾਉਣ ਭੇਜਿਆ ਸੀ? ਮਾਹੀ ਬਾਰ ਬਰਾਤ ਆ ਗਈ, ਤੂੰ ਜਲਦੀ ਤਿਆਰ ਹੋ ਜਾ। ਤੂੰ ਚੱਲ, ਮੈਂ ਆ ਰਹੀ ਹਾਂ। ਅੱਛਾ ਤੂੰ ਕਿਹਦੇ ਨਾਲ ਗੱਲ ਕਰ ਰਹੀ ਸੀ? ਮੈਂ ਕਹਿ ਰਹੀ ਹਾਂ ਨਾ, ਤੂੰ ਚੱਲ, ਮੈਂ ਦੋ ਮਿੰਟ 'ਚ ਆ ਰਹੀ ਹਾਂ, ਮੇਰੀ ਫਰੈਂਡ ਹੈ। ਓਕੇ, ਸੁਣ ਲਿਆ, ਹੁਣ ਤਾਂ ਮੇਰਾ ਵਿਆਹ ਵੀ ਹੋ ਰਿਹਾ, ਮੇਰੀ ਬਰਾਤ ਆ ਗਈ ਆ। ਕਦੋਂ ਆਏਗਾ ਜਦ ਮੇਰੀ ਡੋਲੀ ਤੁਰ ਜਾਏਗੀ? ਡੋਲੀ ਤਾਂ ਤੇਰੀ ਜ਼ਰੂਰ ਚੁੱਕੀ ਜਾਊ, ਕਿਸੇ ਹੋਰ ਨਾਲ ਨਹੀਂ, ਸਿਰਫ ਮੇਰੇ ਨਾਲ। ਤੂੰ ਫਿਕਰ ਨਾ ਕਰ ਮਾਹੀ, ਮੈਂ ਹੁਣੇ ਆਇਆ। ਕੀ ਗੱਲ ਲੱਖੇ, ਬੜਾ ਭਖਿਆ ਫਿਰਦਾ। ਗਿੱਲ ਨੂੰ ਭੇਜਿਆ ਸੀ ਮਾਹੀ ਦਾ ਵਿਆਹ ਤੁੜਵਾਉਣ, ਉਸ ਤੋਂ ਵੀ ਕੁਝ ਨਹੀਂ ਹੋਇਆ, ਉੱਥੇ ਤਾਂ ਵਾਜੇ ਵੱਜ ਰਹੇ ਨੇ, ਪਰ ਮੈਂ ਉਹਦਾ ਵਿਆਹ ਕਿਤੇ ਹੋਰ ਨਹੀਂ ਹੋਣ ਦੇਣਾ। ਬਾਪੂ ਨੂੰ ਦਾਰੂ ਨਾ ਪੀਣ ਦੇਵੀ ਵਿਆਹ ਚ, ਠੀਕ ਹੈ? ਤੈਨੂੰ ਪਤਾ ਨਾ ਸਾਲਿਆ, ਦਾਰੂ ਪੀ ਕੇ ਉਹਦੇ ਵਿੱਚ ਪੈਰੋਂ ਆ ਜਾਂਦਾ, ਕਿਤੇ ਉਹੀ ਗੱਲ ਨਾ ਹੋਵੇ ਮੇਰਾ ਘਰ ਬਸਣ ਤੋਂ ਪਹਿਲਾਂ ਉੱਜੜ ਜਾਏ। ਮੈਂ ਸਮਝ ਗਿਆ ਬਾਈ ਜੀ, ਤੁਸੀਂ ਚਿੰਤਾ ਨਾ ਕਰੋ, ਘਰ ਜਾ ਕੇ ਭਾਵਾਂ ਆਪਾਂ ਬਾਪੂ ਨੂੰ ਸ਼ਰਾਬ ਵਾਲੇ ਡਰੰਮ ਚ ਸੁੱਟ ਦਈਏ, ਇੱਥੇ ਤਾਂ ਸੁੰਘਣ ਨਹੀਂ ਦਿੰਦਾ। ਹਾਂ, ਅੱਜ ਮੇਰੇ ਜੱਗੇ ਇੱਕ ਜਾਂਦੀ ਹੈ। ਸਤਿ ਸ੍ਰੀ ਅਕਾਲ।
ਸਾਸਿਕਾਲ ਜੱਗੇ ਬਾਈ। ਉਹ ਸਾਸਿਕਾਲ। ਸਾਸਿਕਾਲ ਜੀ। ਡੰਕਾ। ਸਾਸਿਕਾਲ ਤਾਂ ਹੋਈ, ਵਿਆਹ ਤਾਂ ਮੇਰਾ, ਤੂੰ ਕਿਵੇਂ ਲਾੜਾ ਬਣੀ ਫਿਰਦਾ ਓਏ? ਜੱਗੇ ਬਾਈ ਤੇਰੇ ਵਿਆਹ ਦੀ ਖੁਸ਼ੀ ਉਹ ਬਹੁਤ ਹੈ, ਐ ਲੱਗਦਾ ਜਿਵੇਂ ਮੇਰਾ ਹੀ ਵਿਆਹ ਹੁੰਦਾ ਹੈ। ਵੈਸੇ ਵਿਆਹ ਤੋਂ ਬਾਅਦ ਹਨੀਮੂਨ ਮਨਾਉਣ ਦਾ ਕਿੱਥੇ ਇਰਾਦਾ? 200 ਖੇ ਜ਼ਮੀਨ ਦਾ ਆਪਣਾ, 25-30 ਮੋਟਰਾਂ ਨੇ, ਜਿੱਥੇ ਦਿਲ ਕਰੂ ਮਨਾ ਲਾਂਗੇ। ਵੈਸੇ ਆ ਹਨੀਮੂਨ ਹੁੰਦਾ ਕੀ ਹੈ? ਮਾਹੀ ਨੂੰ ਪੁੱਛ ਲੈ। ਮਾਹੀ ਜੀ, ਇਹ ਹਨੀਮੂਨ ਕੀ ਹੁੰਦਾ? ਸ਼ਟ ਅਪ ਯੂ ਇਡੀਅਟ। ਪੁੱਛ। ਮਾਹੀ, ਅੰਗਰੇਜ਼ੀ 'ਚ ਦੱਸਣ ਲਈ ਸ਼ੁਕਰੀਆ, ਜੇ ਕਿਸੇ ਪੰਜਾਬੀ 'ਚ ਦੱਸਦੇ ਨਾ ਮਜ਼ਾ ਹੀ ਆ ਜਾਏ, ਮਜ਼ਾ। ਚੁੱਪ ਕਰ ਜਾ। ਹੁਣ ਜਿੰਨੀ ਮਰਜ਼ੀ ਆਕੜ ਮਾਰ ਲਾ, ਇੱਕ ਵਾਰੀ ਵਿਆਹ ਕੇ ਕਰੇ ਲੈ ਜਾਣ ਦੇ। ਜੇ ਹਨੀਮੂਨ ਹਨੀਮੂਨ ਨਾ ਕਰਦੀ ਫਿਰੀ ਤਾਂ ਮੈਨੂੰ ਵੀ 25 ਮਰਬਿਆਂ ਵਾਲਾ ਜੱਟ ਨਾ ਆਖੀ। ਮੁੰਡੇ ਦੇ ਜੀਜਾ ਜੀ, ਕੀ ਗੱਲ ਸੁੱਕੇ ਹੀ ਫਿਰਦੇ ਹੋ? ਕੀ ਗੱਲ, ਦਾਰੂ ਛੱਡਤੀ? ਛੱਡਤੀ ਕਾਹਨੂੰ, ਸਾਲੇ ਜੱਗੇ ਨੇ ਛੁਡਾਤੀ, ਆਖੇ ਮੇਰੇ ਵਿਆਹ 'ਚ ਦਾਰੂ ਨਹੀਂ ਪੀਣੀ। ਉਹ ਤਾਂ ਕਮਲਾ, ਅੱਬਾ ਹੀ ਮੜੀ ਸਾਈਡ ਦੀ, ਉਹ ਇੱਧਰ ਵੀ ਲਿਆ ਬਾਈ। ਤੁਸੀਂ ਤਾਂ ਸਿਆਣੇ ਹੋ, ਵਿਆਹ ਕਦਾ ਜਿੱਥੇ ਦਾਰੂ ਨਾ ਹੋਵੇ ਯਾਰ। ਪੈਗ ਲਾਓ, ਖੁਸ਼ੀਆਂ ਮਨਾਓ, ਭੰਗੜੇ ਛੰਗੜੇ ਪਾਓ, ਐਵੇਂ ਸੁਸਤੀ ਪਾਈ ਆ। ਚੱਕੋ ਚੱਕੋ, ਇੱਕ ਪੈਗ ਹੋਰ ਚੱਕੋ। ਮੈਂ ਤਾਂ ਸਭ ਤੋਂ ਸਿਆਣਾ ਲੱਗਾ ਹੀ ਤੂੰ, ਆ ਸਵੇਰ ਦੇ ਸਾਰੇ ਆਪਣੇ ਕੰਮਾਂ ਕਾਰਾਂ 'ਚ ਲੱਗੇ ਆ, ਆ ਲੜਦੇ ਜੀਜੇ ਨੂੰ ਪੁੱਛੇ ਕਿਸੇ ਨੇ ਨਹੀਂ। ਆ ਇੱਕ ਹੋਰ ਪਾ, ਪਾ ਪਾ, ਦੁੱਗਣਾ ਪਾ। ਤੇਰੇ ਵਾਸਤੇ ਤਾਂ ਦਾਰੂ ਦੀ ਬਾਲਟੀ ਮੰਗਾਈ ਆ ਮਾਮਾ। ਕਮਲਿਆ ਤੂੰ ਪੈਗ ਪਾਇਆ, ਗਲਾਸ ਵੀ ਨੀ ਚੱਕਦਾ ਹੈ? ਨਾ ਬਾਈ, ਜੱਗੇ ਬਾਈ ਨੇ ਪੀਣ ਤੋਂ ਮਨਾ ਕੀਤਾ। ਓਏ, ਉਹਨੇ ਡੈਡੀ ਨੂੰ ਮਨਾ ਕੀਤਾ, ਕਮਲਿਆ ਤੁਹਾਨੂੰ ਥੋੜੀ ਕੀਤਾ। ਚੱਕੋ ਚੱਕੋ, ਲਾਓ ਪੈਗ, ਲਾਓ 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 ਲਾਓ। ਠੀਕ ਹੈ, ਹੱਸ ਵੀ ਲੈ। ਆਪਾ ਪੀਓ ਪੀਓ। ਮੇਰੀ ਮਰੀ ਹੋਈ ਮਾਂ ਦੀ ਕਸਮ ਹੈ, ਵਿਆਹ ਵਾਲੇ ਦਿਨ ਦਾਰੂ ਨਾ ਪੀਵੀ। ਲੈ ਜਾ ਇਹਨੂੰ, ਇੱਕ ਪੈਗ ਤੋਂ ਮਾਰ ਲੀਜੀਏ। ਓਏ ਲੈ ਜਾ ਇਹਨੂੰ। ਸਾਰੇ ਅੱਜ ਕੱਲ ਦੇ ਮੁੰਡਿਆਂ ਦੀ ਕਪੈਸਿਟੀ ਹੈ ਨੀ, ਐਵੇਂ ਸੁੰਘੇ ਡਿੱਗ ਪੈਂਦੇ ਆ। ਹੁਣ ਜੀਜੇ ਦੀ ਰੀਸ ਥੋੜੀ ਕਰ ਸਕਦੇ ਨੇ, ਕੱਲ ਦੇ ਛੋਕਰੇ। ਜੀਜਾ ਜੀ ਕੰਮ ਕਰੋ ਤੁਸੀਂ, ਉਹ ਬੈਠਾ ਭੁੱਲਰ ਸਾਹਿਬ, ਇੱਕ ਪੈਗ ਲਵਾ ਕੇ ਆਉਣਾ। ਨਾ ਵੇ ਨਾ, ਉਹਦੀ ਪੀਣੀ ਬਹੁਤ ਗੰਦੀ ਹੈ, ਨਾਲੇ ਜੇ ਉਹਨੇ ਪੀ ਲਈ ਫੇਰ ਕੋਈ ਵੀ ਹੈ ਨੀ। ਤੁਸੀਂ ਜਾ ਕੇ ਪਿਆ ਕੇ ਤਾਂ ਉਹ, ਨਾਲੇ ਜੇ ਤੁਹਾਡੇ ਕਹਿ ਤੇ ਨਾ ਪੀਤੀ ਜੀਜਾ ਜੀ, ਫਿਰ ਤਾਂ ਬੇਇੱਜ਼ਤੀ ਹੈ, ਲਾਹਣਤ ਹੈ ਜੀਜਾ ਹੋਣ ਤੇ। ਅੱਛਾ, ਇਹ ਗੱਲ ਹੈ? ਬਿਲਕੁਲ। ਲੈ ਬੇ, ਛੱਡੋ ਪੈਗ, ਉੱਠੋ, ਤੁਸੀਂ ਨਾਲ ਲੈ ਜਾਓ। ਓ ਪੁੱਲਰਾ, ਨਾਲ ਨਾਲ ਆਟ ਆਟ। ਓਏ ਵਾਹ, ਕੀ ਫਸ ਗਿਆ ਮੈਂ, ਤੇ ਨਿਕਲ ਗਿਆ ਪੁੱਲਰ ਬਲਦੂ ਕਿਤੇ ਪੁੱਲਰ। ਡੈਡੀ ਜੀ, ਡੈਡੀ ਜੀ, ਕੀ ਮੂੰਹ ਬਣਾਇਆ? ਕੁੜੀ ਤਾਂ ਬਣਾਏ, ਮੁੰਡੇ ਦਾ ਵਿਆਹ ਆ,
ਪੈਗ ਸ਼ੱਕ ਲਾ। ਓਏ 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 ਮੈਂ ਪੈਗ ਨਹੀਂ ਪੀਣਾ, ਤੈਨੂੰ ਪਤਾ ਤਾਂ ਹੈ ਯਾਰ। ਨਹੀਂ ਡੈਡੀ ਜੀ, ਇੱਕ ਪੈਗ ਤਾਂ ਲਾਉਂਗੇ। ਲਾ ਲਓ ਡੈਡੀ। ਓਏ ਯਾਰ ਮੈਂ ਤੈਨੂੰ ਕਿਹਾ ਤਾਂ ਹੈ ਮੈਂ ਕਿਉਂ ਨਹੀਂ ਪੀਂਦਾ। ਓ ਡੈਡੀ ਕੀ ਤੁਸੀਂ ਵੀ ਚੱਗੇ ਦੀਆਂ ਗੱਲਾਂ ਚ ਆ ਗਏ? ਬੇਬੇ ਮਰ ਗਈ ਸਵਰਗ, ਪਤਾ ਨਹੀਂ ਕਿੱਥੇ ਤੁਰੀ ਫਿਰਦੀ ਹੋਣੀ। ਤੇ ਜਗਾ ਉਹ ਸਾਲਾ ਸਗਣਾ ਚ ਰੁੱਝਿਆ, ਕਿਸੇ ਨੂੰ ਪਤਾ ਨਹੀਂ ਲੱਗਣਾ। ਪੀਓ ਪੈਗ, ਐਵੇਂ ਨਖਰੇ ਕਰੀ ਜਾਂਦੇ। ਪੀਓ। ਓਏ ਮੈਂ ਤੈਨੂੰ ਕਿਹਾ ਨਹੀਂ ਪੀਣਾ ਯਾਰ। ਬੇਇੱਜ਼ਤੀ ਕਰਤੀ ਤੇ ਮੈਂ ਬੇਇੱਜ਼ਤੀ ਮੰਨ ਗਿਆ। ਓ ਮੈਂ ਚੱਲਿਆ। ਓ ਮੇਰੀ ਗੱਲ ਸੁਣ। ਓਏ ਓਏ ਦਲਵੀਰ ਅਗਾ। ਓਏ ਬਹਿ ਜਾ ਬਹਿ ਜਾ, ਇਹ ਸਸਤਾ ਚੱਲਦਾ ਰਹਿੰਦਾ ਹੈ। ਓ ਪੁੱਲਰਾਂ ਦਾ ਜਵਾਈ ਬੇਇੱਜ਼ਤੀ ਨਹੀਂ ਸਕਦਾ। ਓ ਬੈਠ ਤਾਂ ਸਹੀ ਦਲਵੀਰ, ਤੈਨੂੰ ਮੈਂ ਕਿੰਨਾ ਪਿਆਰ ਕਰਦਾ, ਧੀ ਦਿੱਤੀ ਹੈ ਤੈਨੂੰ ਯਾਰ, ਤੈਨੂੰ ਕਾਰਨ ਪਤਾ ਮੈਂ ਕਿਉਂ ਨਹੀਂ ਪੀ ਸਕਦਾ ਅੱਜ। ਡੈਡੀ ਤਾਂ ਦਿਲ ਤੇ ਕਰਦਾ ਪੀਣ ਨੂੰ। ਉਹ ਨਹੀਂ ਪੀਣੀ, ਇੱਕ ਪੈਗ ਪੀ। ਉਹ ਮੈਂ ਨਹੀਂ ਪੀਣੀ, ਨਹੀਂ ਪੀਣੀ, ਨਹੀਂ ਡੈਡੀ। ਤੈਨੂੰ ਕਿਹਾ ਸੀ ਨਹੀਂ ਪੀਣੀ ਯਾਰ। ਚੱਲ ਫਿਰ ਇੱਕ ਪੈਗ ਹੋਰ ਬਣਾ। ਬਸ 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 ਤੁਹਾਡੇ ਵਾਸਤੇ ਖਾਸ ਖਬਰ ਹੈ ਇੱਕ। ਕੀ? ਕੌਣ ਹੈ ਤੂੰ? ਤੁਹਾਡਾ ਸੁਣ ਚਿੰਤਕੀ ਆ। ਗੱਲ ਕੀ ਹੈ? ਬਾਜਵਾ ਸਾਹਿਬ ਤੁਹਾਨੂੰ ਮਾਰਨ ਦੀਆਂ ਸਕੀਮਾਂ ਬਣਾਈ ਫਿਰਦੇ ਨੇ। ਹੈ? ਰੋਟੀ ਨਾ ਖਾਇਓ, ਜ਼ਹਿਰ ਆ ਰੋਟੀ ਚ। ਜ਼ਹਿਰ ਹੈ ਰੋਟੀ ਚ? ਕੌਣ ਹੈ ਬਈ ਤੂੰ, ਮੈਨੂੰ ਦੱਸ ਤਾਂ ਸਹੀ। ਓਏ ਇੱਥੇ ਬੰਦਾ ਆਇਆ ਸੀ, ਬੰਦਾ ਨਹੀਂ ਦੇਖਿਆ ਤੁਸੀਂ? ਓਏ 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 ਇਹ ਕੀ ਕਰੀ ਜਾਂਦੇ ਹੋ? ਕੌਣ ਮੇਰੇ ਕੰਨਾਂ 'ਚ ਗੱਲਾਂ ਕਰੀ ਜਾਂਦਾ? ਕਹਿੰਦਾ ਜ਼ਹਿਰ ਪਾਤੀ ਰੋਟੀ। ਓਏ ਤੇਰੀ ਬਾਜਵੇ ਦੇਖੂਗਾ ਤੈਨੂੰ। ਓਏ ਆ ਜਾ ਮੇਰੇ ਸਾਹਮਣੇ। ਓਏ ਓਏ ਕੀ ਹੋਇਆ ਡੈਡੀ? ਓਏ ਤੇਰੀ ਭੈਣ ਗੱਲ ਕਰਦਾ। ਓਏ ਬਾਜਵਿਆ, ਓਏ ਮੇਰੇ ਕੰਨ 'ਚ ਗੱਲਾਂ ਕਰ ਗਿਆ ਮੇਰਾ ਖਾਸ ਆਦਮੀ। ਓਏ ਤੂੰ ਮੈਨੂੰ ਮਾਰਨ ਨੂੰ ਫਿਰਦਾ, ਮੈਂ ਤਾਂ ਚੱਕ ਦੂੰ ਚੌਂਡੇ। ਓਏ ਰੋਟੀ 'ਚ ਜ਼ਹਿਰ ਪਾਈ ਆ ਤੂੰ ਫੇਰ ਚੱਕੀ ਫਿਰਦਾ। ਓਏ ਸਾਲੇ ਕੁੱਤੇ ਮੇਰੀ ਗੱਲ ਸੁਣੋ। ਓਏ ਓਏ ਆ ਨਾ ਖਾਇਓ ਕਿੱਡੋ ਪਰੇ। ਓਏ ਖਾਇਓ ਨਾ ਖਾਇਓ ਨਾ, ਜ਼ਹਿਰ ਹੈ ਇਹਦੇ 'ਚ। ਓਏ ਜੇ ਤੁਹਾਡੇ 'ਚੋਂ ਮਰ ਗਿਆ ਕੋਈ ਤਾਂ ਮੈਂ ਤੁਹਾਡੇ ਘਰਦਿਆਂ ਨੂੰ ਬੰਦੇ ਕਿੱਥੋਂ ਦੇਊਂਗਾ? ਖਾਣਾ ਨੀ, ਜ਼ਹਿਰ ਹੈ ਇਹਦੇ 'ਚ, ਹੱਟ ਪਰੇ। ਓਏ ਓਏ ਬਾਜਵੇ ਆ, ਛੱਡੂਗਾ ਨੀ ਉਹ ਤੈਨੂੰ। ਓਏ ਓਏ ਲੋਕੋ, ਓਏ ਲੋਕੋ, ਓਏ ਦੇਖੋ, ਓਏ ਸਾਡੇ ਨਾਲ ਤਾਂ ਜੱਗੋ 13ਵੀਂ ਹੋਣ ਲੱਗੀ ਸੀ। ਓਏ ਤਾਂ ਭਲਾ ਹੋਵੇ ਉਸ ਬੰਦੇ ਦਾ ਜਿਹਨੇ ਮੇਰੇ ਕੰਨ 'ਚ ਦੱਸਤਾ ਤੇ ਸਾਨੂੰ ਬਚਾ ਲਿਆ। ਰੋਟੀ 'ਚ ਜ਼ਹਿਰ ਪਾਈ ਫਿਰਦੇ ਨੇ। ਓਏ ਬਾਜਵਿਆ, ਘਰਾਂ ਮਹਿਮਾਨ ਰੱਬ ਦਾ ਰੂਪ ਹੁੰਦੇ ਨੇ, ਇਹ ਤਾਂ ਕੁੜਮਾ ਸਾਡਾ। ਵਾਹ ਓਏ ਵੱਡਿਆ ਸਰਦਾਰਾ,
ਅਸੀਂ ਸੋਚਿਆ ਸੀ ਕਿ ਤੇਰੀ ਕੁੜੀ ਨੂੰ ਘਰ ਦੀ ਨੂੰਹ ਬਣਾ ਕੇ ਤੰਗ ਕਰਾਂਗੇ, ਫਿਰ ਤੇਰੀ ਸਾਰੀ ਜਾਇਦਾਦ ਲੁੱਟ ਕੇ ਨਾ ਅਸੀਂ ਤੈਨੂੰ ਨੰਗ ਕਰਾਂਗੇ, ਫਿਰ ਹੱਥ 'ਚ ਠੂਠਾ ਫੜਾ ਕੇ ਨਾ ਦਰ ਦਰ ਮੰਗਵਾਵਾਂਗੇ ਤੇਰੇ ਤੋਂ, ਔਰ ਫਿਰ ਤੈਨੂੰ ਤੜਫਾ ਤੜਫਾ ਮਾਰਾਂਗੇ। ਪਰ ਬਾਜਵੇ, ਤੂੰ ਤਾਂ ਕਮਾਲ ਹੀ ਕਰਨ ਲੱਗਿਆ ਸੀ ਇੱਕੋ ਝਟਕੇ 'ਚ, ਰੋਟੀ 'ਚ ਜ਼ਹਿਰ ਪਾ ਕੇ ਸਾਨੂੰ ਖਤਮ ਕਰਨ ਲੱਗਿਆ ਸੀ। ਓਏ ਖਾਣੇ 'ਚ ਜ਼ਹਿਰ, ਮੈਂ ਧੀ ਦਾ ਬਾਪ ਹੋ ਕੇ ਆਪਣੀ ਜਵਾਈ ਦੇ ਆਪਣੇ ਕੁੜਮ ਦੇ ਖਾਣੇ 'ਚ ਜ਼ਹਿਰ ਮਿਲਾਉਂਗਾ? ਪ੍ਰਤਾਪ ਸਿੰਘ ਬਾਜਵੇ ਨੇ ਸਾਰੀ ਉਮਰ ਹਿੱਕ ਠੋਕ ਕੇ ਬਦਮਾਸ਼ੀ ਕੀਤੀ ਹੈ, ਕਮੀਨਗੀ ਨਹੀਂ ਕੀਤੀ, ਭੁੱਲ ਰਹਾ? ਕਰਤਾ ਨਾ ਉਹੀ ਕਰਾ ਜਿਹਦਾ ਮੈਨੂੰ ਡਰ ਸੀ। ਤੂੰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਬਾਪੂ, ਕਰਤੀ ਮੇਰੀ ਮੁਹੱਬਤ ਬਰਬਾਦ। ਤੂੰ ਕੈਸਾ ਕੈਸਾ ਬਾਪ ਹੈ ਤੂੰ, ਇੱਕ ਮੈਨੂੰ ਗੱਲ ਦੱਸ, ਪੱਟੀ ਤੈਨੂੰ ਕਿਹਨੇ ਪੜਾਈ? ਓਏ ਨਹੀਂ ਪੜਾਈ ਪੱਟੀ ਕਿਸੇ ਨੇ, ਮੇਰੇ ਕੰਨ 'ਚ ਕਿਸੇ ਨੇ ਕਿਹਾ ਕਿ ਰੋਟੀ 'ਚ ਜ਼ਹਿਰ ਹੈ, ਆਪ ਸੁਣਿਆ ਮੈਂ, ਕਹਿੰਦੇ ਪੱਟੀ ਪੜਾਈ ਹੈ। ਭੁੱਲਰ ਸਾਹਿਬ, ਵੈਸੇ ਤਾਂ ਤੁਹਾਡੇ ਪਰਿਵਾਰਕ ਮਸਲੇ 'ਚ ਬੋਲਣ ਦਾ ਮੈਨੂੰ ਕੋਈ ਹੱਕ ਨਹੀਂ, ਪਰ ਤੁਸੀਂ ਬਾਜਵਾ ਸਾਹਿਬ 'ਤੇ ਇੰਨੀ ਮਾੜੀ ਤੌਮਤ ਲਾਈ ਹੈ ਨਾ, ਰੋਟੀ 'ਚ ਜ਼ਹਿਰ ਆ ਨਾ, ਮੈਂ ਖਾ ਕੇ ਦਿਖਾਉਣਾ ਤੁਹਾਨੂੰ ਰੋਟੀ, ਆ ਰੋਟੀ 'ਚ ਜ਼ਹਿਰ ਆ ਨਾ। ਓਏ ਫੇਰ ਕੀ ਹੋਇਆ, ਗਲਤੀ ਹੋ ਜਾਂਦੀ ਹੈ ਇਨਸਾਨ ਤੋਂ। ਅੱਛਾ, ਹੁਣ ਹੁਣ ਤਾਂ ਮੇਰੇ ਹੱਥ 'ਚ ਠੂਠਾ ਫੜਾਉਣ ਦੀਆਂ ਤਿਆਰੀਆਂ ਕਰੀ ਬੈਠਾ ਸੀ। ਸੁਣ, ਇਸ ਤੋਂ ਪਹਿਲਾਂ ਕਿ ਮੈਂ ਪ੍ਰਾਹੁਣੇ ਚਾਰੀ ਭੁੱਲ ਜਾ, ਦਫਾ ਹੋ ਜਾ ਇੱਥੋਂ। ਛੱਡੋ ਬਾਜਵਾ ਸਾਹਿਬ, ਬਾਪੂ ਤੋਂ ਜੋ ਗਲਤ ਫਹਿਮੀ ਹੋਈ ਸੀ ਉਹ ਹੁਣ ਦੂਰ ਹੋ ਗਈ। ਗੱਲ ਸੁਣ ਕਾਕਾ, ਗਲਤ ਫਹਿਮੀ ਤੇਰੇ ਬਾਪੂ ਦੀ ਨਹੀਂ, ਸਾਡੀ ਦੂਰ ਹੋ ਗਈ। ਸਾਲੇ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਲਾ ਲਓ, ਡੰਗ ਮਾਰਨੋਂ ਨਹੀਂ ਹਟਦਾ। ਓ ਡੈਡੀ ਜੀ ਇੱਧਰ। ਪੁੱਤਰ ਵੇਖਿਆ ਕਿੰਨਾ ਜ਼ਹਿਰ ਸੀ ਉਹਨਾਂ ਦੇ ਮਨ ਵਿੱਚ ਸਾਡੇ ਵਾਸਤੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਇਹ ਪਰਿਵਾਰ ਚੰਗਾ ਨਹੀਂ ਹੈਗਾ, ਇਹਨਾਂ ਤੇ ਵਿਸ਼ਵਾਸ ਨਾ ਕਰੋ। ਜੱਗੀ ਨੂੰ ਛੱਡ ਕੇ ਤੁਸੀਂ ਮੇਰਾ ਕਿਸੇ ਨਾਲ ਵੀ ਵਿਆਹ ਕਰੋਗੇ, ਮੈਂ ਕਰ ਲਵਾਂਗੀ। ਤੇਰਾ ਵਿਆਹ ਤਾਂ ਹੋ ਕੇ ਰਹੂਗਾ ਧੀਏ, ਉਹ ਵੀ ਅੱਜ ਹੀ। ਡੀਐਸਪੀ ਸਾਹਿਬ, ਇਹਨਾਂ ਹਾਲਾਤਾਂ 'ਚ ਤੁਸੀਂ ਮੇਰੀ ਬੇਟੀ ਦਾ ਹੱਥ ਫੜੋਗੇ? ਦੇਖੋ ਬਾਜਵਾ ਸਾਹਿਬ, ਤੁਹਾਡੇ ਨਾਲ ਰਿਸ਼ਤਾ ਜੋੜਨਾ ਬੜੇ ਸੁਭਾਗੇ ਦੀ ਗੱਲ ਹੋਵੇਗੀ, ਪਰ ਕੀ? ਪਰ ਤੁਹਾਡੇ ਨਾਲ ਰਿਸ਼ਤਾ ਜੋੜ ਕੇ ਮੈਂ ਭੁੱਲਰ ਹੋਣਾ ਨਾਲ ਦੁਸ਼ਮਣੀ ਦਾ ਲੋਹਾ ਨਹੀਂ ਲੈ ਸਕਦਾ। ਜੈਤ ਸਾਹਿਬ, ਤੁਸੀਂ ਮੇਰੀ ਧੀ ਰਾਣੀ ਨੂੰ ਆਪਣੇ ਘਰ ਦੀ ਬਹੂ ਬਣਾਓਗੇ? ਮੈਨੂੰ ਮਨਜ਼ੂਰ ਹੈ ਬਾਜਵਾ ਸਾਹਿਬ, ਪਰ ਮੇਰਾ ਮੁੰਡਾ ਤਾਂ ਅਮਰੀਕਾ ਗਿਆ ਹੋਇਆ, ਉੱਥੇ ਉਹਦੇ ਪੇਪਰ ਚੱਲ ਰਹੇ ਨੇ, ਉਹਨੂੰ ਇੰਡੀਆ ਵਾਪਸ ਆਉਣ 'ਚ ਘੱਟੋ ਘੱਟ 1 ਮਹੀਨਾ ਲੱਗੇਗਾ।
ਪ੍ਰਤਾਪ ਪੁੱਤ ਤੇਰਾ ਗਿੱਲ ਬਾਰੇ ਕੀ ਖਿਆਲ ਆ? ਕਿੰਨਾ ਸਾਊ, ਕਿੰਨਾ ਸੋਹਣਾ ਮੁੰਡਾ, ਨਾਲੇ ਸਰਦਾਰ ਹੈ। ਮੈਨੂੰ ਪੂਰਾ ਯਕੀਨ ਹੈ ਵਿਆਹ ਤੋਂ ਬਾਅਦ ਸਾਡੀ ਮਾਹੀ ਨੂੰ ਬਹੁਤ ਖੁਸ਼ ਰੱਖੂਗਾ। ਗਿੱਲ, ਗਿੱਲ ਬੇਟੇ, ਵੈਸੇ ਤਾਂ ਖਾਣੇ 'ਚ ਜ਼ਹਿਰ ਹੈ ਹੀ ਨਹੀਂ ਸੀ, ਪਰ ਜੇ ਹੁੰਦਾ ਤਾਂ। ਬਾਜਵਾ ਸਾਹਿਬ, ਮੈਨੂੰ ਪੂਰਾ ਵਿਸ਼ਵਾਸ ਸੀ ਕਿ ਤੁਸੀਂ ਦੁਸ਼ਮਣ ਨਾਲ ਵੀ ਇੰਨਾ ਬੁਰਾ ਨਹੀਂ ਕਰ ਸਕਦੇ। ਇਹ ਤਾਂ ਫਿਰ ਤੁਹਾਡੇ ਹੋਣ ਵਾਲੇ ਕੁੜਮ ਸੀ। ਨਾਲੇ ਕਿਹੜਾ ਪਿਓ ਆਪਣੀ ਧੀ ਦਾ ਆਪਣੇ ਹੱਥੀਂ ਘਰ ਪੱਟਦਾ? ਮੇਰਾ ਕੀ ਹੈ, ਅਨਾਥ ਨੂੰ ਬਚਪਨ ਤੋਂ ਪਿਆਰ ਨਹੀਂ ਮਿਲਿਆ। ਮੈਂ ਸੋਚਦਾ ਸੀ ਚਲੋ ਜਿਉਂਦੇ ਜੀ ਨਹੀਂ ਸ਼ਾਇਦ ਕੋਈ ਮਰਨ ਤੋਂ ਬਾਅਦ ਹੀ ਪਿਆਰ ਕਰਨ ਲੱਗ ਜਾਵੇ। ਬੇਟਾ, ਤੂੰ ਵਿਆਹ ਕਰਾਏਗਾ ਮੇਰੀ ਧੀ ਨਾਲ? ਮਾਹੀ ਨਾ ਵਿਆਹ? ਨਹੀਂ ਗਿੱਲ, ਨਹੀਂ। ਹਾਂਜੀ ਹਾਂਜੀ, ਮਾਹੀ ਧੀਏ, ਗਿੱਲ ਤੋਂ ਵਧੀਆ ਵਰ ਤੈਨੂੰ ਪੂਰੀ ਦੁਨੀਆ 'ਚ ਨਹੀਂ ਮਿਲ ਸਕਦਾ। ਜਿਉਂਦੇ ਰਹੋ। ਸਮਝਾਵਾਂ ਕਿ ਮੇਰੇ ਕੰਨ 'ਚ ਕਿਸੇ ਨੇ ਕਿਹਾ ਸੀ ਕਿ ਰੋਟੀ 'ਚ ਜ਼ਹਿਰ ਆ? ਓਏ, ਜ਼ਹਿਰ ਰੋਟੀ 'ਚ ਨਹੀਂ ਸੀ, ਤੇਰੇ ਦਿਲ ਸੀ ਬਾਪੂ, ਜੋ ਤੂੰ ਸਾਰਾ ਉਗਲਿਆ। ਮੇਰਾ ਘਰ ਬਸਣ ਤੋਂ ਪਹਿਲਾਂ ਉਜਾੜ ਦਿੱਤਾ। ਸਾਰੇ ਕੀ ਕੀ ਸੁਪਨੇ ਦੇਖੇ ਸੀ ਮੈਂ, ਤੂੰ ਮੇਰੇ ਸਾਰੇ ਸੁਪਨਿਆਂ ਦੀ ਭੈਣ। ਓ ਜੱਗਿਆ, ਭੈਣ ਦੀ ਗੱਲ ਨਹੀਂ ਕਰਨੀ। ਕਿਹਾ ਸੀ ਨਾ ਸਾਰਿਆਂ ਤੁਹਾਨੂੰ ਨਹੀਂ ਦਾਰੂ ਪੀਣੀ। ਬਾਈ ਜੀ, ਤੁਸੀਂ ਭੁੱਲ ਗਏ ਹੋ, ਤੁਸੀਂ ਸਾਨੂੰ ਭੁੱਲਰ ਸਾਹਿਬ ਨੂੰ ਬੁਲਾਉਣ ਤੋਂ ਮਨਾ ਕੀਤਾ ਸੀ, ਸਾਨੂੰ ਪੀਣ ਤੋਂ ਥੋੜੀ ਮਨਾ ਕੀਤਾ ਸੀ। ਓਏ, ਕੀ ਲੋੜਾ ਆ ਗਿਆ ਜੇ ਮੈਂ ਦਾਰੂ ਪੀ ਲਈ? ਇੱਕ ਬਾਪ ਆਪਣੇ ਪੁੱਤ ਦੇ ਵਿਆਹ 'ਚ ਦਾਰੂ ਨਹੀਂ ਪੀ ਸਕਦਾ ਕੀ? ਪੀ ਲੈਂਦੇ ਪਰ ਥੋੜਾ ਜਿਹਾ ਧਿਆਨ ਨਾ ਪੀਣੀ। ਓਏ ਦਲਬੀਰ, ਮੈਨੂੰ ਆ ਗਈ ਨੀਂਦ, ਮੈਂ ਚੱਲਿਆ ਸੌਣ। ਹੁਣ ਦੇਖਿਓ, ਹੁਣ ਦੇਖਿਓ ਮੈਂ ਕੀ ਕਰਦਾ। ਓਏ ਓਏ ਮੇਰੇ ਪੁੱਤ, ਓਏ ਓਏ, ਦੁਸ਼ਮਣ ਦੀ ਕੁੜੀ ਵਾਸਤੇ ਤੂੰ ਆਪਣੀ ਜਾਨ ਕਿਉਂ ਦੇ ਰਿਹਾ? ਓਏ ਮੈਂ ਕਿਉਂ ਮਰਾਂ? ਜੇ ਮੇਰਾ ਮਾਹੀ ਨਾਲ ਵਿਆਹ ਨਾ ਹੋਇਆ ਨਾ ਜਲਦ ਤੋਂ ਜਲਦ, ਤੂੰ ਜ਼ਰੂਰ ਮਰੇਗਾ ਬਾਪੂ। ਆਪਣੇ ਆਪ ਨੂੰ ਮੇਰਾ ਯਾਰ ਕਹਿੰਦਾ ਕਮੀਨਾ, ਲਾਣਾ ਤੇ ਤੇਰੇ ਤੇ ਤੇਰੀ ਯਾਰੀ ਤੇ। ਮੇਰੀ ਗੱਲ ਤਾਂ ਸੁਣ ਲੈ, ਜੇ ਉੱਥੇ ਇਹਦੇ ਨਾਲ ਵਿਆਹ ਨਾ ਕਰਾਉਂਦਾ ਤੇ ਪਿਓ ਨੇ ਕਿਸੇ ਹੋਰ ਨਾਲ ਤੁਰ ਦੇਣੀ ਸੀ ਯਾਰ। ਤੁਹਾਡੀ ਖਾਤਰ ਮੈਂ ਗੋਲੀ ਖਾਣ ਨੂੰ ਤਿਆਰ ਸੀ ਉੱਥੇ। ਮੇਰੇ ਤੇ ਸ਼ੱਕਾ ਕਰੀ ਜਾਂਦਾ, ਝੱਗਾ ਵੀ ਪੜਦਾ ਸਾਰਾ ਗਰੀਬ ਦਾ। ਸੋਰੀ ਯਾਰ, ਹਟ। ਤੂੰ ਸਾਡੇ ਲਈ ਏਡਾ ਵੱਡਾ ਰਿਸਕ ਲਿਆ ਤੇ ਮੈਂ ਤੇਰੇ ਤੇ ਐਵੇਂ ਸ਼ੱਕ ਕਰੀ ਜਾ ਰਿਹਾ ਸੀ। ਮਾਫ਼ ਕਰ ਦੇ ਯਾਰਾ। ਮਾਫ਼ੀ ਤੇ ਮੈਨੂੰ ਮੰਗਣੀ ਚਾਹੀਦੀ ਹੈ। ਹੁਣ ਤੱਕ ਮੈਂ ਤੈਨੂੰ ਕਿੰਨਾ ਗਲਤ ਸਮਝਿਆ, ਕਿੰਨਾ ਅਨਾਪ ਸ਼ਨਾਪ ਬੋਲਿਆ। ਤੇਰੇ ਵਰਗੇ ਦੋਸਤਾਂ ਨਸੀਬਾਂ ਵਾਲਿਆਂ ਨੂੰ ਹੀ ਮਿਲਦੇ ਨੇ। ਬਈ ਜੱਗਿਆ, ਜਿਹੋ ਜੀ ਤੇਰੇ ਨਾਲ ਹੋਈ ਨਾ, ਜੇ ਕਿਤੇ ਮੇਰੇ ਨਾਲ ਹੁੰਦੀ ਮੈਂ ਤੇ ਕਸਮ ਨਾਲ ਖੂਹ 'ਚ ਛਾਲ ਹੀ ਮਾਰ ਦਿੰਦਾ। ਗੁੱਸਾ ਨਾ ਮੰਨੀ ਮੇਰੀ ਗੱਲ ਦਾ, ਧੀ ਲੈਣ ਗਏ ਸੀ, ਇੱਜ਼ਤ ਗਵਾ ਕੇ ਆ ਗਏ। ਮਾਹੀ ਬਦਲੇ ਤਾਂ ਮੈਂ 100 ਵਾਰ ਜਲੀਲ ਹੋ ਸਕਦਾ, ਪਰ ਮੈਂ ਮਾਹੀ ਬਿਨਾ ਜੀ ਨਹੀਂ ਸਕਦਾ। ਪੁੱਤਰ, ਮੈਂ ਤੈਨੂੰ ਹੋਰ ਜਲੀਲ ਨਹੀਂ ਹੋਣ ਦਿੰਦਾ, ਕਿਉਂਕਿ ਤੇਰੇ ਬਗੈਰ ਮੈਂ ਵੀ ਜੀ ਨਹੀਂ ਸਕਦਾ। ਬਸ ਮੈਨੂੰ ਸਿਰਫ 2 ਦਿਨ ਦਾ ਟਾਈਮ ਦੇ ਦੇ,
ਸਾਰੀ ਕਹਾਣੀ ਪਲਟ ਕੇ ਰੱਖ ਦੂੰ। ਸਿਰਫ ਦੋ ਦਿਨ ਹੋਰ, ਮੈਂ ਤੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ। ਮੇਰੀ ਗੱਲ ਸੁਣੋ, ਮੈਂ ਸਾਰਾ ਪਲਾਨ ਕਰ ਲਿਆ, ਦੋ ਕੁ ਦਿਨ ਦੂਰੀ ਹੋਰ ਸਹਿਣੀ ਪਊਗੀ, ਠੀਕ ਹੈ ਨਾ ਮਾਈ? Don't worry, Mahi. Everything will be settled. Mahi, 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 Mahi. Mahi, mere ko le koi suit nahi hai paan waste. Apna koi suit de de. Haan, chal, main deni hai. Na, tusi itthe khadiyan ki kardiyan ho? Cheti thalle jao, kangde diyan rasmaan pooriyan honiyan. Jao, jao, cheti jao. Kil putr, tusi itthe baithe ki karde ho? Cheti thalle jao, rasmaan honiyan hai kangna diyan. Dadi, main utthe karna ja ke dasso emi. Left foot, anna julaha. ਤੇ ਮਾਂ ਨਾ ਮਸਕਰੀਆਂ, ਤੂੰ ਆਪਣੀ ਜਨਾਨੀ ਨਾਲ ਕੰਗਣਾ ਨਹੀਂ ਖੇਡੇਗਾ ਤੇ ਮੈਂ ਖੇਡੂ ਤੇਰੀ ਜਨਾਨੀ ਨਾਲ ਕੰਗਣਾ। ਤੁਸੀਂ ਇਹਨੂੰ ਸਮਝਾਓ ਕਿ ਤੁਹਾਨੂੰ ਵੀ ਨਹੀਂ ਪਤਾ ਇਹਨਾਂ ਰਸਮਾਂ ਦਾ। ਮੈਨੂੰ ਪਤਾ ਮਾਤਾ, ਕੋਈ ਨਹੀਂ, ਮੈਂ ਸਮਝਾਉਣਾ। ਚਲੋ ਚਲੋ, ਤੈਨੂੰ ਕੰਗਣਾ ਮੈਂ ਨਹੀਂ ਕਰ ਸਕਦਾ। ਖੁਸ਼ ਹੋ ਜਾ, ਏਦਾਂ ਸਾਰਿਆਂ ਨੂੰ ਸ਼ੱਕ ਹੋ ਜਾਊਗਾ। ਇੰਨੀ ਵੀ ਖੁਸ਼ ਨਾ ਹੋ, ਏਦਾਂ ਵੀ ਸ਼ੱਕ ਹੋ ਜਾਣਾ। ਦੀਦੀ ਦੀਦੀ, ਤੁਸੀਂ ਲੱਭੋ। ਜਲਦੀ ਜਲਦੀ ਜਲਦੀ, ਤੁਸੀਂ ਪੁੱਤਰ ਕੀ ਪਈ ਸੋਚਦੀ ਆ? ਜੀ, ਮੈਂ ਸੋਚਦੀ ਸੀ ਕਿ ਮੈਂ ਵੀ ਕੰਗਣਾ ਖੇਡਾਂ, ਪਰ ਮੇਰਾ ਤਾਂ ਹਲੇ ਵਿਆਹ ਨਹੀਂ ਨਾ ਹੋਇਆ। ਲੈ ਪੁੱਤਰ, ਤਾਂ ਕੀ ਹੋਇਆ ਜੇ ਤੇਰਾ ਵਿਆਹ ਨਹੀਂ ਹੋਇਆ? ਜਿਹੜੇ ਮੁੰਡੇ ਨਾਲ ਤੇਰਾ ਵਿਆਹ ਹੋਣਾ ਉਹ ਸਾਹਮਣੇ ਤੇ ਖੜਾ ਹੈ। ਤੂੰ ਵੀ ਕੰਗਣਾ ਖੇਡ ਲੈ, ਛੇਤੀ ਵਿਆਹ ਹੋ ਜਾਊ ਤੇਰਾ ਪੁੱਤਰ। ਸਾਡੇ ਦੋਨਾਂ ਦੀ ਮਸ਼ੂਕ ਯਾਰਾ ਇੱਕ ਸੀ, ਮੈਂ ਜਿੱਤ ਗਿਆ ਤੂੰ ਹਾਰ। ਉਹ ਮਜ਼ਾਕ ਕਰਦਾ ਯਾਰ, ਤੇਰੀਆਂ ਵਾਹੀ। ਚਲੋ ਜੀਜਾ ਜੀ, ਕਿੱਥੇ? ਹਾਏ ਹਾਏ, ਜਾਣ ਬੁੱਝ ਕੇ ਅਣਜਾਣ ਨਾ ਬਣੋ ਜੀਜਾ ਜੀ, ਤੁਹਾਨੂੰ ਸਭ ਪਤਾ ਹੈ। ਕਮਾਲ ਦੀ ਗੱਲ ਹੈ ਯਾਰ, ਜੋ ਮੈਨੂੰ ਪਤਾ ਹੋਣਾ ਚਾਹੀਦਾ ਮੈਨੂੰ ਪਤਾ ਨਹੀਂ, ਤੁਹਾਨੂੰ ਕਿਵੇਂ ਪਤਾ? ਅੱਜ ਤੁਹਾਡੀ ਸੁਹਾਗ ਰਾਤ ਹੈ ਦੀਦੀ, ਫੁੱਲਾਂ ਦੀ ਸੇਜ ਤੇ ਬੈਠੀ ਤੁਹਾਡਾ ਇੰਤਜ਼ਾਰ ਕਰਦੀ ਹੈ। ਚਲੋ ਚਲੋ, ਇੱਕ ਮਿੰਟ ਤੇ ਨਾਲ ਜ਼ਰੂਰੀ ਗੱਲ ਕਰਨੀ ਸੀ। ਤੁਸੀਂ ਦੋ ਮਿੰਟ ਚਲੋ, ਮੈਂ ਆਇਆ ਸਾਲਿਓ। ਜੀ ਕੀ ਚੱਲ ਰਿਹਾ? ਤੈਨੂੰ ਨਹੀਂ ਪਤਾ ਉਹ ਅੱਜ ਮੇਰੇ ਤੇ ਮਾਹੀ ਦੀ ਸੁਹਾਗ ਰਾਤ ਹੈ। ਮੇਰੀ ਗੱਲ ਕੰਨ ਖੋਲ ਕੇ ਸੁਣ ਲੈ, ਤੂੰ ਮਾਹੀ ਨਾਲ ਕੁਝ ਵੀ ਗਲਤ ਨਹੀਂ ਕਰੇਗਾ। ਮਾਹੀ ਨਾਲ ਗਲਤ ਕਰਨਾ ਤਾਂ ਕੀ, ਮੈਂ ਮਾਮਾ ਹੋਣ ਵੀ ਨਹੀਂ ਦਿੰਦਾ, ਆਫਟਰ ਆਲ ਮੇਰੀ ਵਾਈਫ ਹੈ। ਮੇਰੀ ਤੇ ਮਾਹੀ ਦੀ ਜਿੰਦ ਸੁਲੀ ਤੇ ਟੰਗੀ ਹੋਈ ਆ, ਤੈਨੂੰ ਮਜ਼ਾਕ ਸੁਝੀ ਜਾਂਦਾ? ਤੂੰ ਤਾਂ ਦਿਲ ਤੇ ਲਾ ਗਿਆ ਯਾਰ, ਮੈਂ ਤਾਂ ਮਜ਼ਾਕ ਕਰਦਾ, ਤੁਹਾਡੇ ਦੋਨਾਂ ਦੀ ਖਾਤਰ ਤਾਂ ਮੈਂ ਸਾਰੇ ਸੈਕਰੀਫਾਈਜ਼ ਕਰਨ ਨੂੰ ਤਿਆਰ ਹਾਂ, ਆਫਟਰ ਆਲ ਤੂੰ ਮੇਰਾ ਲੰਗੋਟੀਆ ਯਾਰ ਹੈ। ਮੈਂ ਦੁਨੀਆ ਦਾ ਐਸਾ ਪਹਿਲਾ ਆਸ਼ਿਕ ਹਾਂ ਜਿਹੜਾ ਆਪਣੀ ਮਸ਼ੂਕ ਦੀ ਸੁਹਾਗ ਰਾਤ ਹੁੰਦੇ ਦੇਖੂਗਾ। ਮੈਂ ਦੁਨੀਆ ਦਾ ਪਹਿਲਾ ਐਸਾ ਬੇਵਕੂਫ ਪਤੀ ਹਾਂ ਜਿਹੜਾ ਆਪਣੀ ਵਟ ਨੂੰ ਆਪਣੇ ਦੋਸਤ ਨਾਲ ਭਜਾਉਣ ਦੀਆਂ ਸਕੀਮਾਂ ਘੜੀ ਜਾਂਦਾ। ਕੁਝ ਕਿਹਾ? ਮਮਾ ਮੈਨੂੰ ਲੱਗਿਆ ਤੂੰ ਕੁਝ ਕਿਹਾ ਯਾਰ। ਮੈਂ ਵੀ ਕੁਝ ਨਹੀਂ ਕਿਹਾ। ਫਿਰ ਮੇਰੇ ਕੰਨ ਸਾਲੇ, ਚੱਲ ਛੱਡ ਯਾਰ, ਕਿਉਂ ਟੈਨਸ਼ਨ ਲਈ, ਮੈਂ ਕੁਝ ਨਹੀਂ ਕਹਿੰਦਾ ਉਹਨੂੰ। ਤੂੰ ਭਰਾ ਮੇਰਾ, ਵੈਸੇ ਵੀ ਕਮੀਨੇ ਜਿੱਥੇ ਖੜਾ ਅੱਜ ਨਾ, ਮੇਰੀ ਬਦੌਲਤ ਖੜਾ, ਗੱਲਾਂ ਮਾਰਦਾ। ਓ ਹੈਲੋ, ਆ ਕਿੱਧਰ ਦੀ ਤੇਰੀ, ਨਾਲੇ ਇੰਨੇ ਸੋਹਣੇ ਚਿਹਰੇ ਤੇ ਉਦਾਸੀ, ਕੀ ਗੱਲ ਦਿਓਰ ਦੀ ਵਿਆਹ ਦੀ ਖੁਸ਼ੀ ਨਹੀਂ? ਬਸ ਕਰ ਕੇ ਲਈ, ਬਸ ਕਰ।
ਬੇਸ਼ੱਕ ਤੂੰ ਆਪਣੇ ਦਿਲ ਦੇ ਜ਼ਖਮਾਂ ਤੇ ਪਰਦਾ ਪਾ ਕੇ ਤੇ ਚਿਹਰੇ ਤੇ ਝੂਠੀ ਜਿਹੀ ਸਮਾਈਲ ਲੈ ਕੇ ਲੋਕਾਂ ਨੂੰ ਬੇਵਕੂਫ ਬਣਾ ਸਕਦਾ, ਪਰ ਮੈਂ ਜਾਣਦੀ ਹਾਂ ਕਿ ਤੇਰੇ ਦਿਲ ਤੇ ਕੀ ਬੀਤ ਰਹੀ ਹੈ। ਲੋਕ ਆਪਣੇ ਪਿਆਰ ਨੂੰ ਪਾਉਣ ਲਈ ਆਪਣੇ ਸਕਿਆਂ ਤੱਕ ਨੂੰ ਮਾਰ ਦਿੰਦੇ ਨੇ ਤੇ ਤੂੰ ਆਪਣੀ ਦੋਸਤੀ ਦੀ ਖਾਤਰ ਆਪਣੇ ਪਿਆਰ ਨੂੰ ਹੀ ਕੁਰਬਾਨ ਕਰ ਦਿੱਤਾ। ਇਕੱਲਾ ਹਾਸਲ ਕਰਨੇ ਪਿਆਰ ਨਹੀਂ ਹੁੰਦਾ, ਕਈ ਵਾਰ ਅਸੀਂ ਜਿਹਨੂੰ ਪਿਆਰ ਕਰਦੇ ਹਾਂ ਨਾ ਉਹਦੀ ਖੁਸ਼ੀ ਦੀ ਖਾਤਰ ਆਪਣੇ ਪਿਆਰ ਦੀ ਕੁਰਬਾਨੀ ਦੇਣੀ ਪੈਂਦੀ ਹੈ। ਨਾਲੇ ਤੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਮਾਹੀ ਮੈਨੂੰ ਨਹੀਂ ਲੱਖੇ ਨੂੰ ਪਿਆਰ ਕਰਦੀ ਹੈ। ਅਸੀਂ ਬਾਜ਼ੀ ਹਾਰ ਚੁੱਕੇ ਹਾਂ, ਅੱਜ ਅਸੀਂ ਨਦੀ ਦੇ ਉਸ ਦੋ ਕਿਨਾਰਿਆਂ ਵਾਂਗ ਜੋ ਕਦੇ ਨਹੀਂ ਮਿਲ ਸਕਦੇ। ਕੀ ਹੋਇਆ ਜੇ ਮਿਲ ਨਹੀਂ ਸਕਦੇ, ਇੱਕ ਦੂਜੇ ਦੇ ਸਾਹਮਣੇ ਰਹਿ ਕੇ ਇੱਕ ਦੂਜੇ ਨੂੰ ਦੇਖ ਤਾਂ ਸਕਦੇ ਆ ਨਾ। ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਆਈ ਕਿ ਪਿਆਰ ਕਰਨ ਵਾਲਿਆਂ ਦੇ ਹਿੱਸੇ ਹਮੇਸ਼ਾ ਜ਼ਹਿਰ ਹੀ ਕਿਉਂ ਆਉਂਦਾ ਹੈ। ਗਿਲ, ਇਹ ਸਭ ਕਦੋਂ ਤੱਕ ਚੱਲੂਗਾ? ਮਾਈ ਬਸ ਅੱਜ ਦੀ ਕਾਲੀ ਰਾਤ ਨਿਕਲ ਜਾਣ ਦੇ, ਸਵੇਰ ਹੁੰਦੀ ਸਰ ਤੇਰੇ ਤੇ ਲੱਖੇ ਦੀ ਜ਼ਿੰਦਗੀ ਚੋਂ ਇਹ ਹਨੇਰਾ ਹਮੇਸ਼ਾ ਲਈ ਦੂਰ ਹੋ ਜਾਊਗਾ। ਮਤਲਬ? ਕੱਲ ਸ਼ਹਿਰ ਜਾਂਦੇ ਮੈਂ ਤੈਨੂੰ ਤਲਾਕ ਦੇ ਦੂੰਗਾ, ਫਿਰ ਤੂੰ ਤੇ ਲੱਖਾ ਦੋਨੋਂ ਕੋਰਟ ਮੈਰਿਜ ਕਰਵਾ ਲਿਓ। ਦੇਖ, ਮੈਂ ਤੇਰੀ ਹਮਸਫ਼ਰ। ਗਿਲ ਬੇਟਾ ਜੀ, ਅੱਜ ਤੱਕ ਮਾਹੀ ਸਾਡੇ ਘਰ ਦੀ ਇੱਜ਼ਤ ਸੀ, ਹੁਣ ਤੋਂ ਬਾਅਦ ਤੇਰੇ ਘਰ ਦੀ ਇੱਜ਼ਤ ਹੈ। ਖਿਆਲ ਰੱਖੀ ਇਹਦਾ ਮਾਹੀ ਪੁੱਤ। ਹਾਂਜੀ ਡੈਡੀ। ਦੇਖ, ਆਪਸ ਕਦੇ ਲੜਾਈ ਝਗੜਾ ਨਹੀਂ ਕਰਨਾ, ਜ਼ਿੰਦਗੀ 'ਚ ਜਿਹੋ ਜਿਹੀ ਮਰਜ਼ੀ ਘੜੀ ਆਵੇ ਤੁਸੀਂ ਦੋਹਾਂ ਨੇ ਇਤਫਾਕ ਨਾਲ ਰਹਿਣਾ। ਆਲਾ ਮਾਹੀ ਪੁੱਤ, ਪਿੰਡ ਵਾਲੇ ਬਾਬਿਆਂ ਦੀ ਰੱਖ ਆ ਨਾ, ਗਿੱਲ ਦੇ ਸੱਜੇ ਗੁੱਟ ਤੇ ਬੰਨਦੇ, ਬਾਬੇ ਕਹਿੰਦੇ ਨੇ ਮੁਸੀਬਤ ਆਉਣ ਵਾਲੀ ਆ ਕੋਈ। ਦਾਦੀ ਜੀ, ਤੁਸੀਂ ਹਾਲੇ ਵੀ ਇਹਨਾਂ ਧਾਗਿਆਂ ਤਵੀਤਾਂ ਤੇ ਵਿਸ਼ਵਾਸ ਰੱਖਦੇ ਹੋ? ਦਾਦੀ, ਤੁਸੀਂ ਮੈਨੂੰ ਫੜਾਓ, ਮੈਂ ਆਪੇ ਬੰਨ ਲੂੰ। ਨਾਲੇ ਸੋਚੇ ਮੂੰਹ ਬੰਨੀ ਦੀ ਹੈ, ਮੈਂ ਸਵੇਰ ਦਾ 5-6 ਪਰੌਂਠੇ ਵੇੜ ਗਿਆ, 2-3 ਗਲਾਸ ਲੱਸੀ ਦੇ ਡੱਫ ਤੇ, ਐਵੇਂ ਹੀ। ਕਿਉਂ ਡੈਡੀ? ਆ ਬੇਟਾ। ਗਿੱਲ, ਪਤਾ ਲਾ ਗੱਡੀ ਦੀ ਚਾਬੀ। ਚੰਗਾ ਦਾਦੀ ਜੀ। ਜਿਉਂਦਾ ਰਹਿ ਪੁੱਤ। ਤੁਹਾਡਾ ਸਮਾਨ ਦੇ ਅੰਦਰ ਹੀ ਰੱਖਤਾ। ਠੀਕ ਹੈ, ਸ਼ਹਿਰ ਜਾ ਕੇ ਫੋਨ ਜ਼ਰੂਰ ਕਰ ਦਿਓ ਜੀ। ਓ, ਲੱਖਾ ਨਹੀਂ ਦਿੰਦਾ ਕੱਪੜੇ ਕੁਪੜੇ ਚੇਂਜ ਕੀਤੇ ਨਹੀਂ ਉਹਨੇ? ਲੱਖਾ? ਲੱਖਾ ਚਲਾ ਗਿਆ ਜਿੱਥੇ ਉਹਨੇ ਜਾਣਾ ਸੀ। ਹੁਣ ਉਹ ਤੁਹਾਡੀ ਜ਼ਿੰਦਗੀ 'ਚ ਕਦੇ ਦਖਲ ਨਹੀਂ ਦੇਗਾ, ਤੁਸੀਂ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਹੋ। ਚਲੋ ਬੈਠੋ ਬੈਠੋ। ਹਾਂ, ਧਿਆਨ ਨਾ ਜਾਇਓ, ਜਾਓ ਜਾਓ ਬੈਠੋ ਜੀ। ਦਾਦੀ ਆਵਾਜ਼ ਦਿਮਾਗ ਦੀ। ਸਟਾਪ।
ਤੱਕ ਆ। ਕਾਰੋ ਤੂੰ ਸਮਝਦੀ ਕੀ ਆਪਣੇ ਆਪ ਨੂੰ? ਕੀ ਸਮਝਦੀ ਤੂੰ? ਹੈਂ ਤੂੰ ਸਮਝਦੀ ਕੀ ਆ? ਤੇਰੇ ਲਈ ਮੈਂ ਆਪਣੇ ਯਾਰ ਨੂੰ ਧੋਖਾ ਦੇ ਦੂੰ? ਤੂੰ ਹੈ ਕੀ? ਹੈਂ ਬੇਸ਼ੱਕ ਮੈਂ ਤੈਨੂੰ ਪਿਆਰ ਕਰਦਾ ਪਰ ਲੱਖਾਂ ਮੈਨੂੰ ਜਾਨੋਂ ਵੱਧ ਪਿਆਰਾ। ਗੱਲਾਂ ਮਾਰਦੀ ਹੈ ਲੱਖਾਂ ਲਈ ਮੈਂ ਮਰ ਵੀ ਸਕਦਾ ਕਿਸੇ ਨੂੰ ਮਾਰ ਵੀ ਸਕਦਾ ਜੇ ਲੱਖਾਂ ਨਹੀਂ ਤੇ ਤੂੰ ਵੀ ਨਹੀਂ। ਔਰ ਹਾਂ ਤੈਨੂੰ ਤੇ ਲੱਖਾਂ ਨੂੰ ਮਿਲਾਉਣ ਲਈ ਮੈਂ ਕੋਈ ਵੀ ਕੀਮਤ ਦੇਣ ਲਈ ਤਿਆਰ ਹਾਂ। ਮੇਰੇ ਤੇ ਭਰੋਸਾ ਤਾਂ ਰੱਖ, ਮੈਨੂੰ ਸਮਝਦਾ ਤੇ ਇਹ ਸਾਰੇ ਚੱਕਰ ਵੀ ਜੋ ਨਿਕਲਣਾ ਕਿੱਦਾਂ? ਮਾਹੀ 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 ਦੇਖ ਜੱਗਿਆ ਅਸੀਂ ਪਹਿਲੇ ਬਹੁਤ ਮੁਸੀਬਤ ਆ ਜਾਣਦੇ ਸਾਨੂੰ। ਹਟ ਸਾਲਿਆ ਮੈਂ ਕਿਹੜਾ ਤੈਨੂੰ ਰੋਕਿਆ ਪਰ ਮਾਹੀ ਨਹੀਂ ਜਾਊਗੀ ਨਾਲੇ ਸਾਲਿਆ ਸਾਰੇ ਪਸਾਦਾਂ ਦੀ ਚੜ੍ਹਦਾ। ਹਲੋ ਸਾਲੇ ਚਰਖੇ ਜਿਹੇ ਨੂੰ ਦੇਖੀ ਸਾਡੀ ਦਹਿਸ਼ਤ ਜਿਹੜੇ ਕੰਮ ਲਈ ਜੱਗਾ ਸਕੀਮਾਂ ਲੜਾਉਂਦਾ ਫਿਰਦਾ ਸੀ ਉਸ ਨੂੰ ਇਹਨੇ ਡਰ ਨਾਲ ਹੀ ਕਰ ਦਿੱਤਾ। ਡੈਡੀ ਜੀ ਮੁੰਡਾ ਹੀਰਾ ਹੈ ਹੀਰਾ। ਓਏ ਹੀਰਾ ਹੋਵੇ ਚਾਹੇ ਖੀਰਾ ਇਹਦਾ ਕਤਲ ਕਰੋ ਇਹਨੂੰ ਜ਼ਮੀਨ ਚ ਦਫ਼ਨ ਕਰ ਦਿਓ। ਲੱਗਦਾ ਮੌਤ ਨੂੰ ਦੇਖ ਕੇ ਪਾਗਲ ਹੋ ਗਿਆ। ਪਾਗਲ ਮੈਂ ਨੀ ਪਾਗਲ ਤਾਂ ਤੁਸੀਂ ਹੋਣ ਵਾਲੇ ਹੋ ਕਿਉਂਕਿ ਮੈਂ ਤੁਹਾਡੀ ਦਹਿਸ਼ਤ ਕਰਕੇ ਨਹੀਂ ਆਪਣੀ ਦੋਸਤੀ ਕਰਕੇ ਆਇਆ ਇੱਥੇ। ਕੀ ਮਤਲਬ ਹੈ ਤੇਰਾ? ਮਤਲਬ ਤਾਂ ਛੋਟਾ ਹੀ ਹੈ
ਤੁਹਾਡੇ ਨਾਲ ਸੌਦਾ ਕਰਨਾ ਹੈ। ਸੌਦਾ? ਸੌਦਾ ਕਰਨ ਨੂੰ ਡੈਡੀ ਪ੍ਰਾਪਰਟੀ ਡੀਲਰ ਹੈ? ਜ਼ਿਆਦਾ ਕੁਆ ਫਰਾ ਕੇ ਗੱਲ ਕਰ, ਸਿੱਧੀ ਗੱਲ ਕਰ। ਉਹ ਮੇਰਾ ਦੋਸਤ ਬਾਜਵਾ ਸਾਹਿਬ ਕੋਲ ਕਿਡਨੈਪ ਕੀਤਾ ਹੋਇਆ, ਆਪਣੇ ਯਾਰ ਦੀ ਜਾਨ ਬਚਾਉਣ ਲਈ ਨਾ ਮਾਹੀ ਨੂੰ ਤੁਹਾਡੇ ਹਵਾਲੇ ਕਰਨਾ ਹੈ ਮੈਂ। ਇਹ ਤਾਂ ਤੇਰੀ ਘਰ ਵਾਲੀ ਹੈ। ਉਹ ਘਰ ਵਾਲੀ ਤਾਂ ਮੇਰੀ ਹੈ ਨਾ, ਤੁਹਾਡੇ ਤਾਂ ਦੁਸ਼ਮਣ ਦੀ ਧੀ ਆ ਇਹ। ਕਮਾਲ ਦੀ ਦੋਸਤੀ ਹੈ ਤੇਰੀ। ਲੋਕ ਜਨਾਨੀਆਂ ਪਿੱਛੇ ਭਰਾਵਾਂ ਦੇ ਕਤਲ ਕਰ ਦਿੰਦੇ ਨੇ, ਤੇ ਤੂੰ ਇੱਕ ਦੋਸਤ ਪਿੱਛੇ ਜਨਾਨੀ ਨੂੰ ਦਾਅ ਤੇ ਲਾ ਚੱਲਿਆ। ਨਾਲੇ ਤੇਰਾ ਦੋਸਤ ਤਾਂ ਬਾਜਵੇ ਕੋਲ ਹੈ, ਉਹਦੇ ਕੋਲ ਜਾ, ਅਸੀਂ ਤੇਰੀ ਗੱਲ ਕਿਉਂ ਮੰਨੀਏ। ਓਏ ਗੱਲ ਤਾਂ ਤੁਹਾਨੂੰ ਮੰਨਣੀ ਓ ਪੈਣੀ ਹੈ, ਕਿਉਂਕਿ ਕਿਸੇ ਵੀ ਪਿਓ ਲਈ ਆਪਣੇ ਜਵਾਨ ਪੁੱਤ ਦੀ ਲਾਸ਼ ਦੇਖਣੀ ਬਹੁਤ ਔਖੀ ਹੁੰਦੀ ਹੈ। ਬਾਜਵਾ ਸਾਹਿਬ ਤਾਂ ਜਾਣਦੇ ਨੇ ਕਿ ਮੈਂ ਮਾਹੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ, ਪਰ ਜੱਗੇ ਦੀ ਖੋਪੜੀ ਤਾਂ ਜਦੋਂ ਮਰਜ਼ੀ ਖੋਲ ਸਕਦਾ ਮੈਂ। ਕੀ ਬਕਵਾਸ ਕਰ ਰਿਹਾ ਓਏ! ਬਾਜੀ 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 ਗਿਆ, ਜੱਗੇ ਨੂੰ ਚੱਕ ਕੇ ਲੈ ਗਿਆ, ਉਹਨੇ ਸਾਨੂੰ ਵੀ ਬਹੁਤ ਕੁੱਟਿਆ। ਗਲਤੀ ਨਾਲ ਵੀ ਗਲਤੀ ਨਾ ਕਰ ਬੈਠੀ, ਨਹੀਂ ਸਾਰੀ ਜ਼ਿੰਦਗੀ ਮੱਥੇ ਤੇ ਹੱਥ ਮਾਰ ਕੇ ਪਛਤਾਏਗਾ। ਇਹ ਗਲਤੀ ਕਿਉਂ ਕੀਤੀ? ਹੈਲੋ ਬਾਜਵਾ, ਮੈਂ ਤੇਰਾ ਦੁਸ਼ਮਣ ਭੁੱਲਰ ਬੋਲ ਰਿਹਾ। ਕਹਾਣੀਆਂ ਨਾ ਪਾ, ਖੁੱਲ ਕੇ ਦੱਸ ਕਿਹਣਾ ਕੀ ਚਾਹੁੰਦਾ ਹੈ। ਮੇਰੀ ਗੱਲ ਧਿਆਨ ਨਾਲ ਸੁਣ, ਤੇਰੀ ਕੁੜੀ ਮਾਹੀ ਮੇਰੇ ਕਬਜ਼ੇ 'ਚ ਹੈ ਤੇ ਮੇਰਾ ਮੁੰਡਾ ਜੱਗਾ ਕਿਲ ਦੇ ਕਬਜ਼ੇ ਤੇ ਲੱਖਾ ਤੇਰੇ ਕੋਲ। ਜੇ ਲੱਖੇ ਨੂੰ ਕੁਛ ਹੋ ਗਿਆ ਨਾ ਤਾਂ ਆਪਣੀ ਧੀ ਦਾ ਮੂੰਹ ਸਾਰੀ ਜ਼ਿੰਦਗੀ ਦੇਖਣ ਨੂੰ ਤਰਸੇਗਾ। ਇਸ ਲਈ ਬਿਨਾਂ ਕੋਈ ਹੁਸ਼ਿਆਰੀ ਕੀਤੇ ਕੱਲ 1 ਵਜੇ ਲੱਖੇ ਨੂੰ ਲੈ ਕੇ ਪਿੰਡ ਦੇ ਪੁਰਾਣੇ ਟਿੱਲੇ ਤੇ ਪਹੁੰਚ ਜਾਈ। ਸਮਝਿਆ? ਕਿੱਦਾਂ ਜੱਗੇ ਬਾਈ? ਮੈਂ ਸੋਚਿਆ ਭਰਾ ਨੂੰ ਦਰਦ ਹੁੰਦਣਗੇ, ਦਵਾਈ ਲੈ ਕਹਿੰਦੇ ਵਾਸਤੇ। ਇਹ ਤੂੰ ਜੋ ਵੀ ਕਰ ਰਿਹਾ ਨਾ ਠੀਕ ਨਹੀਂ ਕਰ ਰਿਹਾ ਤੂੰ, ਇਹਦਾ ਇੰਜਾਮ ਤੈਨੂੰ ਬਹੁਤ ਮਹਿੰਗਾ ਪੈਣਾ। ਉਹ ਪਿਆਰ ਕਰਨ ਵਾਲੇ ਇੰਜਾਮਾਂ ਤੋਂ ਕਦੋਂ ਡਰਦੇ ਬਾਈ? ਪਿਆਰ ਕਰਨ ਵਾਲੇ ਤਾਂ ਪਿਆਰ ਕਰਦੇ ਆ ਸਿਰਫ। ਯਾਰ ਤੇਰੇ ਨਾਲ ਜੋ ਵੀ ਹੋਇਆ ਨਾ ਸੋਰੀ ਯਾਰ ਉਹਦੇ ਲਈ, ਪਰ ਮੇਰੀ ਪੂਰੀ ਗੱਲ ਧਿਆਨ ਨਾਲ ਸੁਣ ਲੈ, ਉਹ ਤੋਂ ਬਾਅਦ ਤੇਰਾ ਜੋ ਦਿਲ ਕਰੂ ਉਹ ਕਰੀ। ਅੱਲਾ ਫੜ। ਵੈਸੇ ਵੀ ਸਾਲਿਆ ਜੱਗੇ ਦੇ ਹੱਥ ਹੀ ਚੰਗੇ ਲੱਗਦੇ ਨੇ ਇਹ। ਮੈਨੂੰ ਪਤਾ ਜੱਗੇ, ਤੂੰ ਵੀ ਮੇਰੇ ਵਾਂਗੂ ਸੱਚਾ ਆਸ਼ਿਕ ਹੈ, ਪਰ ਜਿਵੇਂ ਤੂੰ ਮਾਹੀ ਨੂੰ ਪਿਆਰ ਕਰਦਾ ਨਾ, ਮੈਂ ਵੀ ਮਾਹੀ ਨੂੰ ਬਹੁਤ ਪਿਆਰ ਕਰਦਾ, ਪਰ ਮਾਹੀ ਕਿਸੇ ਹੋਰ ਨੂੰ ਪਿਆਰ ਕਰਦੀ ਆ ਯਾਰ। ਇਹਨੂੰ ਲੱਖੇ ਨੂੰ। ਉਹ ਸਾਲਾ ਗੱਬਰ ਸਿੰਘ ਆ, ਗੋਲੀ ਮਾਰ ਦਿੰਦੇ ਸਾਲੇ ਨੂੰ। ਮੇਰਾ ਲੰਗੋਟੀਆ ਯਾਰ ਹੈ, ਤੂੰ ਸਮਝਿਆ ਨਹੀਂ, ਤੈਨੂੰ ਸਮਝਾਉਣਾ ਬੈਠ। ਦੋ ਦੋ ਗਲਾਸੀਆਂ ਲਾਉਣੇ ਆ, ਚੱਲ ਤੈਨੂੰ ਗੱਲ ਸਮਝਾਉਣਾ, ਬੈਠ ਇੱਥੇ। ਰਿਸ਼ਤਾ ਸਾਲੇ ਜੱਟ ਨੂੰ ਵੀ ਕਨੇਡਾ ਅਮਰੀਕਾ ਤੋਂ ਬਹੁਤ ਆਉਂਦੇ ਸੀ, ਪਰ ਸਾਲੇ ਦਿਲ ਦੀ ਰੀਸ ਬਚਪਨ ਤੋਂ ਹੀ ਮਾਹੀ ਤੇ ਠੀਕ ਸੀ। ਪਿਆਰ ਦਾ ਸਾਲਾ ਦੂਜਾ ਨਾਮ ਹੀ ਕੁਰਬਾਨੀ ਹੈ ਯਾਰ। ਜਿਵੇਂ ਤੂੰ ਤੂੰ ਵੀ ਤਾਂ ਆਪਣੇ ਯਾਰ ਲਈ ਕੁਰਬਾਨੀ ਕਰ ਰਿਹਾ ਆਪਣੇ ਪਿਆਰ ਦੀ। ਨਹੀਂ ਪਤਾ ਮੈਨੂੰ, ਮੈਂ ਦੋਨੋਂ ਦੁਖੀ ਨਹੀਂ ਦੇਖ ਸਕਦਾ ਯਾਰ।
ਸਾਲਿਆਂ ਨੂੰ ਬਹੁਤ ਪਿਆਰ ਕਰਦਾ, ਬਹੁਤ ਜ਼ਿਆਦਾ। ਤੂੰ ਚਾਹੁੰਦਾ ਮੈਂ ਵੀ ਆਪਣੇ ਪਿਆਰ ਦੀ ਕੁਰਬਾਨੀ ਦੇ। ਸਾਲਾ ਜੇ ਤੇਰੇ ਕੁਰਬਾਨੀ ਦੇਣ ਨਾ, ਆ ਤੇਰੇ ਸੈਕਰੀਫਾਈਸ ਨਾਲ ਉਹਨਾਂ ਦੀ ਜ਼ਿੰਦਗੀ ਬਣਦੀ ਹੈ, ਤੈਨੂੰ ਫਰਕ ਪੈਂਦਾ ਕੋਈ? ਤੇਰੀ ਅੰਗਰੇਜ਼ੀ ਅੰਗਰੂਜੀ ਮੇਰੇ ਪੱਲੇ ਨਹੀਂ ਪੈਂਦੀ ਹੈ। ਤੂੰ ਮੋਟਾ ਮੋਟਾ ਦੱਸ ਬਸ ਕਰਨਾ ਕੀ ਹੈ। ਪਹਿਲੀ ਵਾਰੀ ਬਾਜਵੇ ਤੋਂ ਬੰਦਾ ਪਛਾਣਨ ਦੀ ਗਲਤੀ ਹੋਈ ਹੈ। ਜੇ ਗਲਤੀ ਹੋਈ ਹੈ ਤਾਂ ਭੁਗਤਣੀ ਵੀ ਪਏਗੀ। ਮੇਰੀ ਮੰਨੇ ਤਾਂ ਲੱਖੇ ਨੂੰ ਇਹਨਾਂ ਦੇ ਹਵਾਲੇ ਕਰ ਦੇ। ਅੱਜ ਤਾਂ ਇਹਦੀ ਲਾਸ਼ ਜਾਊਗੀ ਇੱਥੋਂ, ਕਿਉਂਕਿ ਇਹਨੇ ਮੇਰੇ ਨਾਲ ਧੋਖਾ ਕੀਤਾ। ਮੈਂ ਕੋਈ ਧੋਖਾ ਧੱਖਾ ਨਹੀਂ ਕੀਤਾ, ਇਹ ਸਿਰਫ ਆਪਣੇ ਯਾਰ ਦਾ ਘਰ ਵਸਾਉਣ ਵਾਸਤੇ ਕਰ ਰਿਹਾ ਮੈਂ। ਤੇ ਮੈਂ ਵੀ ਆਪਣੀ ਧੀ ਦਾ ਘਰ ਵਸਾਉਣ ਵਾਸਤੇ ਸਭ ਕੁਝ ਕੀਤਾ। ਔਰ ਦੂਜੀ ਗੱਲ, ਜੇ ਤੁਹਾਡੇ ਚੋਂ ਕਿਸੇ ਨੇ ਕੋਈ ਹੁਸ਼ਿਆਰੀ ਕਰਨ ਦੀ ਕੋਸ਼ਿਸ਼ ਕੀਤੀ ਨਾ, ਜੱਗੇ ਦੇ ਸਿਰ ਦੇ ਚੀਥੜੇ ਉਡਾ ਦੂੰ, ਚੀਥੜੇ। ਓਏ ਤੂੰ ਫਿਕਰ ਨਾ ਕਰ ਜੱਗੇ, ਤੈਨੂੰ ਕੁਝ ਨਹੀਂ ਹੋਣ ਦਿੰਦਾ। ਜੇ ਤੈਨੂੰ ਕੁਝ ਹੋ ਗਿਆ ਨਾ, ਮੈਂ ਇੱਥੋਂ ਇੱਕ ਵੀ ਬੰਦਾ ਵਾਪਸ ਨਹੀਂ ਜਾਣ ਦਿੰਦਾ। ਦੇਖ ਬਾਜਵੇ, ਤੈਨੂੰ ਆਪਣੀ ਧੀ ਨਾਲ ਪਿਆਰ ਹੈ ਜਾਂ ਨਹੀਂ ਹੈ, ਪਰ ਮੈਨੂੰ ਆਪਣੇ ਪੁੱਤਰ ਨਾਲ ਬਹੁਤ ਪਿਆਰ ਹੈ। ਉਹਦੇ ਲਈ ਮੈਂ ਕੁਛ ਵੀ ਕਰ ਸਕਦਾ। ਮੈਨੂੰ ਮੇਰਾ ਪੁੱਤ ਹਰ ਹਾਲਤ 'ਚ ਵਾਪਸ ਚਾਹੀਦਾ। ਠੀਕ ਹੈ, ਲੈ ਜਾ ਲੱਖੇ ਨੂੰ। ਓਕ ਲੈਣੇ ਆ, ਆ ਸਾਰਿਆਂ ਤੋਂ ਹਥਿਆਰ ਫੜ, ਨਾਲੇ ਗੱਡੀਆਂ ਦੀਆਂ ਚਾਬੀਆਂ ਕੱਢ ਕੇ ਦੂਰ ਸੱਟ ਗਿਆ ਚੱਲ। ਨਾ ਬਾਈ ਜੀ, ਜੱਗਾ ਬਾਈ ਮਾਰੂਗਾ। ਸਿਆਣਾ ਬਣ ਸਿਆਣਾ, ਮੇਰੀ ਖੋਪੜੀ ਬਚਾਉਣ ਦੀ ਕੋਸ਼ਿਸ਼ ਕਰ। ਚੱਲ ਠੀਕ ਹੈ ਬਾਈ ਜੀ, ਪਰ ਫਿਰ ਮਾਰਿਓ ਨਾ। ਹਾਂ ਡੈਡੀ ਜੀ, ਆਮ ਤੌਰ ਤੇ ਫਿਲਮਾਂ 'ਚ ਹਥਿਆਰ ਇਕੱਠੇ ਕਰਨ ਨੂੰ ਕਹਿੰਦੇ ਹੁੰਦੇ ਆ, ਇਹ ਨਾਲ ਚਾਬੀਆਂ ਵੀ ਕਹੀ ਜਾ ਰਿਹਾ। ਤੂੰ ਚੁੱਪ ਕਰ, ਤੂੰ ਵੀ ਚੋ ਟੰਡੀਆਂ ਲੈਣੀਆਂ ਨੇ। ਚੱਲ ਚੱਲ ਨਿਕਲ। ਚੱਲ ਮਾਹੀ ਜਿੱਧਰ ਮਰਜ਼ੀ ਭੱਜ ਲੈਣ ਭੁੱਲਰਾ। ਉਹਨਾਂ ਨੂੰ ਇਹ ਨੀ ਪਤਾ ਕਿ ਬਾਜਵੇ ਤੇ ਮੌਤ ਤੋਂ ਪਿੱਛਾ ਛੁਡਾਉਣਾ ਬਹੁਤ ਔਖਾ ਹੈ। ਇੱਕ ਵਾਰ ਫਿਰ ਸੋਚ ਲਓ, ਇਹ ਪੇਪਰ ਸਾਈਨ ਕਰਨ ਤੋਂ ਬਾਅਦ ਤੁਸੀਂ ਆਪਸ 'ਚ ਪਤੀ ਪਤਨੀ ਨਹੀਂ ਰਹੋਗੇ। ਵਕੀਲ ਸਾਹਿਬ, ਇਹ ਸੋਚ ਸਮਝ ਕੇ ਫੈਸਲਾ ਲਿਆ। ਤੁਸੀਂ ਇਹ ਦੱਸੋ ਸਾਈਨ ਕਿੱਥੇ ਕਰਨੇ ਆ? ਲਓ ਕਰੋ ਇੱਥੇ ਸਾਈਨ। ਥੈਂਕਸ ਵਕੀਲ ਸਾਹਿਬ। ਚੰਗਾ ਵਕੀਲ ਸਾਹਿਬ। ਥੈਂਕਸ ਮਿੱਤਰਾ। ਕੋਈ ਗੱਲ ਹੀ ਨਹੀਂ ਬਾਈ। ਲਓ ਵੇ ਮਿੱਤਰੋ, ਅੱਜ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੀ ਕੁੰਡਲੀ 'ਚ ਇੱਕ ਗਿੱਲ ਨਾਂ ਦਾ ਗ੍ਰਹਿਣ ਮੁੜ ਕੇ ਕਦੇ ਵਾਪਸ ਨਹੀਂ ਆਉਣਾ। ਮੁੜ ਕੇ ਆਉਣ ਵੀ ਨਹੀਂ ਦੇਣਾ, ਕਿਉਂਕਿ ਅਸੀਂ ਚੱਲੇ ਹਾਂ ਆਸਟ੍ਰੇਲੀਆ ਤੇ ਉੱਥੇ ਜਾ ਕੇ ਕਰਾਵਾਂਗੇ ਵਿਆਹ। ਬਸ ਬਹੁਤ ਹੋ ਗਈਆਂ ਤੁਹਾਡੀਆਂ ਆਸ਼ਕੀਆਂ। ਤੁਹਾਡੀਆਂ ਆਸ਼ਕੀਆਂ ਦੇ ਚੱਕਰ 'ਚ ਮੈਂ ਆਪਣੇ ਬਾਪੂ ਨੂੰ ਵੀ ਆਪਣਾ ਦੁਸ਼ਮਣ ਬਣਾ ਬੈਠਾ।
ਇਸ ਤੋਂ ਪਹਿਲਾਂ ਕਿ ਮੇਰਾ ਬਾਪੂ ਆ ਕੇ ਖਿਲਾਰੇ ਪਾ ਦੇਵੇ ਨਾ। ਨਿਕਲੋ ਇੱਥੋਂ। ਗਿੱਲ, ਤੂੰ ਸ਼ਰਾਬ ਪੀ ਰਿਹਾ? ਨਹੀਂ, ਲੱਸੀ ਪੀ ਰਿਹਾ। ਪੀਣੀ ਹੈ? ਸਿਆਣੇ ਕਹਿੰਦੇ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ, ਪੀ ਲਾ ਦੋ ਘੁੱਟ। ਕਦੀ ਤੇ ਸੀਰੀਅਸ ਹੋ ਜਾਇਆ ਕਰ। ਅੱਛਾ, ਇੱਕ ਗੱਲ ਪੁੱਛਾਂ? ਪੁੱਛ। ਲੱਖੇ ਦਾ ਐਕਸੀਡੈਂਟ ਤੂੰ ਕਰਵਾਇਆ ਸੀ? ਔਰ ਜਿਹਦੇ ਸਰੀਰ ਤੇ ਮੈਂ ਖਰੋਚ ਤੱਕ ਬਰਦਾਸ਼ਤ ਨਹੀਂ ਕਰ ਸਕਦਾ, ਉਹਨੂੰ ਮਾਰਨ ਦੀ ਇੰਨੀ ਘਟੀਆ ਹਰਕਤ ਕਰੂੰਗਾ? ਮਾਹੀ, ਇੱਕ ਗੱਲ ਦਾ ਹਮੇਸ਼ਾ ਅਫਸੋਸ ਰਹਿਣਾ ਮੈਨੂੰ, ਕੋਈ ਸਾਲਾ ਮੈਨੂੰ ਸਮਝ ਨਹੀਂ ਸਕਿਆ। ਦੇਖ, ਅਸੀਂ ਹਮੇਸ਼ਾ ਦੇ ਲਈ ਇੰਡੀਆ ਛੱਡ ਕੇ ਆਸਟ੍ਰੇਲੀਆ ਜਾ ਰਹੇ ਹਾਂ, ਤੂੰ ਵੀ ਸਾਡੇ ਨਾਲ ਚੱਲ। ਮੇਰਾ ਸਫ਼ਰ ਤੁਰਨਾ ਇੱਥੇ ਤੱਕ ਦਾ ਸੀ, ਹੁਣ ਤੁਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਕੱਢੋ ਯਾਰ। ਨਾਲੇ ਹਾਂ, ਤੁਸੀਂ ਆਸਟ੍ਰੇਲੀਆ ਨਹੀਂ ਕੈਨੇਡਾ ਚੱਲਿਓ ਹਮੇਸ਼ਾ ਲਈ। ਨਹੀਂ ਨਹੀਂ, ਅਸੀਂ ਆਸਟ੍ਰੇਲੀਆ ਜਾ ਰਹੇ ਹਾਂ। ਲੱਖਣ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ, ਬਚਪਨ ਤੋਂ। ਸੰਭਲ ਕੇ ਗਿੱਲ। ਜਿਹਨੂੰ ਨਾ ਤਾਂ ਮੁਹੱਬਤ ਨੇ ਅਪਣਾਇਆ ਨਾ ਦੋਸਤੀ ਨੇ ਸਮਝਿਆ। ਲੱਖੇ, ਆਪਾਂ ਕੈਨੇਡਾ ਜਾ ਰਹੇ ਹਾਂ ਜਾਂ ਆਸਟ੍ਰੇਲੀਆ? ਚੁੱਪ ਕਰ, ਕੋਈ ਸੁਣ ਨਾ ਲਏ, ਆਪਾਂ ਕੈਨੇਡਾ ਜਾ ਰਹੇ ਹਮੇਸ਼ਾ ਲਈ। ਕਿਤੇ ਅਸੀਂ ਕੁਛ ਗਲਤ ਤਾਂ ਨਹੀਂ ਕਰ ਰਹੇ? ਓਹੋ, ਪਿਆਰ ਦੇ ਜੰਗ ਚ ਸਾਰਾ ਕੁਝ ਜਾਇਜ਼ ਹੁੰਦਾ ਯਾਰ। ਕੱਲ ਨੂੰ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ ਤੇ ਤੂੰ? ਸਾਡੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਤਾਂ ਹੋ ਰਹੀ ਹੈ, ਪਰ ਕਦੋਂ ਕਿਸੇ ਦੀ ਜ਼ਿੰਦਗੀ ਖਤਮ ਹੋ ਜਾਏ ਕੁਝ ਪਤਾ ਨਹੀਂ ਹੈ। ਤੂੰ ਗਿੱਲ ਦੀ ਗੱਲ ਕਰ ਰਹੀ ਹੈ? ਹਾਂ, ਮੈਂ ਗਿੱਲ ਦੀ ਗੱਲ ਕਰ ਰਹੀ ਹਾਂ। ਡੈਡੀ ਉਹਨੂੰ ਜ਼ਿੰਦਾ ਨਹੀਂ ਛੱਡੂਗੇ। ਮੇਰੀ ਜਾਨ, ਤੂੰ ਆਪਣੀ ਜ਼ਿੰਦਗੀ ਦੀ ਫਿਕਰ ਕਰ, ਗਿੱਲ ਕੋਈ ਦੁੱਧ ਪੀਂਦਾ ਬੱਚਾ ਨਹੀਂ, ਉਹ ਆਪੇ ਸੰਭਾਲ ਲਊਗਾ। ਪਲੀਜ਼ ਗਿਵ ਮੀ ਅ ਬ੍ਰੇਕ। ਉੱਠ ਗਏ? ਚਾਏ ਗਰਮਾ ਗਰਮ ਚਾਏ। ਓਏ ਉੱਠ ਮਾਮਾ, ਰਾਧਿਆ ਦੀ ਚਾਹ ਪੀ ਲੈ। ਉੱਥੇ ਜਾ ਕੇ ਤਾਂ ਫਿਰ ਮਾਈ ਦੇ ਹੱਥਾਂ ਦੀ ਮਿਲਿਆ ਕਰਨੀ ਹੈ। ਕੋਈ ਗੱਲ ਨਹੀਂ ਯਾਰਾ, ਤੇਰੇ ਹੱਥ ਦੀ ਚਾਹ ਪੀਣ ਵੀ ਸਾਲ 6 ਮਹੀਨੇ ਬਾਅਦ ਆਇਆ ਕਰਾਂਗੇ। ਕਿਉਂ ਮਾਹੀ? ਕੀ ਗੱਲ ਮਾਹੀ, ਕੀ ਹੋਇਆ? ਬੜਾ ਲੜਾਈ ਲੜੂਈ ਹੋ ਗਈ ਰਾਤ? ਇਹਨੂੰ ਹੀ ਪੁੱਛ ਲੈ। ਮਾਹੀ ਕੀ ਹੋਇਆ? ਕੁਛ ਨਹੀਂ, ਪਹਿਲੀ ਵਾਰ ਘਰਦਿਆਂ ਤੋਂ ਦੂਰ ਜਾ ਰਹੀ ਹਾਂ ਨਾ, ਇਸੇ ਲਈ ਥੋੜੀ ਟੈਨਸ਼ਨ ਹੈ। ਬਈ, ਆਪਣੀਆਂ ਟੈਨਸ਼ਨਾਂ ਟੁਸ਼ਨਾਂ ਆਪੇ ਨੂੰ ਵੇੜੋ। ਗਿੱਲ ਸਾਹਿਬ ਨੇ ਹੁਣ ਆਪਣਾ ਹੀ ਵਿਆਹ ਕਰਾਉਣਾ ਯਾਰ, ਤੁਹਾਡੀ ਜੋੜੀ ਤਾਂ ਬਣ ਗਈ, ਆਪਾਂ ਚੱਲਦੇ ਹਾਂ ਹੁਣ। ਕੀ ਗੱਲ ਬੈਠੇ ਬੈਠੇ? ਭਰਾ ਨੂੰ ਜਾਂਦੀ ਵਾਰ ਗਲੇ ਲੱਗ ਕੇ ਨਹੀਂ ਮਿਲੇਗਾ? ਖੁਸ਼ ਰਹੋ ਯਾਰ। ਚੰਗਾ ਮਾਈ, ਉਹ ਬਾਹਰ ਤੱਕ ਤਾਂ ਛੱਡ ਦੋ, ਕਿਵੇਂ ਮੂੰਹ ਬਣਾਏ ਨੇ। ਓਏ ਆਲੋ ਘੇਰਾ। Thank you.
ਇਹ ਜਿਉਂਦਾ ਹੀ ਲਟਕਦਾ ਜੇ ਖਤਮ ਕਰ ਦਿਓ ਇਸ ਕੁੱਤੇ ਦੇ ਤੁਖਮ ਨੂੰ ਇਹਨੂੰ ਐਸੀ ਸਜ਼ਾ ਦਿਓ ਕਿ ਰੱਬ ਵੀ ਇਹਨੂੰ ਦੁਬਾਰਾ ਜ਼ਮੀਨ ਤੇ ਭੇਜਣ ਤੋਂ ਪਹਿਲਾਂ 100 ਵਾਰ ਸੋਚੇ ਹਾਂ ਤੇ ਜੇ ਰੱਬ ਗਲਤੀ ਨਾਲ ਇਹਨੂੰ ਧਰਤੀ ਤੇ ਭੇਜ ਦੇਵੇ ਤਾਂ ਰੱਬ ਅੱਗੇ ਦੁਆ ਕਰੇ ਕਿ ਇਹਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਹੀ ਰੱਖੇ ਡੈਡੀ ਜੀ ਲੱਖੇ ਦੀ ਕੋਈ ਗਲਤੀ ਨਹੀਂ ਹੈ ਸਾਰੀ ਮੇਰੀ ਗਲਤੀ ਹੈ ਤੁਸੀਂ ਪਲੀਜ਼ ਇਹਨੂੰ ਛੱਡ ਦਿਓ ਗਲਤੀ ਤੇ ਇੱਥੋਂ ਨਹੀਂ ਗਲਤੀ ਤਾਂ ਮੈਥੋਂ ਹੋਈ ਹੈ ਮੈਂ ਗਿਲ ਦੀਆਂ ਗੱਲਾਂ ਤੇ ਯਕੀਨ ਕੀਤਾ ਮੈਂ ਤੇਰੀ ਡੋਲੀ ਗਿਲ ਨਾਲ ਤੋਰੀ ਸੀ ਲੱਖੇ ਨਾਲ ਨਹੀਂ ਬਾਜਵਾ ਸਾਹਿਬ ਸਾਨੂੰ ਮਾਫ ਕਰ ਦਿਓ ਤੁਹਾਡੀ ਇੱਜ਼ਤ ਨੂੰ ਵੰਗਾਰਨ ਦਾ ਸਾਡਾ ਕੋਈ ਇਰਾਦਾ ਨਹੀਂ ਸੀ ਵੈਸੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਮਾਂ ਬਾਪ ਦੀ ਖੁਸ਼ੀ ਹੁੰਦੀ ਹੈ ਬਾਜਵਾ ਸਾਹਿਬ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਉਹ ਜੋ ਹੋਣਾ ਸੀ ਹੋ ਗਿਆ ਹਵਾ ਗਿਆ ਮਿੱਟੀ ਪਾਓ ਓਏ ਆਪਣੀ ਜ਼ੁਬਾਨ ਨੂੰ ਲਗਾਮ ਦੇ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ ਤੂੰ ਮੇਰਾ ਜਵਾਈ ਹੈ ਮੂੰਹ ਬੰਦ ਰੱਖ ਉਹ ਜੇ ਸਿਆਣੇ ਬੰਦੇ ਦੀ ਗੱਲ ਨਹੀਂ ਮੰਨਣੀ ਨਾਲ ਕਿਉਂ ਲਿਆਂਦਾ ਮੈਨੂੰ ਮੇਰੇ ਖਾਨਦਾਨ ਦੀ ਇੱਜ਼ਤ ਨੂੰ ਵੰਗਾਰਨ ਵਾਲੇ ਦੀ ਇੱਕੋ ਸਜ਼ਾ ਹੁੰਦੀ ਹੈ ਮੌਤ ਬਾਜਵਾ ਸਾਹਿਬ ਇਹਨਾਂ ਦੋਨਾਂ ਦਾ ਕੋਈ ਕਸੂਰ ਨਹੀਂ ਤੁਹਾਡਾ ਅਸਲੀ ਗੁਨਾਹਗਾਰ ਮੈਂ ਪਲੀਜ਼ ਇਹਨਾਂ ਨੂੰ ਜਾਣ ਦਿਓ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਤੇਰੀਆਂ ਗੱਲਾਂ ਤੇ ਯਕੀਨ ਕਰਕੇ ਆਪਣੇ ਘਰ ਦੀ ਇੱਜ਼ਤ ਤੇਰੇ ਹਵਾਲੇ ਕੀਤੀ ਪਰ ਤੂੰ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਮੈਂ ਪੁੱਛਦਾ ਮੈਂ ਕੋਈ ਵਿਸ਼ਵਾਸਘਾਤ ਨਹੀਂ ਕੀਤਾ ਮੈਂ ਕੋਈ ਧੋਖਾ ਨਹੀਂ ਕੀਤਾ ਮੈਂ ਤਾਂ ਇਹਨਾਂ ਦੋਨਾਂ ਨੂੰ ਮਿਲਾਉਣ ਦੀ ਖਾਤਰ ਸਿਰਫ ਆਪਣੀ ਦੋਸਤੀ ਦਾ ਫਰਜ਼ ਨਿਭਾਇਆ ਬਾਜਵਾ ਸਾਹਿਬ ਪਲੀਜ਼ ਇਹਨਾਂ ਨੂੰ ਬਖਸ਼ ਦਿਓ ਮੈਂ ਤੁਹਾਡੇ ਪੈਰ ਫੜਦਾ ਪਲੀਜ਼ ਜਾਣ ਦਿਓ ਇਹਨਾਂ ਨੂੰ ਤੂੰ ਇਹਨਾਂ ਦੋਵਾਂ ਨੂੰ ਬਚਾਉਣਾ ਚਾਹੁੰਦਾ ਫਿਰ ਇੱਕ ਸ਼ਰਤ ਹੈ ਮੇਰੀ ਬਾਜਵਾ ਸਾਹਿਬ ਇਹਨਾਂ ਦੋਨਾਂ ਨੂੰ ਬਚਾਉਣ ਦੀ ਖਾਤਰ ਮੈਨੂੰ ਹਰ ਸ਼ਰਤ ਮਨਜ਼ੂਰ ਹੈ ਤੁਹਾਡੀ ਓਏ ਬਾਜਵੇ ਇਹ ਗਿੱਲ ਦੀਆਂ ਗੱਲਾਂ 'ਚ ਨਾ ਆਈ ਪਹਿਲਾਂ ਇਹਦੀਆਂ ਗੱਲਾਂ 'ਚ ਆ ਕੇ ਆਪਣਾ ਕਿੰਨਾ ਨੁਕਸਾਨ ਹੋਇਆ ਚੁੱਪ ਓਏ ਸ਼ਰਤ ਇਹ ਹੈ ਕਿ ਤੈਨੂੰ ਸਾਰੀ ਉਮਰ ਮੇਰੀ ਧੀ ਆਪਣੇ ਘਰ ਵਸਾਉਣੀ ਪਊ ਮੇਰੀ ਸ਼ਰਤ ਮਨਜ਼ੂਰ ਹੈ ਤੈਨੂੰ ਓਏ ਬਾਜਵਿਆ ਬਹੁਤ ਹੋ ਗਏ ਤੇਰੀ ਰਮਾਇਣ ਓਏ ਹੁਣ ਇੱਥੇ ਸਾਡੀ ਮਹਾਭਾਰਤ ਚੱਲੂਗੀ ਦਿਖਾਤੀ ਆਪਣੀ ਔਕਾਤ ਤੂੰ ਮੇਰੀ ਔਕਾਤ ਅਜੇ ਦੇਖੀ ਕਿੱਥੇ ਹੈ ਦੇਖ ਬਾਜਵਿਆ ਤੇਰਾ ਮਰਨਾ ਮੇਰੇ ਹੱਥੋਂ ਤੈਅ ਮੈਂ ਕੀ ਚਾਹਿਆ ਸੀ ਕਿ ਤੇਰੇ ਹੱਥੋਂ ਲੱਖੇ ਔਰ ਮਾਹੀ ਨੂੰ ਮਰਵਾਉਣਾ ਚਾਹੁੰਦਾ ਸੀ ਉਸ ਤੋਂ ਬਾਅਦ ਇਹਦਾ ਚਸ਼ਮਦੀਦ ਗਵਾਹ ਬਣ ਕੇ ਤੈਨੂੰ ਫਾਂਸੀ ਦੇ ਤਖ਼ਤੇ ਤੇ ਲਟਕਾਉਣਾ ਚਾਹੁੰਦਾ ਸੀ ਪਰ ਕੀ ਕਰੀਏ ਸਾਲਾ ਵਿੱਚ ਫਿਰ ਗਿੱਲ ਆ ਗਿਆ ਓਏ ਮੁੰਡਿਓ ਫੜ ਲਓ ਸਾਰਿਆਂ ਨੂੰ ਓਏ ਆ
ਤੈਨੂੰ ਨਹੀਂ ਛੱਡਾਂਗਾ। ਸਾਰੇ ਪੁਆੜੇ ਦੀ ਜੜ ਤੂੰ ਹੈ। ਓ ਮੁੰਡਿਓ ਨਹੀਂ ਛੱਡਣਾ। ਇਹ ਖੂਨੀ ਖੇਡ ਬੰਦ ਕਰ ਦੇ, ਇਹ ਤਾਂ ਮੈਨੂੰ ਤੇਰੀ ਕੁਰਬਾਨੀ ਦੇਣੀ ਪਊ। ਗੁਰਵਿੰਦਰ ਦੇ ਨਾਲ ਘਰ ਦਾ ਮੈਂਬਰ ਕੌਣ ਹੈ ਜੀ? ਜੀ ਮੈਂ ਕੀ ਲੱਗਦੇ ਤੁਹਾਡੇ? ਉਹ ਮੇਰੇ ਹਸਬੈਂਡ ਨੇ। ਅੱਛਾ, ਆ ਇੱਥੇ ਸਾਈਨ ਕਰ ਦਿਓ। ਬੇਟੇ ਘਬਰਾਉਣ ਦੀ ਲੋੜ ਨਹੀਂ, ਉਹ ਠੀਕ ਹੋ ਜਾਣਗੇ, ਅਸੀਂ ਪੂਰਾ ਜ਼ੋਰ ਲਾ ਦਿਆਂਗੇ, ਠੀਕ ਹੈ? ਕੰਗ੍ਰੈਚੁਲੇਸ਼ਨਸ, ਦੋਨਾਂ ਮਰੀਜ਼ਾਂ ਨੂੰ ਹੋਸ਼ ਆ ਗਿਆ। ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਮਿਲ ਸਕਦੇ ਹੋ। ਇਹ ਕੀ ਕਰਦਾ ਕਮਲਿਆ? ਜੋ ਮੈਨੂੰ ਬਹੁਤ ਦੇਰ ਪਹਿਲਾਂ ਕਰ ਦੇਣਾ ਚਾਹੀਦਾ ਸੀ। ਮਾਹੀ ਨੂੰ ਪਾਉਣਾ ਮੇਰੀ ਜਿੱਤ ਸੀ, ਤੇਰੀ ਮੁਹੱਬਤ। ਅੱਜ ਤੇਰੀ ਮੁਹੱਬਤ ਜਿੱਤ ਗਈ। ਮੇਰੀ ਮੁਹੱਬਤ ਉਦੋਂ ਜਿੱਤੂਗੀ ਜਦੋਂ ਬਾਜਵਾ ਸਾਹਿਬ ਤੇ ਭੁੱਲਰ ਸਾਹਿਬ ਦੀ ਦੁਸ਼ਮਣੀ ਹਮੇਸ਼ਾ ਲਈ ਦੋਸਤੀ ਚ ਬਦਲ ਜੂਗੀ।
ਸਭ ਠੀਕ ਠਾਕ ਹੈ ਬਾਜਵੇ ਪਾ ਜੱਫੀ ਜਰੂਰ ਪਾਵਾਂਗੇ ਭੁੱਲਾ ਲਓ ਵੀ ਪੁੱਤਰ ਹੋ ਗਈ ਦੁਸ਼ਮਣੀ ਖਤਮ ਹੁਣ ਤਾਂ ਖੁਸ਼ ਹਾਂ ਸਿਆਣੇ ਐਵੇਂ ਨਹੀਂ ਕਹਿੰਦੇ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ ਆਖਰ ਲੱਖੇ ਨੂੰ ਸਮਝ ਹੈਪੀ ਐਂਡ ਹੋਇਆ ਓਹੋ ਇੱਕ ਮਿੰਟ ਜੀ ਇੱਕ ਮਿੰਟ ਅਸੀਂ ਤੁਹਾਨੂੰ ਜੱਗੇ ਦੇ ਬਾਰੇ ਤਾਂ ਦੱਸਣਾ ਭੁੱਲ ਹੀ ਗਏ ਤੇ ਤੁਸੀਂ ਪੁੱਛਣਾ ਹੁਣ ਅਗਰ ਤੁਸੀਂ ਪੁੱਛ ਹੀ ਲਿਆ ਤਾਂ ਦੱਸਣਾ ਕੀ ਆ ਆਪ ਹੀ ਵੇਖ ਲਓ ਇੱਕ ਤਾਂ ਮੇਰਾ ਦਿਮਾਗ ਸਹੀ ਨਹੀਂ ਰਹਿੰਦਾ ਉੱਤੇ ਗੱਡੀ ਵੀ ਖਰਾਬ ਹੋ ਗਈ ਹੈ ਐਸੇ ਕਰਕੇ ਮੈਂ ਇੰਡੀਆ ਨਹੀਂ ਆਉਂਦੀ ਓ ਹੈਲੋ ਰੁਕੋ 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 ਮੈਨੂੰ ਅਗਲੇ ਪਿੰਡ ਤੱਕ ਲਿਫਟ ਦੇ ਦੋਗੇ ਇਹ ਇੰਡੀਆ ਵਿੱਚ ਬਿਲਕੁਲ ਵੀ ਕੁੜੀਆਂ ਦੀ ਕਦਰ ਨਹੀਂ ਆ ਬਾਹਰੋਂ ਆਇਆ ਦੀ ਵੈਸੇ ਮੇਰਾ ਨਾਮ ਮਾਹੀ ਮਾਹੀ ਹਾਂਜੀ ਮਾਹੀ ਢਿੱਲੋਂ ਅਮੈਰੀਕਾ ਤਾਂ ਆਈ ਹਾਂ ਵਿਆਹ ਕਰਵਾਉਣ ਵਾਸਤੇ ਮੁੰਡੇ ਤੋਂ ਵੈਸੇ ਮੈਂ ਆਪਣੀ ਪਸੰਦ ਦਾ ਹੀ ਲੱਭਣਾ ਵਾਂ ਬਾਈ ਦੇ ਵੀ ਇੱਕ ਗੱਲ ਪੁੱਛਿਆ ਤੈਨੂੰ ਪੁੱਛੋ ਤੁਹਾਡਾ ਵਿਆਹ ਤਾਂ ਨਹੀਂ ਹੋਇਆ ਤੁਸੀਂ ਹਰ ਲੈਫਟ ਲੈਣ ਵਾਲੇ ਤੋਂ ਇਹੋ ਪੁੱਛਦੇ ਹੋ ਓਏ 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 ਫੋਰ ਯੂਰ ਕਾਈਂਡ ਇਨਫੋਰਮੇਸ਼ਨ ਮੈਂ ਤਾਂ ਬਥੇਰਿਆਂ ਨੇ ਪੁੱਛਿਆ ਮੈਂ ਤਾਂ ਸਿਰਫ ਤੁਹਾਡੇ ਤੋਂ ਪੁੱਛ ਰਹੀ ਹਾਂ ਬਿਕੋਜ਼ ਤੈਨੂੰ ਦੇਖ ਕੇ ਆਈ ਕਾਂਟ ਹੋਲਡ ਮਾਈ ਸੈਲਫ ਇੱਕ ਗੱਲ ਪੁੱਛਿਆ ਪੁੱਛੋ ਪੰਜਾਬ ਵਿੱਚ ਮੈਂ ਸੁਣਿਆ ਠੰਡ ਬਹੁਤ ਹੁੰਦੀ ਆ ਤੋਰ ਜਾਈਆਂ ਬੰਨਣੀਆਂ ਮੈਂ ਸਿਰਫ ਸਾਡਾ